ਸਤਨਾਮ ਧੰਨ ਵਾਹਿ ਗੁਰੂ ਸਾਹਿਬ ਜੀਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹ ਭੀਤਰ ਤੇ ਇਨਕੋ ਡਾਰੋ ਆਪਣ ਨਿਕਟ ਬੁਲਾਵੋ ਆਪਣੀ ਵਿਦ ਆਪ ਜਨਾਵੋ ਹਰ ਜਨ ਮੰਗਲ ਗਾਵੋ ਬਿਸਰ ਨਾਹੀ ਕਬਹੂੰ ਹੀ ਏਤੇ ਇਹ ਵਿਦ ਮਨ ਮਹਿ ਪਾਵੋ ਗੁਰਪੂਰਾ ਭਿਟਿਓ ਵਡ ਭਾਗੀ ਜਨ ਨਾਨਕ ਕਤਹਿ ਨਾ ਥਾਵੋ ਡੰਡੋਤ ਬੰਧਨ ਅਨਿਕ ਵਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਇਸ ਦਰਬਾਰ ਦੇ ਹਜ਼ੂਰੀ ਕੀਰਤਨੀਏ ਸਤਿਗੁਰੂ ਦੀ ਪਵਿੱਤਰ ਗੁਰਬਾਣੀ ਵਿੱਚੋਂ ਪਹਿਲਾ ਸ਼ਬਦ ਸਰਵਣ ਕਰਾ ਕੇ ਗਏ ਹਮ ਕੂਕਰ ਤੇਰੇ ਦਰਬਾਰ ਭੌਂਕੈ ਆਗੈ ਬਦਨ ਪਸਾਰ। ਹੁਣੇ ਹੀ ਭਾਈ ਸਾਹਿਬ ਜਤਿੰਦਰ ਪਾਲ ਸਿੰਘ ਜੀ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਸਿਫਤ ਵਿੱਚ ਉਚਾਰਨ ਕੀਤੇ ਹੋਏ ਜੋ ਬਚਨ ਨੇ ਰਾਮ ਕਲੀ ਕੀ ਵਾਰ ਅੰਦਰ ਜਿਸ ਵਾਰ ਦੇ ਉਚਾਰਨ ਕਰਤਾ ਗੁਰੂ ਕੇ ਦੋ ਰਬਾਬੀ ਰਾਏ ਬਲਵੰਡ ਔਰ ਭਾਈ ਸੱਤਾ ਜੀ ਨੇ ਇਸ ਵਾਰ ਦੀਆਂ ਅੱਠ ਪੌੜੀਆਂ ਨੇ। ਅੱਠਾਂ ਪੌੜੀਆਂ ਵਿੱਚ ਪਹਿਲੀਆਂ ਪੰਜ ਪੌੜੀਆਂ ਉਹ ਰਾਏ ਬਲਵੰਡ ਸਾਹਿਬ ਨੇ ਉਚਾਰਨ ਕੀਤੀਆਂ ਨੇ ਤੇ ਵਾਰ ਦੀਆਂ ਜੋ ਅੰਤਲੀਆਂ ਤਿੰਨ ਪੌੜੀਆਂ ਨੇ ਉਹਨਾਂ ਦੇ ਉਚਾਰਨ ਕਰਤਾ ਬਾਬਾ ਸੱਤਾ ਜੀ ਨੇ। ਜਿਵੇਂ ਆਪ ਸਭ ਨੂੰ ਇਹ ਗਿਆਤ ਹੈ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਪਿਛਲੇ ਦਿਨਾਂ ਤੋਂ ਆਪਾਂ ਵਿਚਾਰ ਕਰਦੇ ਆ ਰਹੇ ਹਾਂ। ਆਓ ਇਸੇ ਅੰਮ੍ਰਿਤ ਬਚਨ ਨੂੰ ਆਧਾਰ ਬਣਾ ਕੇ ਅੱਜ ਦੇ ਇਸ ਦੀਵਾਨ ਵਿੱਚ ਆਪ ਸੰਗਤ ਦੀ ਸੇਵਾ ਕਰ ਸਕਾਂ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਬਖਸ਼ੋ ਆਸੀਸ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਪ ਪੜਦੇ ਢੱਕ ਲਵੋ ਕਰੋ ਮੇਰ ਸਾਧ ਸੰਗਤ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਹਜ਼ੂਰ ਦੀ ਸਿਫਤ ਵਿੱਚ ਇਹ ਬਚਨ ਪੜ੍ਹੇ ਜਾ ਰਹੇ ਸਨ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਤੇ ਮਨ ਚ ਖਿਆਲ ਆਇਆ ਕੋਈ ਦਿਨ ਹਰਿਮੰਦਰ ਸਾਹਿਬ ਵਿੱਚ ਐਸਾ ਨਹੀਂ ਹੋਵੇਗਾ ਕਿ ਜਿਸ ਦਿਨ ਇਸ ਪੌੜੀ ਦਾ ਕੀਰਤਨ ਗੁਰੂ ਕੇ ਕੀਰਤਨੀਏ ਨਾ ਕਰਦੇ ਹੋ। ਤਕਰੀਬਨ ਰੋਜ਼ ਇਸ ਪੌੜੀ ਦਾ ਕੀਰਤਨ ਹੁੰਦਾ ਹੈ। ਇਹਦੇ ਜੋ ਅੰਮ੍ਰਿਤ ਬੋਲ ਨੇ, ਪਹਿਲਾ ਸ਼ਬਦ ਧੰਨ ਧੰਨ ਰਾਮਦਾਸ ਗੁਰ ਕਿਹਾ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੀਏ ਤੇ ਐਸੇ ਸਾਡੇ ਮਨ ਚ ਜ਼ਰੂਰ ਆਏਗਾ ਵੀ ਇਹ ਧੰਨ ਧੰਨ ਜੋ ਸ਼ਬਦ ਉਚਾਰਨ ਕੀਤਾ ਗਿਆ ਇਹਦਾ ਮਤਲਬ ਕੀ ਹੈ, ਇਹ ਕਿਉਂ ਧੰਨ ਧੰਨ ਕਹਿ ਦਿੱਤਾ, ਕਿ ਇਹ ਇੱਕ ਨਾਮ ਦੇ ਨਾਲ ਸਤਿਕਾਰ ਦੇਣ ਵਾਸਤੇ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ ਤੇ ਬਾਣੀ ਵਿੱਚ ਹਜ਼ੂਰ ਨੇ ਧੰਨ ਸ਼ਬਦ ਨੂੰ ਕਈ ਰੂਪਾਂ ਵਿੱਚ ਤੇ ਕਈ ਅਰਥਾਂ ਵਿੱਚ ਵਰਤਿਆ। ਜਿਵੇਂ ਬਾਣੀ ਪੜ੍ਹਦਿਆਂ ਧੰਨ ਸ਼ਬਦ ਹਜ਼ੂਰ ਨੇ ਦੌਲਤ ਵਾਸਤੇ ਵੀ ਵਰਤਿਆ ਹੈ। ਅਸੀਂ ਪੜ੍ਹਦੇ ਹਾਂ ਹਜ਼ੂਰ ਦੇ ਅੰਮ੍ਰਿਤ ਬਚਨ, ਕਾਚਾ ਧੰਨ ਸੰਚੈ ਮੂਲ ਗਾਵਾਰ। ਹੁਣ ਉੱਥੇ ਧੰਨ ਸ਼ਬਦ ਜੋ ਹੈ ਉਹਦਾ ਅਰਥ ਦੌਲਤ ਹੈ। ਗੁਰੂ ਸਾਹਿਬ ਨੇ ਧੰਨ ਸ਼ਬਦ ਨਾਮ ਲਈ ਵੀ ਵਰਤਿਆ ਹੈ ਤੇ ਹਜ਼ੂਰ ਦੀ ਬਚਨ ਨੇ ਇਹ ਧੰਨ ਅਖੁੱਟ ਨਾਨ ਖੁੱਟੈ ਨਾ ਜਾਏ, ਕਾਚਾ ਧੰਨ ਦੌਲਤ, ਇਹ ਧੰਨ ਅਖੁੱਟ ਨਾਨ ਖੁੱਟੈ ਨਾ ਜਾਏ। ਇਸ ਧੰਨ ਨੂੰ ਹਜ਼ੂਰ ਨੇ ਨਾਮ ਧੰਨ ਕਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਧੰਨ ਸ਼ਬਦ ਇਸਤਰੀ ਲਈ ਵੀ ਵਰਤਿਆ ਗਿਆ ਹੈ, ਧੰਨ ਫਿਰ ਇਹ ਨਾ ਆਖੀਅਨ। ਹੁਣ ਉੱਥੇ ਵੀ ਸ਼ਬਦ ਵਰਤਿਆ ਧੰਨ ਫਿਰ ਇਹ ਨਾ ਆਖੀਅਨ, ਬਹਿਣ ਇਕੱਠੇ ਹੋਏ। ਹੁਣ ਤੇ ਧੰਨ ਦਾ ਅਰਥ ਹੈ ਇਸਤਰੀ ਤੇ ਭਾਵ ਅਰਥ ਜੇ ਲਵਾਂਗੇ ਤੇ ਅਰਥ ਬਣੇਗਾ ਪਤਨੀ। ਫਿਰ ਬੇਨਤੀ ਸਮਝ, ਧੰਨ ਸ਼ਬਦ ਦੌਲਤ ਲਈ ਵੀ, ਧੰਨ ਸ਼ਬਦ ਨਾਮ ਲਈ ਵੀ, ਧੰਨ ਸ਼ਬਦ ਪਤਨੀ ਲਈ ਵੀ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਧੰਨ ਸ਼ਬਦ ਹਜ਼ੂਰ ਨੇ ਇਸ ਬੌਡੀ ਵਾਸਤੇ ਸਰੀਰ ਵਾਸਤੇ ਵਰਤਿਆ। ਭਾਵੇਂ ਮਹਾਰਾਜ ਜੀ ਨੇ ਉੱਥੇ ਇਸਤਰੀ ਰੂਪ ਕਿਹਾ, ਹਜ਼ੂਰ ਦੇ ਅੰਮ੍ਰਿਤ ਬੋਲ ਅਸੀਂ ਪੜ੍ਹਦੇ ਹਾਂ ਤੇ ਹਜ਼ੂਰ ਨੇ ਆਪ ਕਿਰਪਾ ਕੀਤੀ, ਕਹਿਣ ਲੱਗੇ ਹਜ਼ੂਰ ਦੀ ਬਚਨ ਨੇ ਧੰਨ ਕਹੇ ਤੂੰ ਵਸ ਮੈਂ ਨਾਲੇ ਪ੍ਰੈ ਸੁਖ ਵਾਸੀ ਬਾਲ ਗੋਪਾਲੇ। ਹੁਣ ਧੰਨ ਕਹੇ ਜਿਹੜਾ ਅਰਥ ਹੈ ਉਹ ਇਸ ਸਰੀਰ ਲਈ ਹੈ ਕਿ ਸਰੀਰ ਰੂਪੀ ਇਸਤਰੀ ਕਹਿ ਰਹੀ ਹੈ ਆਤਮਾ ਤੂੰ ਕਦੀ ਮੈਨੂੰ ਛੱਡ ਕੇ ਨਾ ਜਾਈ, ਮੇਰੇ ਨਾਲ ਹੀ ਵਸੀ। ਫਿਰ ਮੈਂ ਬੇਨਤੀ ਕਰਾਂ, ਧੰਨ ਦਾ ਅਰਥ ਬੌਡੀ ਸਰੀਰ ਵੀ ਹੈ, ਪਰ ਇੱਥੇ ਸ਼ਬਦ ਹਜ਼ੂਰ ਨੇ ਕਿਹਾ ਧੰਨ ਧੰਨ ਰਾਮਦਾਸ ਗੁਰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਲਈ ਧੰਨ ਧੰਨ ਸ਼ਬਦ ਵਰਤਿਆ ਗਿਆ, ਤੇ ਗੁਰਮੁਖੋ ਜਿੱਥੇ ਗੁਰੂ ਲਈ ਧੰਨ ਧੰਨ ਸ਼ਬਦ ਵਰਤਿਆ ਉੱਥੇ ਗੁਰੂ ਨਾਲ ਜੁੜੇ ਹੋਏ ਸਿੱਖਾਂ ਲਈ ਵੀ ਧੰਨ ਧੰਨ ਸ਼ਬਦ ਵਰਤਿਆ। ਧੰਨ ਧੰਨ ਸੋ ਗੁਰਸਿੱਖ ਕਹੀਏ ਜੋ ਸਤਿਗੁਰ ਚਰਨੀ ਜਾਇ ਪਿਆ। ਹੁਣ ਉੱਥੇ ਵੀ ਧੰਨ ਧੰਨ ਸ਼ਬਦ ਵਰਤਿਆ ਹੈ, ਇੱਥੇ ਧੰਨ ਦਾ ਅਰਥ ਹੈ ਸ਼ਾਬਾਸ਼, ਧੰਨ ਦਾ ਅਰਥ ਹੈ ਵਡਿਆਈ ਕਰਨੀ। ਯਾਦ ਰੱਖਿਓ ਉਸਤਤ ਤੇ ਨਿੰਦਾ ਦੋ ਸ਼ਬਦ ਨੇ। ਜਦੋਂ ਸੰਸਾਰ ਦੀ ਕੋਈ ਉਸਤਤ ਕਰਦਾ ਤੇ ਹਕੀਕਤ ਵਿੱਚ ਉਸ ਉਸਤਤ ਦੇ ਪਿੱਛੇ ਤਮਾ ਲਾਲਚ ਤੇ ਖਿਰਸ ਹੁੰਦੀ ਏ, ਤੇ ਜਦੋਂ ਕੋਈ ਨਿੰਦਿਆ ਕਰਦਾ ਉਹਦੇ ਪਿੱਛੇ ਈਰਖਾ ਜੈਲਸੀ ਤੇ ਦਵੈਸ਼ ਹੁੰਦੀ। ਸੰਸਾਰ ਦੀ ਫੋਕੀ ਉਸਤਤ ਉਹ ਵੀ ਅੰਦਰ ਨੂੰ ਨੀਵਿਆਂ ਕਰਦੀ ਏ, ਤੇ ਸੰਸਾਰ ਦੀ ਨਿੰਦਿਆ ਵੀ ਬੰਦੇ ਦੇ ਅੰਦਰ ਨੂੰ ਮੈਲਿਆ ਕਰਦੀ ਏ। ਪਰ ਸੱਚ ਇਵੇ ਕਿ ਜਦੋਂ ਕੋਈ ਗੁਰੂ ਨੂੰ ਧੰਨ ਧੰਨ ਕਹਿੰਦਾ ਤੇ ਭਾਵਨਾ ਨਾਲ ਧੰਨ ਧੰਨ ਕਹਿ ਤੇ ਗੁਰੂ ਉਸ ਦੀ ਵੀ ਧੰਨ ਧੰਨ ਕਰਾ ਦਿੰਦਾ। ਧੰਨ ਧੰਨ ਰਾਮਦਾਸ ਗੁਰ। ਆਹ ਥੋੜਾ ਜਿਹਾ ਅਸੀਂ ਪਹਿਲਾਂ ਇੱਕ ਦੋ ਪ੍ਰਮਾਣ ਲੈ ਲਈਏ, ਬਾਣੀ ਵਿੱਚ ਬਹੁਤ ਨਹੀਂ ਆਇਆ। ਜਿਵੇਂ ਅਸੀਂ ਪੜ੍ਹਦੇ ਹਾਂ ਗੁਰੂ ਰਾਮਦਾਸ ਜੀ ਦੇ ਬਚਨ ਹੈ, ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ ਧੰਨ
ਧੰਨ ਗੁਰ ਸੋਈ, ਧੰਨ ਧੰਨ ਸ਼ਬਦ, ਉੱਥੇ ਸ਼ਬਦ ਵਰਤਿਆ ਕਿ ਜਿਸ ਗੁਰਮੁਖ ਨੂੰ ਗੁਰੂ ਇਹ ਵਡਿਆਈ ਦੇਦਾ ਬੰਦਗੀ ਕਰਨ ਦੀ, ਵਡਿਆਈ ਗੁਰਮੁਖ ਦੇ ਪ੍ਰਭ ਤੇ ਉਹਨੇ ਤਾਂ ਪਰਮਾਤਮਾ ਮਿਲਦਾ। ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ, ਸਭ ਆਖੋ ਧੰਨ 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 ਗੁਰ ਸੋਈ। ਹਜ਼ੂਰ ਦੇ ਇੱਕ ਬਚਨ ਕਹਿ, ਸਭ ਧੰਨ ਕਹੋ ਗੁਰ ਸਤ ਗੁਰੂ, ਗੁਰ ਸਤ ਗੁਰੂ ਜਿਤ ਮਿਲ ਹਰ ਪੜਦਾ ਕਜਿਆ। ਕਹਿੰਦੇ ਸਾਰੇ ਗੁਰਸਿੱਖ ਧੰਨ ਕਹੋ ਗੁਰੂ ਨੂੰ ਜਿਨੇ ਸਾਡੇ ਪੜਦੇ ਕੱਢ ਦਿੱਤੇ। ਬੇਅੰਤ ਸ਼ਬਦ ਹੋਰ ਮਿਲਣਗੇ। ਧੰਨ ਦਾ ਅਰਥ ਸ਼ਾਬਾਸ਼, ਧੰਨ ਦਾ ਅਰਥ ਉਸਤਤ। ਸਤਿਗੁਰੂ ਕੀ ਬਾਣੀ ਪੜਨ ਵਾਲੇ ਤੁਸੀਂ ਬੈਠੇ ਹੋ ਗੁਰਮੁਖ ਪਿਆਰਿਓ, ਸੀਨੇ ਤੋਂ ਕੋਈ ਗੁਰੂ ਨੂੰ ਧੰਨ ਕਹੇ ਫਿਰ ਮੈਂ ਸ਼ਬਦ ਕਹਾਂ, ਉਹਨੂੰ ਗੁਰੂ ਧੰਨ ਕਰਦਾ। ਤੇ ਜੇ ਕਿਤੇ ਕੋਈ ਗੁਰੂ ਨਾਲ ਜੁੜੇ ਕੋਈ ਸਿੱਖ ਨੂੰ ਜੀ ਕਹਿੰਦਾ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੰਨੀ ਕੁਛ ਸਿਫਤ ਕਰ ਲੈ, ਸੱਚ ਐਵੇਂ ਤੇਰੇ ਜਮਾਂ ਦੇ ਲੇਖੇ ਭਰ ਜਾ। ਹਜ਼ੂਰ ਦਾ ਬਚਨ ਪੜ੍ਹਦੇ ਆ ਕਿ ਤੁਧ ਸਲਾਹਨ ਤਿੰਨ ਧੰਨ ਪਰ ਲੈ, ਉੱਥੇ ਧੰਨ ਦਾ ਅਰਥ ਨਾਮ ਧੰਨ। ਜੋ ਤੈਨੂੰ ਧੰਨ ਧੰਨ ਕਹਿੰਦੇ ਨੇ ਉਹਨਾਂ ਨੂੰ ਤੂੰ ਧੰਨ ਧੰਨ ਕਰ ਦਿੱਤਾ, ਇਹਦਾ ਮਤਲਬ ਉਹਨਾਂ ਕੋਲ ਦੌਲਤ ਆ ਗਈ। ਤੁਧ ਸਲਾਹਨ ਤਿੰਨ ਧੰਨ ਪਰ ਲੈ, ਨਾਨਕ ਕਾ ਧੰਨ ਸੋਈ ਜੇ ਕੋ ਜੀਓ ਕਹਿ ਉਹਨਾਂ ਕੋ ਜਮ ਕੀ ਤਲਬ ਨਾ ਹੋਏ, ਉਹਨਾਂ ਨੂੰ ਕੋ ਜੀਓ ਕਹਿ। ਹੁਣ ਇੱਥੇ ਇੱਕ ਅਰਜ਼ ਕਰਾਂ, ਆਪ ਬੇਨਤੀ ਸਮਝਿਓ, ਕਦੀ ਵੀ ਆਪਣੇ ਮੁਰਸ਼ਦ ਨੂੰ, ਕਦੀ ਵੀ ਆਪਣੇ ਰਾਹਬਰ ਨੂੰ, ਕਦੀ ਵੀ ਆਪਣੇ ਗੁਰੂ ਨੂੰ ਆਪਣੀ ਅਕਲ ਦੀਆਂ ਖੁਜਤਾਂ ਨਾਲ ਨਿਵਾਈਦਾ ਨਹੀਂ। ਗੁਰੂ ਨਾਨਕ ਸਾਹਿਬ ਦੇ ਇੱਕ ਬਚਨ ਹੈ ਪੌੜੀ, ਤੁਸੀਂ ਰੋਜ਼ ਪੜ੍ਹਦੇ ਹੋ। ਹੁਣ ਜੇ ਗੁਰੂ ਨੂੰ ਧੰਨ ਧੰਨ ਕਹਾਂਗੇ, ਮਨ ਚ ਬੈਠੀਆਂ ਆ ਵੀ ਸਾਰੇ ਅਸੀਂ ਕਹਿੰਦੇ ਹਾਂ ਧੰਨ ਧੰਨ ਰਾਮਦਾਸ ਗੁਰ, ਜੇ ਗੁਰੂ ਨੂੰ ਕੋਈ ਵੱਡਿਆਂ ਕਹੇਗਾ ਧੰਨ ਕਹੇਗਾ ਉਹਨੂੰ ਕੀ ਮਿਲੇਗਾ। ਸਤਿਗੁਰੂ ਦੀ ਉਹ ਪਵਿੱਤਰ ਪੌੜੀ ਰੋਜ਼ ਆਸਾਂ ਕੀ ਵਾਰ ਵਿੱਚ ਗਾਇਨ ਕੀਤੀ ਜਾਂਦੀ ਹੈ। ਹਜ਼ੂਰ ਕਹਿੰਦੇ ਨੇ ਆਪਣੇ ਗੁਰੂ ਨੂੰ ਹਮੇਸ਼ਾ ਵੱਡਿਆਂ ਹੀ ਕਹੋ। ਅਸੀਂ ਪੜ੍ਹਦੇ ਹਾਂ ਸਤਿਗੁਰ ਵੱਡਾ ਕਰ ਸਹਲਾਈ ਹੈ, ਗੁਰੂ ਨੂੰ ਵੱਡਿਆਂ ਕਹਿ। ਤੇ ਇਵਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਲਈ ਵੀ ਸ਼ਬਦ ਬੜੇ ਵਡਿਆਈ ਦੇ ਗੁਰੂ ਜੋਤ ਨੇ ਹੀ ਵਰਤੇ। ਜਿਵੇਂ ਅਸੀਂ ਇਹ ਬਚਨ ਪੜ੍ਹਨੇ ਆ ਗੁਰੂ ਅਰਜਨ ਦੇਵ ਜੀ ਦਾ ਕਿ ਮੈਂ ਮੂਰਖ ਕੀ ਕੇਤਕ ਬਾਤ ਹੈ, ਵਡਿਆਈ ਹੈ ਨਾ, ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰੂ ਜੋਤ ਸ਼ਬਦ ਕਰ ਰਹੀ। ਅਸੀਂ ਇਹ ਬਚਨ ਪੜ੍ਹਨੇ ਆ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਵੱਡਾ ਕਰਸਾ ਲਾਈ ਹੈ। ਗੁਰੂ ਰਾਮਦਾਸ ਜੀ ਨੇ ਇੱਕ ਤੁਕ ਕਹੀ ਗੁਰੂ ਨਾਨਕ ਸਾਹਿਬ ਲਈ, ਕਹਿਣ ਲੱਗੇ ਧੰਨ ਧੰਨ ਗੁਰੂ ਨਾਨਕ ਸਮਦਰਸੀ ਜਿਨ ਨਿੰਦਾ ਉਸਤਤ ਤਰੀ ਤਰਾਂਤ। ਧੰਨ ਗੁਰੂ ਨਾਨਕ ਸਾਹਿਬ ਸਮ ਦ੍ਰਿਸ਼ਟੀ ਵਾਲੇ ਜਿਨ੍ਹੇ ਨਿੰਦਿਆ ਨੂੰ ਉਸਤਤ ਨੂੰ ਇਹ ਸਭ ਨੂੰ ਤਰ ਗਏ। ਸਤਿਗੁਰੂ ਕਹਿੰਦੇ ਨੇ ਆਪਣੇ ਗੁਰੂ ਨੂੰ ਹਮੇਸ਼ਾ ਵੱਡਾ ਕਹੀ। ਕਦੀ ਸੂਫੀ ਸਾਹਿਤ ਪੜ੍ਹੋ, ਆਮ ਤੌਰ ਤੇ ਅਸੀਂ ਲੋਕ ਖਿਮਾ ਕਰਿਓ ਭਾਵੇਂ ਇਹ ਲਾਈਵ ਚੱਲ ਰਿਹਾ, ਜਦੋਂ ਚਾਰ ਅੱਖਰ ਬੰਦੇ ਨੂੰ ਆ ਜਾਂਦੇ ਨੇ ਕਈ ਲੋਕ ਦਬਵੀਂ ਜਵਾਬ ਵਿੱਚ ਬੋਲਣ ਲੱਗ ਪੈਂਦੇ ਨੇ, ਕੋਈ ਸ਼ਰੇ ਆਮ ਬੋਲਣ ਲੱਗ ਪੈਂਦੇ ਨੇ, ਤੇ ਕਈ ਡਰਦੇ ਮਾਰੇ ਨਹੀਂ ਬੋਲਦੇ ਪਰ ਅੰਦਰੋਂ ਗੁਰੂ ਨੂੰ ਛੁਟਿਆਉਣਾ ਸ਼ੁਰੂ ਕਰ ਦਿੰਦੇ। ਮੈਂ ਬੇਨਤੀ ਕਰਾਂ, ਦੇਖੋ ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਕਿ ਗੁਰਮਤ ਸਾਚੀ ਖੁਜਤ ਦੂਰ। ਗੁਰੂ ਗ੍ਰੰਥ ਸਾਹਿਬ ਵਿੱਚ ਕਹਿੰਦੇ ਜੇ ਤੂੰ ਗੁਰੂ ਦੀ ਮਤ ਲਏਗਾ ਅੰਦਰ ਸਚਿਆਈ ਪਕਿਆਈ ਆਏਗੀ, ਤੇ ਜਿੰਨੀਆਂ ਖੁਜਤਾਂ ਕਰੇਗਾ ਬਾਬਾ ਜੀ ਕਹਿੰਦੇ ਓਨੀ ਤੇਰੀ ਦੂਰੀ ਬਣੀ ਜਾਏਗੀ। ਗੁਰਮਤ ਸਾਚੀ ਖੁਜਤ ਦੂਰ, ਤੇ ਅਗਲੀ ਤੋਕੇ ਬਹੁਤ ਸਿਆਣਪ ਲੱਗੇ ਧੂਰ। ਹੁਣ ਧੂਰ ਤਾਂ ਆਪਾਂ ਸਾਰੇ ਮੰਗਣੇ ਕਿ ਮਹਾਰਾਜ ਜੀ ਨੂੰ ਬਚਨ ਰੋਜ਼ ਪੜ੍ਹਨੇ ਆ, ਮੋਕੋ ਕਰ ਸੰਤਨ ਕੀ ਧੂਰੇ, ਧੂੜੀ ਵਿੱਚ ਲੁੜੰਦੜੀ ਲੁਟੰਦੜੀ ਸੋਹਾਂ। ਪਰ ਇੱਥੇ ਧੂਰ ਦਾ ਅਰਥ ਆ ਚਰਨ ਧੂਰ ਨਹੀਂ, ਬਹੁਤ ਸਿਆਣਪ ਲੱਗੇ ਧੂਰ, ਮੰਗਦੇ ਨੀ ਲੱਗਦੀ ਹੈ। ਇੱਥੇ ਧੂਰ ਦਾ ਅਰਥ ਹੈ ਮੈਲ, ਕਿ ਜਿੰਨਾ ਤੂੰ ਸਿਆਣਾ ਬੰਦਾ ਯਤਨ ਕਰੇਗਾ ਉਹਨਾਂ ਅੰਦਰੋਂ ਮੈਲਾ ਹੋ ਜਾਏ। ਥੋੜੀ ਜੀ ਬੇਨਤੀ ਸਮਝਿਓ, ਭਾਵਨਾ ਨਾਲ ਅਰਜ਼ ਕਰਨੀ ਚਾਹੁੰਦਾ। ਸੂਫੀ ਸਾਹਿਤ ਵਿੱਚ ਸੁਲਤਾਨ ਬਾਹੂ ਦੀ ਇੱਕ ਰਬਾਈ ਹੈ, ਚਾਰ ਸਤਰਾਂ ਦੀ ਕਵਿਤਾ ਨੂੰ ਸ਼ਬਦ ਰਬਾਈ ਵਰਤਨੇ, ਉਹਦੇ ਵਿੱਚ ਉਹਨੇ ਲਿਖੇ ਹੈ
ਕਦੀ ਦੇਖੋ ਆਪਣੇ ਮੁਰਸ਼ਦ ਦੀ ਵਡਿਆਈ ਕਰਦੇ ਆ। ਉਹ ਲਿਖਦਾ ਹੈ ਇਹ ਤਨ ਮੇਰਾ ਚਸ਼ਮਾ ਹੋਵੇ ਮੁਰਸ਼ਦ ਦੇਖ ਨਾ ਰੱਜਾ ਹੂ, ਮੇਰਾ ਪੂਰੇ ਦਾ ਪੂਰਾ ਬਦਨ ਸਰੀਰ ਹੀ ਅੱਖ ਬਣ ਜਾਵੇ ਤੇ ਮੇਰੀਆਂ ਅੱਖਾਂ ਚਮਕਣ ਵੀ ਨਾ, ਮੈਂ ਆਪਣੇ ਮੁਰਸ਼ਦ ਨੂੰ ਦੇਖਦਿਆਂ ਕਦੀ ਵੀ ਰੱਜਾ ਨਾ, ਮੈਂ ਤ੍ਰਿਪਤ ਨਾ ਹੋਵਾਂ, ਦੇਖੀ ਜਾ। ਇਹ ਤਨ ਮੇਰਾ ਚਸ਼ਮਾ ਹੋਵੇ ਮੁਰਸ਼ਦ ਦੇਖ ਨਾ ਰੱਜਾ ਹੂ, ਲੂ ਲੂ ਦੇ ਮੁੱਢ ਲੱਖ ਲੱਖ ਚਸ਼ਮਾ, ਇੱਕ ਇੱਕ ਲੂ ਦੇ ਮੁੱਢ ਵਿੱਚ ਚਸ਼ਮੇ ਅੱਖਾਂ ਲੱਗ ਜਾਣ, ਲੂ ਲੂ ਦੇ ਮੁੱਢ ਲੱਖ ਲੱਖ ਚਸ਼ਮਾ, ਇੱਕ ਖੋਲਾ ਇੱਕ ਕੱਜਾ ਹੂ, ਇਤਨਾ ਡਿੱਠਿਆ ਸਬਰ ਨਾ ਆਵੇ, ਹੋਰ ਕਿਤੇ ਵੱਲ ਭੱਜਾਂ ਹੂ, ਮੁਰਸ਼ਦ ਦਾ ਦੀਦਾਰ ਹੈ ਬਾਹੂ ਲੱਖ ਕਰੋੜਾਂ ਹੱਜਾਂ, ਮੁਰਸ਼ਦ ਦਾ ਦੀਦਾਰ ਹੈ ਬਾਹੂ ਲੱਖ ਕਰੋੜਾਂ ਹੱਜਾਂ ਹੂ। ਜੋ ਮੁਰਸ਼ਦ ਦੇ ਦਰਸ਼ਨਾਂ ਵਿੱਚੋਂ ਸਕੂਨ ਮਿਲਦਾ ਉਹ ਕਹਿੰਦਾ ਲੱਖਾਂ ਕਰੋੜਾਂ ਹੱਜ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਦੇ। ਮੈਂ ਸਿਰਫ ਇੱਕ ਬੇਨਤੀ ਕਰਾਂ, ਗੁਰੂ ਸਾਹਿਬ ਨੇ ਕਿਹਾ ਜੇ ਧੰਨ ਕਹਾਂਗੇ, ਸਿਰਫ ਇੰਨੇ ਸ਼ਬਦ ਕਹਿਣਾ ਧੰਨ ਧੰਨ ਗੁਰੂ ਰਾਮਦਾਸ ਜੀ, ਦੇਖੋ ਇਹ ਜ਼ਬਾਨ ਖਿਲ ਜਾਏ। ਸਤਿਗੁਰੂ ਕਹਿੰਦੇ ਨੇ ਆਪਣੇ ਗੁਰੂ ਨੂੰ ਵੱਡਾ ਕਰਕੇ ਸਲਾਹ, ਵਚਨ ਹੈ ਕਿ ਸਤਿਗੁਰ ਵੱਡਾ ਕਰ ਸਲਾਹੀਏ, ਕਿਉਂ ਕਹਿ ਸਲਾਹੀਏ, ਇਹ ਝੂਠੀ ਉਸਤਤ ਨਹੀਂ, ਇਸ ਕਰਕੇ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ। ਹੁਣ ਮਨ ਚ ਆਵੇਗਾ ਕਿਹੜੀਆਂ ਵੱਡੀਆਂ ਵਡਿਆਈਆਂ, ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ, ਕਿੰਨੀਆਂ ਵੱਡੀਆਂ ਵਡਿਆਈਆਂ। ਤਾਂ ਗੁਰੂ ਸਾਹਿਬ ਨੇ ਬਚਨ ਕੀਤੇ ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤੇ ਉਲੋਏ ਅਮਰ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ। ਗੁਰੂ ਵਿੱਚ ਇੰਨੀਆਂ ਵਡਿਆਈਆਂ ਨੇ ਕਿ ਗੁਰੂ ਝੋਲੀਆਂ ਭਰਨ ਵਾਲਾ ਦਾਤਾ ਹੈ, ਗੁਰੂ ਮੰਗਤਾ ਨਹੀਂ। ਭਾਵੇਂ ਅਸੀਂ ਸ਼ਬਦ ਵਰਤ ਲੈਂਦੇ ਹਾਂ ਕਿ ਗੁਰੂ ਘਰ ਲਈ ਦਾਨ ਦਿਓ, ਨਹੀਂ ਗੁਰੂ ਕੇ ਸਿੱਖੋ, ਦਾਨ ਕੌਣ ਹੈ ਗੁਰੂ ਨੂੰ ਦੇਣ ਵਾਲਾ, ਦਾਨ ਕਿਹਨੂੰ ਦਿੱਤਾ ਜਾਂਦਾ, ਲੋੜਵੰਦ ਨੂੰ ਦਾਤੇ ਦਾਨ ਦਿੰਦੇ ਨੇ। ਆਪਾਂ ਤਾਂ ਗੁਰੂ ਦੇ ਸਾਹਮਣੇ ਬਖਸ਼ੀ ਦਾਤ ਚੋ ਭੇਟਾ ਲੈ ਕੇ ਆਉਣੀਏ, ਸੱਚ ਇਹ ਵੀ ਆਪਾਂ ਗੁਰੂ ਨੂੰ ਦਾਨ ਨਹੀਂ ਦੇਣਾ, ਗੁਰੂ ਤਾਂ ਦਾਤਾ ਹੈ। ਕੀ ਕਾਰਨ? ਇਹ ਖੇਡ ਵਿੱਚੋਂ ਨਿਕਲਣ ਲੱਗਾ, ਅਸੀਂ ਪਾਠ ਕਰਨੇ ਆ ਤੇ ਅਸੀਂ ਸ਼ਬਦ ਵਰਤਨੇ ਆ ਕਿ ਪਾਠੀ ਸਿੰਘਾਂ ਦੀ ਭੇਟਾ, ਪਰ ਕਦੀ ਕਿਸੇ ਕਿਹਾ ਪਾਠੀਆਂ ਨੂੰ ਦਾਨ ਦੇਣਾ? ਕੀਰਤਨ ਹੁੰਦਾ, ਇਹ ਸ਼ਬਦ ਵਰਤੇ ਜਾਂਦੇ ਨੇ ਕੀਰਤਨ ਦੀ ਭੇਟਾ, ਪਰ ਕਦੀ ਨੀ ਕਿਹਾ ਜਾਂਦਾ ਕੀਰਤਨ ਦਾ ਦਾਨ ਦੇ ਦਿਓ। ਸੱਚ ਇਹ ਵੇ ਕਿ ਨਾ ਪਾਠ ਦੀ ਕੋਈ ਕੀਮਤ ਕਹੇ ਨਾ ਕੀਰਤਨ ਦੀ ਕੋਈ ਕੀਮਤ ਕਹੇ, ਇਹ ਤਾਂ ਸਿੱਖ ਜਦੋਂ ਭਾਵਨਾ ਵਿੱਚ ਗੁਰੂ ਦਾ ਸ਼ਬਦ ਸੁਣਦਾ ਤੇ ਦਾਤੇ ਦੀ ਬਖਸ਼ੀ ਹੋਈ ਦਾਤ ਵਿੱਚੋਂ ਕੀਰਤਨੀਏ ਨੂੰ ਵੀ ਭੇਟਾ ਹੀ ਦਿੰਦਾ, ਦਾਨ ਨਹੀਂ ਦਿੰਦਾ। ਗੁਰੂ ਵਿੱਚ ਇੰਨੀਆਂ ਵਡਿਆਈਆਂ ਨੇ ਕਿ ਸਤਿਗੁਰੂ ਪਹਿਲੀ ਗੱਲ ਦਾਤੇ ਨੇ, ਸਤਿਗੁਰ ਵੱਡਾ ਕਰ ਸਲਾਈਏ ਆਉਣਾ ਉਸ ਪੌੜੀ ਤੇ ਵੇ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰੇ। ਸਾਹਿਬ ਨੇ ਕਿਹਾ ਗੁਰ ਦਾਤਾ ਦਾਤਾ ਦੇਣ ਵਾਲੇ, ਗੁਰ ਹਿਵੈ ਧਾਰ, ਗੁਰੂ ਠੰਡ ਦਾ ਕਾਰਕ ਹੈ, ਤਪਦਾ ਹੋਇਆ ਬੰਦਾ ਆ ਜਾਏ ਤੇ ਸਤਿਗੁਰੂ ਵਿੱਚ ਏਡੀ ਵੱਡੀ ਵਡਿਆਈ ਹੈ, ਇਹ ਤਪਦੇ ਹੋਏ ਬੰਦੇ ਦੇ ਅੰਦਰ ਨੂੰ ਠੰਡਿਆ ਕਰ ਦਿੰਦਾ ਹੈ। ਹੁਣ ਕਦੀ ਦੇਖਿਓ ਬਾਹਰ ਦੀਆਂ ਅੱਗਾਂ ਤਾਂ ਪ੍ਰਗਟ ਹੋ ਜਾਂਦੀਆਂ ਨੇ, ਅੰਦਰ ਦੀ ਅੱਗ ਵੀ ਕਿਤੇ ਕਿਤੇ ਪ੍ਰਗਟ ਹੋ ਹੀ ਜਾਂਦੀ ਹੈ, ਪਰ ਉਹ ਬਾਹਰ ਦੀ ਅੱਗ ਪਾਣੀ ਪਾਇਆ ਬੁੱਝ ਜਾਏਗੀ, ਅੰਦਰ ਦੀ ਅੱਗ ਪਾਣੀ ਨਾਲ ਨਹੀਂ ਬੁੱਝਦੀ, ਅੰਦਰ ਦੀ ਅੱਗ ਤਾਂ ਕੇਵਲ ਬਾਣੀ ਨਾਲ ਹੀ ਬੁੱਝਦੀ ਹੈ। ਹੁਣ ਅੰਦਰ ਕਿਹੜੀ ਕਿਹੜੀ ਅੱਗ ਹੈ, ਮੈਂ ਇੱਥੇ ਫਿਰ ਉਹ ਸਾਰੇ ਪ੍ਰਕਰਨ ਦੇ ਉੱਤੇ ਆਵਾਂਗੇ। ਗੁਰੂ ਦੀਆਂ ਵਡਿਆਈਆਂ, ਗੁਰੂ ਸਾਹਿਬ ਨੇ ਫਰਮਾਇਆ ਕਿ ਅੰਦਰ ਚਾਰ ਅੱਗ ਦੇ ਦਰਿਆ ਪੈ ਵਗਦੇ। ਆਪਾਂ ਕਹਾਂਗੇ ਵੀ ਸਰੀਰ ਵਿੱਚ ਸਾਡੇ ਤਨ ਵਿੱਚ ਰਾਤ ਵੀ ਮਰਜ ਕੀਤੀ ਸੀ, ਜੇ ਮੈਡੀਕਲ ਸਾਇੰਸ ਨੂੰ ਪੜੋਗੇ ਉਹ ਨਾੜੀਆਂ ਦਾ ਜ਼ਿਕਰ ਕਰੇਗਾ, ਆਂਦਰਾਂ ਦਾ ਜ਼ਿਕਰ ਕਰੇਗਾ, ਖੂਨ ਦੇ ਸਰਕਲ ਦਾ ਜ਼ਿਕਰ ਕਰੇਗਾ, ਪਰ ਕਿਤੇ ਅੱਗ ਹੈ ਹੀ ਨਹੀਂ। ਮਹਾਰਾਜ ਕਹਿੰਦੇ ਹਾਂ, ਹੰਸ ਖੇਤ ਲੋਭ ਕੋਭ ਚਾਰੇ ਨਦੀਆਂ ਅੱਗ, ਤੱਤਾਂ ਅੰਦਰ ਹੰਸ ਦਾ ਅਰਥ ਹਿੰਸਾ ਕਿ ਬੰਦਾ ਹਿੰਸਾ ਕਰਦਾ ਹੈ ਤਨ ਕਰਕੇ ਵੀ, ਤੇ ਜੇ ਮੰਨ ਲਓ ਕੋਈ ਸਰੀਰਕ ਤੌਰ ਤੇ ਕਿਸੇ ਦੀ ਹਿੰਸਾ ਨਾ ਕਰੇ ਹੱਥ ਚੁੱਕ ਕੇ ਜਾਂ ਸ਼ਸਤਰ ਨਾਲ, ਕਈ ਵਾਰੀ ਉਹ ਆਪਣੇ ਇਹਨਾਂ ਸੂਖਮ ਇੰਦਰੀਆਂ ਨਾਲ ਵੀ ਹਿੰਸਾ ਕਰਦਾ। ਹੰਸਿਆਰੀ ਬਿਰਤੀ ਹਿੰਸਾ ਕਰਨੀ, ਬੋਲ ਵੀ ਤਾਂ ਹਿੰਸਾ ਕਰ ਦਿੰਦਾ ਨਾ। ਖੇਤ ਦਾ ਅਰਥ ਹੈ ਮੋਹ, ਹੰਸ ਖੇਤ ਲੋਭ ਲਾਲਚ
ਕੋਪ ਦਾ ਅਰਥ ਗੁੱਸਾ, ਕਹਿੰਦੇ ਨੇ ਚਾਰ ਅੱਗ ਦੇ ਦਰਿਆ ਬੰਦੇ ਦੇ ਅੰਦਰ ਵਗਦੇ ਪਏ ਨੇ, ਪਤਾ ਨੀ ਕਿੰਨੇ ਕੁ ਲੋਕ ਇਹਦੇ ਵਿੱਚ ਡੁੱਬ ਕੇ ਸੜ ਗਏ, ਪਰ ਜਿਹੜਾ ਗੁਰੂ ਦੇ ਚਰਨਾਂ ਨਾਲ ਲੱਗ ਗਿਆ ਉਹਦੇ ਅੰਦਰ ਦੇ ਦਰਿਆ ਵੀ ਠੰਡੇ ਹੋ ਗਏ। ਇਹ ਵਡਿਆਈਆਂ ਨੇ ਸਾਹਿਬ ਦੇ ਬਚਨ ਨੇ, ਖੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੈ ਦੱਜੈ ਨਾਨਕਾ, ਜਿਹੜੇ ਵਿੱਚ ਪੈ ਗਏ ਗਏ ਸੜ ਗਏ, ਤਰੀਏ ਕਰਮੀ ਲੱਗ ਜਿਨ੍ਹਾਂ ਤੇ ਬਖਸ਼ਿਸ਼ ਹੋਈ ਉਹ ਇਸ ਅੱਗ ਦੇ ਸਾਗਰ ਨੂੰ ਤਰ ਗਏ। ਮੈਂ ਵਡਿਆਈ ਦੇ ਰੂਪ ਚ ਕਹਿ ਰਿਹਾ, ਗੁਰੂ ਦਾਤੇ ਨੇ, ਗੁਰੂ ਠੰਡ ਦਾ ਕਾਰਕ ਹੈ, ਤੇ ਤੀਸਰਾ ਬਚਨ ਗੁਰੂ ਦੀਪਕ ਦੀ ਤਰ੍ਹਾਂ ਚਾਨਣ ਦਿੰਦਾ ਹੈ। ਇਹਦਾ ਇੱਕ ਕਾਰਨ ਹੈ, ਦੀਪਕ ਸ਼ਬਦ ਤਾਂ ਵਰਤਿਆ ਹੈ ਕਿ ਇੱਕ ਦੀਵਾ ਬਾਹਰ ਦਸਤੂਰ ਬਣਦਾ ਹੋਵੇ ਤੇ ਉਸਦੇ ਕੋਲ ਭਾਵੇਂ ਲੱਖਾਂ ਦੀਵੇ ਬੁੱਝੇ ਹੋਏ ਲੈ ਆਵੋ, ਉਹ ਆਪ ਵੀ ਜਗਦਾ ਰਹਿੰਦਾ ਹੈ ਤੇ ਆਪਣੇ ਕੋਲ ਆਏ ਹੋਏ ਦੀਵੇ ਅੰਦਰ ਵੀ ਉਹ ਜੋਤ ਬਾਲ ਦਿੰਦਾ ਹੈ। ਸਤਿਗੁਰੂ ਦਾਤੇ ਨੇ, ਠੰਡ ਦਾ ਘਰ ਨੇ, ਬੁੱਝਿਆਂ ਦੇ ਅੰਦਰ ਜੋਤ ਬਾਲਣ ਵਾਲੇ ਨੇ, ਉਹਦੇ ਵਿੱਚ ਬੇਅੰਤ ਵਡਿਆਈਆਂ ਨੇ। ਸਤਿਗੁਰ ਵੱਡਾ ਕਰਸਾ ਲਾਈਐ, ਜਿਸ ਵਿੱਚ ਵੱਡੀਆਂ ਵਡਿਆਈਆਂ, ਏਡੀ ਵੱਡੀ ਵਡਿਆਈ ਕਹਿ ਕੇ ਸਤਿਗੁਰ ਗੁਣੀ ਨਿਧਾਨ ਕਹਿ, ਗੁਣ ਕਰ ਬਖਸ਼ੇ ਅਵਗਣਿਆਰੇ। ਸਤਿਗੁਰ ਪੂਰਾ ਵੈਦ ਕਹਿ, ਪੰਜੇ ਰੋਗ ਅਸਾਧ ਨਿਵਾਰੇ, ਸੁਖ ਸਾਗਰ ਗੁਰਦੇਵ ਕਹਿ, ਸੁਖ ਦੇ ਮੇਲ ਲੈ ਦੁਖਿਆਰੇ। ਸਤਿਗੁਰ ਪੂਰਾ ਨਿਰਵੈਰ ਕਹਿ, ਨਿੰਦਕ ਦੋਖੀ ਬੇਮੁਖ ਤਾਰੇ। ਸਤਿਗੁਰ ਪੂਰਾ ਨਿਰਭਉ ਸਦਾ, ਜਨਮ ਮਰਨ ਜਮ ਡਰੈ ਉਤਾਰੈ। ਸਤਿਗੁਰ ਪੁਰਖ ਸੁਜਾਨ ਕਹਿ, ਵੱਡੇ ਅਜਾਨ ਮੁਕਤ ਨਿਸਤਾਰੇ। ਸਤਿਗੁਰ ਆਗੂ ਜਾਣੀਐ, ਬਾਂਹ ਪਕੜ ਅੰਦਲੇ ਉਧਾਰੇ, ਮਾਨ ਨੀ ਮਾਣੇ ਸਤ ਬਲਿਹਾਰੇ। ਜਿਸ ਵਿੱਚ ਵੱਡੀਆਂ ਵਡਿਆਈਆਂ, ਸਤਿਗੁਰੂ ਵਿੱਚ ਇਹ ਵਡਿਆਈਆਂ। ਸਿਰਫ ਸੰਖੇਪ, ਜੇ ਕਿਸੇ ਦਿਨ ਮੌਕਾ ਮਿਲਿਆ ਇਸ ਪੂਰੀ ਪੌੜੀ ਨੂੰ ਆਪਾਂ ਵਿਚਾਰਾਂਗੇ। ਗੁਰਮੁਖੋ, ਇਹ ਤਾਂ ਮਾਪਿਆਂ ਕੋਲ ਵੀ ਸ਼ਾਇਦ ਵਡਿਆਈ ਨਹੀਂ, ਜੇ ਕਿਸੇ ਹੱਟੀ ਦੁਕਾਨ ਤੇ ਵਡਿਆਈ ਨਹੀਂ, ਕਿ ਸਤਿਗੁਰੂ ਵਿੱਚ ਏਡੀ ਵਡਿਆਈ ਕਿ ਗੁਣ ਕਰ ਬਖਸ਼ੇ ਅਵਗਣ ਯਾਰੇ। ਗੁਰਮੁਖੋ, ਖੋਟਾ ਸਿੱਕਾ ਲੈ ਕੇ ਜਾਓ, ਨਕਲੀ ਕਰੰਸੀ ਲੈ ਕੇ ਜਾਓ ਕਿਸੇ ਸਟੋਰ ਵਿੱਚ, ਦੁਕਾਨ ਵਿੱਚ, ਕਦੀ ਕਿਸੇ ਨੇ ਕਿਹਾ ਚੱਲ ਕੋਈ ਨਹੀਂ ਤੂੰ ਨਕਲੀ ਲੈ ਕੇ ਆ ਗਿਆ, ਲੋ ਜੋ ਤੂੰ ਖਰੀਦਣਾ ਤੂੰ ਲੈ ਜਾ, ਖਰੀਦ ਕੇ ਨਕਲੀ ਵੇਖ ਕੇ ਕਾਨੂੰਨ ਅਨੁਸਾਰ ਉਹਨੂੰ ਜੇਲ੍ਹ ਵੀ ਸੱਟਿਆ ਜਾ ਸਕਦਾ। ਪਰ ਗੁਰੂ ਵਿੱਚ ਏਡੀ ਵਡਿਆਈ, ਕਹਿੰਦਾ ਜੇ ਤੈਨੂੰ ਕੋਈ ਨੀ ਰੱਖਦਾ ਨਾ ਆ ਤੂੰ ਮੇਰੇ ਕੋਲ, ਮੈਂ ਤੈਨੂੰ ਖੋਟੇ ਨੂੰ ਨੀ ਖਰਿਆ ਕਰਦਿਆਂ। ਇੰਨੀਆਂ ਵਡਿਆਈਆਂ ਅਸੀਂ ਇੱਕ ਦੋ ਪ੍ਰਮਾਣ ਬਾਣੀ ਚ ਲੈ ਲੈਂਦੇ। ਹਜ਼ੂਰ ਦਾ ਇੱਕ ਪਵਿੱਤਰ ਬਚਨ ਹੁੰਦਾ, ਸਤਿਗੁਰ ਵੱਡਾ ਕਰਸਾ ਲਾਈਐ, ਧੰਨ ਧੰਨ ਰਾਮਦਾਸ ਗੁਰ, ਜਿਸ ਵਿੱਚ ਵੱਡੀਆਂ ਵਡਿਆਈਆਂ। ਕਈ ਵਾਰੀ ਬੰਦੇ ਦੇ ਨਾ ਜ਼ਿੰਦਗੀ ਚ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ, ਕਿਉਂਕਿ ਇਹ ਤਾਂ ਜਿਵੇਂ ਸੂਰਜ ਚੱਲ ਤਪ ਸ਼ਬਦ ਸੜਦਾ ਨਾ, ਕਦੀ ਚਮੜੀ ਸੜਦਾ, ਕਦੀ ਅੱਗੇ ਬੱਦਲ ਆ ਜਾਂਦਾ, ਕਦੀ ਫਿਰ ਸ਼ਾਮ ਨਿਕਲ ਜਾਂਦੀ ਹੈ, ਹਵਾ ਚੱਲਣ ਲੱਗ ਪੈਂਦੀ ਹੈ। ਸੱਚ ਇਹ ਜੇ ਰੁੱਤਾਂ ਸਦਾ ਨੀ ਟਿਕੀਆਂ ਰਹਿੰਦੀਆਂ ਤੇ ਬਾਹਰ ਦੇ ਘਟਨਾ ਕਰਮ ਵੀ ਸਦਾ ਨੀ ਟਿਕੇ ਰਹਿੰਦੇ। ਜੇ ਅੱਜ ਦੁੱਖ ਦਾ ਪਹਾੜ ਆਇਆ ਤੇ ਘਬਰਾ ਨਾ, ਇਹਨੇ ਵੀ ਕਿਹੜਾ ਸਦਾ ਟਿਕੇ ਰਹਿਣਾ, ਹਰ ਰਾਤ ਤੋਂ ਬਾਅਦ ਪ੍ਰਭਾਤ ਜ਼ਰੂਰ ਆਉਂਦੀ। ਜੇ ਦੁੱਖ ਆਇਆ ਉਹ ਕੱਟਿਆ ਜਾਏਗਾ। ਸਤਿਗੁਰੂ ਨੇ ਇਹੀ ਤਾਂ ਹੰਢਾਣ ਵਾਸਤੇ ਬਾਣੀ ਸਾਨੂੰ ਕਿਹਾ। ਮੈਂ ਫਿਰ ਬੇਨਤੀ ਕਰਾਂ ਕਿ ਸਤਿਗੁਰੂ ਦਾ ਬਚਨ ਕਹਿ, ਮੰਨ ਲਓ ਇਹੋ ਜਿਹਾ ਹਾਲਾਤ ਬਣ ਜਾਣ ਕਿ ਕੋਈ ਆਦਮੀ ਇਤਨੇ ਗੁਨਾਹ ਪਾਪ ਕਰ ਲਵੇ ਕਿ ਉਸ ਨੂੰ ਕੋਈ ਆਦਮੀ ਆਪਣੇ ਘਰ ਵਿੱਚ ਵੀ ਪ੍ਰਵੇਸ਼ ਨਾ ਕਰਨ ਦੇ, ਏਡਾ ਵੱਡਾ ਔਗਣਾ ਨਾਲ ਭਰਿਆ ਹੋਵੇ, ਵੱਡੀਆਂ ਵਡਿਆਈਆਂ, ਉਹਨੂੰ ਕਹਿਣ ਤੈਨੂੰ ਘਰ ਵਿੱਚ ਥਾਂ ਨਹੀਂ। ਤੇ ਇੱਥੋਂ ਤੱਕ ਉਹ ਬੰਦਾ ਪਰੇਸ਼ਾਨ ਹੋ ਕੇ ਕਹਿ ਵੀ ਸੰਸਾਰ ਤਾਂ ਮੈਨੂੰ ਰੱਖਦੇ ਨੇ, ਤੇ ਸੰਸਾਰ ਦਾ ਸੁਭਾਅ ਵੀ ਇਹੋ ਜਿਹਾ। ਕਦੀ ਤੁਸੀਂ ਦੇਖਿਓ, ਅਸੀਂ ਕੰਨੀ ਕਤਰਾਨੇ ਆ ਜਿਹੜੇ ਬੰਦੇ ਡਿੱਗੇ ਹੋਏ ਨੇ ਆਪਣੀ ਜ਼ਿੰਦਗੀ ਵਿੱਚ। ਸਾਡਾ ਸਮਾਜ ਡਿੱਗਿਆਂ ਨੂੰ ਚੁੱਕਣ ਦੀ ਥਾਂ ਜਦੋਂ ਬਦਨਾਮ ਕਰਦਾ ਨਾ, ਤੇ ਦਿਨ ਬ ਦਿਨ ਲੋਕ ਜਿਹੜੇ ਨੇ ਉਹ ਵਿਚਾਰੇ ਹੋਰ ਨਿਗਰੀ ਜਾਂਦੇ। ਮੈਂ ਸ਼ਬਦ ਵਿਚਾਰੇ ਵਰਤਿਆ, ਥੋੜਾ ਜਿਹਾ ਤਵੱਜੋ ਦਿਆ ਜੇ। ਇੱਕ ਪੌਂਡ ਹੈ, ਚਲੋ ਇੱਥੋਂ ਦੀ ਕਰੰਸੀ, ਇੱਕ ਪੌਂਡ ਜ਼ਮੀਨ ਤੇ ਡਿੱਗ ਪਵੇ ਤੇ ਵੱਡਾ ਬੰਦਾ ਜਿੰਨੇ ਸੋਹਣੇ ਕੱਪੜੇ ਪਾਏ ਹੋਣ ਉਹ ਵੀ 3 ਫੁੱਟ ਜ਼ਮੀਨ ਤੇ ਝੁੱਕ ਕੇ ਡਿੱਗੇ ਹੋਏ ਪੈਸੇ ਨੂੰ, ਪੌਂਡ ਨੂੰ ਚੁੱਕ ਲੈਂਦਾ। ਉਹ ਭਲਿਓ ਜਿਹੜਾ ਬੰਦਾ ਜ਼ਿੰਦਗੀ ਚ ਡਿੱਗ ਚੁੱਕਾ ਹੈ, ਥੋੜਾ ਜਿਹਾ ਝੁੱਕ ਕੇ ਉਹਨੂੰ ਵੀ ਚੁੱਕਣ ਦਾ ਯਤਨ ਕਰੇ। ਬੰਦਾ ਝੁੱਕੇ ਚੁੱਕੇ ਤਾਂ ਸਹੀ, ਐਕਸੀਡੈਂਟ ਬਾਹਰ ਹੋਇਆ ਹੋਵੇ ਤੇ ਅਸੀਂ ਯਕ ਲੱਖ ਦੀ ਯਤਨ ਕਰ ਰਹੇ ਹਾਂ
ਵੀ ਇਸ ਬੰਦੇ ਨੂੰ ਬਚਾਓ, ਖਾਲਾ ਸਾਡਾ ਰਿਸ਼ਤੇਦਾਰ ਨਹੀਂ, ਉਹ ਅਸੀਂ ਜਾਣ ਪਛਾਣ ਦੇ ਨਹੀਂ, ਉਹਦਾ ਐਕਸੀਡੈਂਟ ਹੋਵੇ, ਉਸ ਡਿੱਗੇ ਹੋਏ ਨੂੰ ਆਪਾਂ ਚੁੱਕ ਲੈਂਦੇ ਹਾਂ ਪਿਆਰੋ, ਜਿਹਦਾ ਅੰਦਰੂਨੀ ਤੌਰ ਤੇ ਐਕਸੀਡੈਂਟ ਹੋ ਗਿਆ ਉਹਨੂੰ ਕੇਵਲ ਗੁਰੂ ਹੀ ਚੁੱਕਦਾ। ਬੇਨਤੀ ਫਿਰ ਸਮਝੇ, ਹਜ਼ੂਰ ਨੇ ਕਿਹਾ ਇੱਕ ਇਨਸਾਨ ਭੁੱਲ ਕਰਦਾ, ਗਲਤੀ ਕਰਦਾ, ਮੰਨ ਲਓ ਉਹਨੂੰ ਪਰਿਵਾਰ ਨੇ ਨਹੀਂ ਰੱਖਿਆ, ਉਹ ਕਈ ਵਾਰੀ ਸੰਸਾਰ ਵੱਲ ਦੇਖਦਾ, ਸੰਸਾਰ ਵੀ ਉਹਨੂੰ ਮੂੰਹ ਨਹੀਂ ਲਾਉਂਦਾ, ਤੇ ਗੁਰੂ ਸਾਹਿਬ ਦਾ ਬਚਨ ਉਹ ਕਹਿੰਦਾ ਚਲੋ ਫਿਰ ਨਿਰੰਕਾਰ ਵੱਲ ਚਲੋ, ਰੱਬ ਦੇ ਘਰ, ਰੱਬ ਵੱਲ ਆਸਰਾ ਤੱਕੇ। ਤੇ ਗੁਨਾਹ ਇੰਨੇ ਕੀਤੇ ਹੋਣ, ਜੇ ਰੱਬ ਵੀ ਕਹਿਦਾ ਕਿ ਤੇਰੇ ਵਰਗੇ ਪਾਪੀ ਬੰਦੇ ਨੂੰ ਮੇਰੇ ਘਰ ਵਿੱਚ ਵੀ ਥਾਂ ਨਹੀਂ, ਉਹ ਬੰਦਾ ਜਾਏਗਾ ਕਿੱਥੇ, ਜਿਸ ਵਿੱਚ ਵੱਡੀਆਂ ਵਡਿਆਈਆਂ ਗੁਣ ਕਰ ਬਖਸ਼ੇ ਅਵਗਣਿਆ ਹੈ, ਉਹ ਜਾਏ ਕਿੱਥੇ, ਪਰਿਵਾਰ ਰੱਖ ਨਹੀਂ ਰਿਹਾ, ਸੰਸਾਰ ਨਫ਼ਰਤ ਕਰਦਾ, ਕਰਮ ਚੰਗੇ ਨਹੀਂ, ਨਿਰੰਕਾਰ ਦੇ ਘਰ ਵਿੱਚ ਉਹਦੀ ਢੋਈ ਕੋਈ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਚ ਬੜੀ ਵੱਡੀ ਵਡਿਆਈ ਏ, ਜੇ ਤੈਨੂੰ ਸੰਸਾਰ ਨਹੀਂ ਰੱਖਦਾ, ਇੱਥੋਂ ਤੱਕ ਕਹਿ ਦਿੱਤਾ ਨਿਰੰਕਾਰ ਨਹੀਂ ਰੱਖਦਾ, ਤੂੰ ਗੁਰੂ ਦੇ ਚਰਨ ਘੁੱਟ ਕੇ ਪਕੜ ਲੈ, ਗੁਰੂ ਤਾਂ ਦਰਗਾਹ ਚੋਂ ਧੱਕਿਆ ਹੋਇਆ ਨੂੰ ਵੀ ਥਾਂ ਦਵਾ ਦਿੰਦਾ। ਇਹ ਸਿਰਫ ਗੁਰੂ ਵਿੱਚ ਵਡਿਆਈਆਂ ਨੇ, ਵੱਡਾ ਕਰ ਸਹਲਾਈ ਹੈ, ਇਹ ਪਵਿੱਤਰ ਬਚਨ ਹੈ, ਆਪੇ ਕੁਦਰਤ ਸਾਜਕ ਹੈ, ਆਪੇ ਕਰੇ ਵਿਚਾਰ, ਗੁਣ ਕਰ ਬਖਸ਼ੇ ਅਵਗਣਿਆਰੇ, ਆਪੇ ਕੁਦਰਤ ਸਾਜਕ ਹੈ, ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ, ਆਪ ਹੀ ਉਹਨੇ ਸਭ ਕੁਛ ਸਾਜਿਆ ਨਾ। ਵੈਸੇ ਇਹ ਵੀ ਪ੍ਰਕਰਨ ਵੱਖਰਾ ਹੈ, ਜਦੋਂ ਕੁਛ ਨਹੀਂ ਉਦੋਂ ਵੀ ਸ਼ਬਦ ਸੀ, ਹੈ ਨੀ ਇਹ ਵਿਸ਼ਾ ਅੱਜ ਦਾ, ਜਦੋਂ ਕੁਛ ਨਹੀਂ ਰਹੇਗਾ ਸ਼ਬਦ ਤਾਂ ਉਦੋਂ ਵੀ ਰਹੇਗਾ, ਜਦੋਂ ਕੁਛ ਨਹੀਂ ਅੱਖਰ ਵੀ ਨਹੀਂ ਸ਼ਬਦ ਉਦੋਂ ਵੀ ਸੀ, ਜਿਸ ਦਿਨ ਅੱਖਰ ਮਿਟ ਜਾਣਗੇ ਸ਼ਬਦ ਉਦੋਂ ਵੀ ਰਹੇਗਾ, ਕਿਉਂਕਿ ਉਹ ਸ਼ਬਦ ਜਿਹੜਾ ਜੁਗੋ ਜੁਗ ਅਟਲ ਸ਼ਬਦ ਕਹਿ, ਉਹ ਅੱਖਰਾਂ ਦਾ ਮੁਤਾਜ ਨਹੀਂ, ਇਹ ਅੱਖਰ ਖਿਰ ਜਾਏਗਾ, ਉਹ ਅੱਖਰ ਇਨਮੈਂਦਾ ਹੈ। ਪਰ ਮਹਾਰਾਜ ਕਹਿੰਦੇ ਉਹਨੇ ਆਪੇ ਹੀ ਕੁਦਰਤ ਸਾਜ ਦਿੱਤੀ। ਹੁਣ ਕਈ ਵਾਰੀ ਆਪਾਂ ਕਰਮਾਂ ਦੀ ਗੱਲ ਕਰਦੇ ਹਾਂ ਨਾ, ਵੀ ਇਹਨੂੰ ਸਜ਼ਾ ਮਿਲੇਗੀ, ਸੱਚ ਏਵੇ ਜਿੱਦਣ ਉਹਨੇ ਸਾਰੀ ਖੇਡ ਨੂੰ ਸਮੇਟਣਾ, ਨਾ ਕੋਈ ਪੁੰਨੀ ਰਹਿਣਾ ਤੇ ਨਾ ਕੋਈ ਪਾਪੀ ਰਹਿਣਾ, ਥੋੜਾ ਜਿਹਾ ਖੁੱਲੇ ਦਿਮਾਗ ਨਾਲ, ਨਾ ਕੋਈ ਸੰਤ ਤੇ ਨਾ ਕੋਈ ਅਸੰਤ। ਯਾਦ ਰੱਖੋ ਪਲੇ ਗਰਾਊਂਡ ਦੇ ਵਿੱਚ ਲੋਕ ਉਂਝ ਵੀ ਸੈਰ ਕਰਦੇ ਨੇ ਸਾਰਾ ਦਿਨ, ਕੋਈ ਫਾਉਲ ਨਹੀਂ, ਜਿੱਧਰੋਂ ਮਰਜ਼ੀ ਕੋ ਲੰਘੇ, ਪਰ ਜਦੋਂ ਖੇਡ ਸ਼ੁਰੂ ਹੋ ਜਾਏ ਨਾ, ਉਦੋਂ ਇੱਕ ਪੈਰ ਬਾਹਰ ਗਿਆ ਹੋਇਆ ਵੀ ਨੰਬਰ ਗਵਾ ਦਿੰਦਾ, ਜਦੋਂ ਖੇਡ ਰਚ ਦਿੱਤੀ ਉਦੋਂ ਪਾਪ ਪੁੰਨ ਸਭ ਕੁਝ ਰਚ ਦਿੱਤੇ, ਜਦੋਂ ਖੇਜ ਨੂੰ ਉਜਾੜਨ ਤੇ ਆ ਗਿਆ ਉਦੋਂ ਕੁਛ ਵੀ ਨਹੀਂ। ਸਤਿਗੁਰੂ ਨੇ ਚੌਪਈ ਸਾਹਿਬ ਵਿੱਚ ਬਚਨ ਕਿਹਾ, ਕਹਿਣ ਲੱਗੇ ਜਬ ਉਦਕਰਖ ਕਰਾ ਕਰਤਾਰਾ, ਉਦਕਰਖ ਤੇ ਅਕਰਖ ਦੋ ਸ਼ਬਦ ਨੇ, ਇਹ ਵੀ ਸ਼ਬਦ ਦੀ ਖੇਡ ਜੇ। ਜਦੋਂ ਉਹਨੇ ਕਿਹਾ ਮੈਂ ਵਿਸਤਾਰ ਕਰਾਂ, ਹੁਣ ਵਿਸਤਾਰ ਕਰਨ ਲਈ ਉਹਨੂੰ ਕਿਸੇ ਤੋਂ ਕੋਈ ਮਨਜ਼ੂਰੀ ਨਹੀਂ ਲੈਣੀ ਪੈਣੀ ਕਿ ਮੈਂ ਆਪਣੇ ਘਰ ਦਾ ਆਪਣੇ ਬਿਜ਼ਨਸ ਦਾ ਵਿਸਤਾਰ ਕਰਨਾ, ਉਹ ਤਾਂ ਫੁਰਨੇ ਬਣਾਏ ਤੇ ਸਭ ਕੁਝ ਹੋ ਜਾਂਦਾ ਹੈ। ਜਬ ਉਦਕਰਖ ਕਰਾਂ ਕਰਤਾਰਾ, ਉਦੋਂ ਕੀ ਹੋਇਆ ਪਰਜਾ ਧਰਤ ਤਬ ਦੇ ਅਪਾਰਾ, ਜਬ ਅਕਰਖ ਕਰਤ ਹੋ ਕਬਮੋ, ਤੂੰ ਮੈਂ ਮਿਲਤ ਦੇ ਧਰ ਸਭ ਫਿਰ ਮਿਲ ਗਏ। ਆ ਉਸ ਪ੍ਰਕਰਨ ਵੱਲ, ਆਪੇ ਉਹਨੇ ਕੁਦਰਤ ਦਰਤ ਆ ਕਾਇਨਾਤ ਬਣਾਈ, ਆਪੇ ਕੁਦਰਤ ਸਾਜਕ ਹੈ, ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ, ਆਪੇ ਪਰਖਣਹਾਰ, ਉਦੋਂ ਟਣਕਾਂਦੇ ਹੁੰਦੇ ਸਨ ਸਿੱਖਿਆ, ਆਪੇ ਪਰਖਣਹਾਰ, ਖਰੇ ਖਜ਼ਾਨੇ ਪਾਈਏ, ਖੋਟੇ ਸਟੀਆਂ ਬਾਹਰ ਬਾਹਰ, ਖਰਿਆਂ ਨੂੰ ਖਜ਼ਾਨਾ ਮਿਲ ਗਿਆ, ਖੋਟੇ ਬਾਹਰ ਸੜ ਦਿੱਤੇ, ਜਿਸ ਵਿੱਚ ਵੱਡੀਆਂ ਵਡਿਆਈਆਂ, ਖੋਟੇ ਸਟੀਆਂ ਬਾਹਰ ਬਾਹਰ, ਖੋਟੇ ਸੱਚੀ ਦਰਗਹਿ ਸੁੱਟੀਆਂ, ਕਿਸ ਆਗੇ ਕਰੇ ਪੁਕਾਰ, ਸਤਿਗੁਰ ਪਿੱਛੇ ਭੱਜ ਪਵੇ, ਇਹ ਹਾਂ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰ ਨਖਾਰ, ਜਿਸ ਵਿੱਚ ਵੱਡੀਆਂ ਵਡਿਆਈਆਂ। ਸਤਿਗੁਰੂ ਕਹਿੰਦੇ ਇੰਨੀ ਵਡਿਆਈ ਕਿ ਬਲਖਾਰੀ ਗੁਰ ਆਪਣੇ ਦੋਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ, ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਨ ਮਾਨਸ ਤੇ ਦੇਵ ਤੇ ਕੀਏ, ਕਰਤ ਨ ਲਾਗੀ ਵਾਹ ਪੂਰਾ ਗੁਰ, ਅਹਿਓ ਜਾਂ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ, ਸੰਤ ਜਿਸ ਵਿੱਚ ਵੱਡੀਆਂ ਵਡਿਆਈਆਂ, ਮੇਰਾ ਹੀਰ ਹੈ ਰਤਨ ਨਾਮ ਕਰ ਵਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲਵਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਇਹ ਗੁਰੂ ਵਿੱਚ ਵਡਿਆਈ ਹੈ, ਕਿਉਂ ਅਸੀਂ ਕਹਿੰਦੇ ਧੰਨ ਧੰਨ ਰਾਮਦਾਸ ਗੁਰ,
ਸਿਰਫ ਇਸ ਤੁਕ ਤੇ ਹਜ਼ੂਰ ਨੇ ਫਰਮਾਇਆ ਕਿ ਸਤਿਗੁਰ ਵੱਡਾ ਕਰ ਸਹਲਾਈ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਮਹਾਰਾਜ ਸਤਿਗੁਰੂ ਸਭ ਨੂੰ ਮਿਲ ਜਾਂਦੇ ਨੇ, ਕਹਿੰਦੇ ਨੀ ਇੱਕ ਬੜੀ ਵੱਡੀ ਬਾਣੀ ਚ ਕੈਸੀ ਪਿਆਰ ਦੀ ਇਹ ਬਖਸ਼ਿਸ਼ ਹੈ। ਵਾਹਿਗੁਰੂ ਤਰਸ ਕਰੇ ਗੁਰੂ ਮਿਲਦਾ, ਤੇ ਗੁਰੂ ਬਖਸ਼ਿਸ਼ ਕਰੇ ਤੇ ਵਾਹਿਗੁਰੂ ਮਿਲਦਾ। ਐਵੇਂ ਨਹੀਂ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਧਿਆਨ ਦਿਆ ਜੇ ਸਤਿਗੁਰੂ ਐਵੇਂ ਨਹੀਂ ਮਿਲ ਗਿਆ। ਦੇਖੋ ਬੜੀ ਦੁਨੀਆਂ ਇਸ ਸ਼ਹਿਰ ਚ ਹੋਵੇਗੀ, ਕਿੰਨੀ ਖਲਕਤ ਵੱਖਦੀ ਸੰਸਾਰ ਚ, ਪਰ ਸਾਰੇ ਤਾਂ ਗੁਰੂ ਨੇੜੇ ਨਹੀਂ। ਗੁਰੂ ਨੇੜੇ ਵੀ ਉਹ ਜਾਂਦਾ ਜਿਸ ਉੱਪਰ ਵਾਹਿਗੁਰੂ ਦੀ ਨਦਰ ਹੋ ਜਾਵੇ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਨਦਰੀ ਸਤਿਗੁਰ ਪਾਇਆ। ਕਹਿਣ ਲੱਗੇ ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਉਹਨੇ ਨਦਰ ਕੀਤੀ ਤੇ ਸਤਿਗੁਰੂ ਮਿਲ ਗਿਆ ਤੇ ਸਤਿਗੁਰੂ ਨੇ ਸ਼ਬਦ ਸੁਣਾਇਆ। ਕਹਿਣ ਲੱਗੇ ਜਿੰਨੇ ਮੇਰੇ ਨਾਲ ਤੈਨੂੰ ਮਿਲਾਇਆ ਮੈਂ ਉਹਦੇ ਨਾਲ ਤੈਨੂੰ ਮਿਲਾ ਦੇਣਾ। ਫਿਰ ਬੇਨਤੀ ਹੈ ਸਤਿਗੁਰੂ ਵਿੱਚ ਬੇਅੰਤ ਵਡਿਆਈਆਂ ਨੇ, ਇੱਕ ਖਿੰਨ ਲਾਉਂਦੇ ਨੇ ਕਿ ਉਸ ਜੀਵ ਨੂੰ ਪਰਮਾਤਮਾ ਨਾਲ ਮਿਲਦੇ ਨੇ। ਸਤਿਗੁਰ ਵੱਡਾ ਕਰ ਸਹਲਾਈ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ, ਪਰ ਪਿਆਰੇ ਉਹ ਮਿਲਦਾ ਕਿਨੂੰ ਸ਼ਹਿ ਮੇਲੇ ਤਾਂ ਨਦਰੀਆਂ ਗਈਆਂ। ਸ਼ਹਿ ਦਾ ਅਰਥ ਪਰਮਾਤਮਾ, ਪਰਮਾਤਮਾ ਵਾਹਿਗੁਰੂ ਕਿਰਪਾ ਕਰੇ, ਪਤੀ ਵਾਹਿਗੁਰੂ ਬਖਸ਼ਿਸ਼ ਕਰੇ, ਉਹਨੂੰ ਨਜ਼ਰ ਆਉਂਦੀਆਂ ਨੇ ਮੇਰੇ ਗੁਰੂ ਵਿੱਚ ਕਿੰਨੀਆਂ ਕੁ ਵਡਿਆਈਆਂ। ਦੇਖੋ ਸਾਧ ਸੰਗਤ, ਅੱਖਾਂ ਸਭ ਨੂੰ ਦੇਖਦੀਆਂ ਨੇ, ਅੱਖਾਂ ਨਾਲ ਦੇਖਣ ਵਾਲੇ ਤਾਂ ਗੁਰੂ ਨਾਨਕ ਸਾਹਿਬ ਨੂੰ ਵੀ ਬਹੁਤ ਸਨ, ਪਰ ਕਈ ਐਸੀਆਂ ਅੱਖਾਂ ਸਨ ਜਿਨ੍ਹਾਂ ਨੂੰ ਸ਼ਹਿ ਮੇਲੇ ਪਰਮਾਤਮਾ ਨੇ ਵਡਿਆਈ ਵੇਖਣ ਦੀ ਅੰਦਰ ਦੀ ਦਾਤ ਦੇ ਦਿੱਤੀ। ਦੌਲਤਾਂ ਦਾਈ ਸਿਰਫ ਦੇਖਿਆ, ਸਿਰਫ ਅੱਖਾਂ ਨਾਲ ਦੇਖਿਆ, ਤੇ ਜਿਹੜੀ ਅੱਜ ਤੱਕ ਲੋਕਾਂ ਦੇ ਘਰ ਵਿੱਚ ਬੱਚੇ ਦੀ ਪੈਦਾਇਸ਼ ਤੋਂ ਪਹਿਲਾਂ ਕਹਿੰਦੀ ਸੀ ਕਿ ਮੇਰੀ ਝੋਲੀ ਵਿੱਚ ਧਨ ਪਦਾਰਥ ਪਾਇਓ, ਸਿਰਫ ਪਹਿਲੀ ਝਲਕ ਮੇਰੇ ਬਾਬੇ ਦੀ ਮਿਲੀ ਤੇ ਉਹਨੇ ਬਾਬੇ ਦੇ ਘਰ ਹੀ ਪਿਤਾ ਬਾਬਾ ਕਾਲੂ ਜੀ ਨੂੰ ਕਹਿ ਦਿੱਤਾ ਰਹਿਣ ਦੇ, ਮੈਂ ਤਾਂ ਬਹੁਤ ਰੱਜੀ। ਉਹਨਾਂ ਕਿਹਾ ਜੇ ਘੱਟ ਨੇ ਝੋਲੀ ਕਰ ਮੈਂ ਹੋਰ ਪੈਸੇ ਦਿਆਂਗਾ। ਕਹਿਣ ਲੱਗੇ ਤੇਰੇ ਪੁੱਤਰ ਦੀ ਪਹਿਲੀ ਝਲਕ ਨੇ ਨਾਨ ਦੀ ਦੌਲਤਾਂ ਸਾਂ, ਮਨ ਕਰਕੇ ਭੁੱਖੀ ਸਾਂ, ਤੇਰੇ ਪੁੱਤਰ ਦੇ ਪਹਿਲੇ ਦੀਦਾਰ ਨੇ ਅੰਦਰ ਦੀ ਭੁੱਖ ਹੀ ਮਿਟਾ ਦਿੱਤੀ। ਹੁਣ ਇਹ ਵਡਿਆਈ ਹੋਰ ਕਿਸੇ ਨੂੰ ਦਿਸੀ? ਬੇਬੇ ਨਾਨਕੀ ਨੂੰ ਦਿਸੀ। ਮੈਂ ਇੱਕ ਉਦਾਹਰਨ ਦੇ ਦੇਣਾ, ਉਹਨੂੰ ਰਾਏ ਬੁਲਾਰ ਨੂੰ ਦਿਸੀ ਕਿ ਗੁਰੂ ਵਿੱਚ ਕਿੰਨੀਆਂ ਕੁ ਵਡਿਆਈਆਂ। ਅਸੀਂ ਥੋੜਾ ਜਿਹਾ ਬਾਹਰ ਮੁਖੀ ਇਤਿਹਾਸਕ ਪੱਖ ਤੋਂ ਵੀ ਸੱਚੇ ਸੌਦੇ ਦਾ ਸਭ ਨੂੰ ਪਤਾ ਹੈ ਕਿ ਹਜ਼ੂਰ ਨੇ 20 ਰੁਪਈਆਂ ਦਾ ਸੱਚਾ ਸੌਦਾ ਕੀਤਾ, ਪਰ ਜਦੋਂ ਵਾਪਸ ਆਏ ਨੇ ਪਿਤਾ ਜੀ ਨੇ ਝਿੜਕਿਆ ਵੀ ਹੈ। ਤੇ ਮੈਂ ਫਿਰ ਬੇਨਤੀ ਕਰਾਂ, ਕਦੀ ਵੀ ਇਹੋ ਜਿਹੇ ਪ੍ਰਕਰਨ ਨੂੰ ਸੁਣਾਉਂਦਿਆਂ ਆਪਣੇ ਮਨ ਚ ਨਫ਼ਰਤ ਦਾ ਕਿਤੇ ਫੁਰਨਾ ਨਹੀਂ ਲਿਆਉਣਾ ਬਾਬਾ ਕਾਲੂ ਜੀ ਨੇ, ਧਿਆਨ ਦਿਆ ਜੀ, ਕਿਉਂਕਿ ਅਸੀਂ ਭਾਵਨਾ ਚ ਕਈ ਵਾਰੀ ਸ਼ਬਦ ਉਹ ਵੀ ਵਰਤ ਜਾਂਦੇ ਜਿਹੜੇ ਵਰਤਣੇ ਨਹੀਂ ਚਾਹੀਦੇ। ਇਹ ਤਾਂ ਗੁਰੂ ਨਾਨਕ ਸਾਹਿਬ ਦੀ ਖੇਡ ਹੈ, ਜਦੋਂ ਪਿਤਾ ਨੂੰ ਸਮਝਾਉਣ ਤੇ ਆਏ ਖਿੰਨ ਵਿੱਚ ਹੀ ਭਰਮ ਦੇ ਛੋੜ ਕੱਟੇ ਗਏ। ਆਪਾਂ ਤਾਂ ਬਾਣੀ ਵਿੱਚੋਂ ਦੇਖਣਾ ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਹ। ਸੱਚਾ ਸੌਦਾ ਕਰਕੇ ਆਏ ਰਾਏ ਬੁਲਾਰ, ਉਹਨੂੰ ਪਤਾ ਲੱਗਾ ਕਿ ਬਾਬਾ ਕਾਲੂ ਸਾਹਿਬ ਕ੍ਰੋਧਿਤ ਹੋਏ ਨੇ, ਗੁੱਸੇ ਚ ਆਏ ਨੇ, ਤੇ ਉਹਨਾਂ ਨੇ ਖੱਤ ਵੀ ਚੁੱਕਿਆ। ਰਾਏ ਬੁਲਾਰ ਨੇ ਭਾਵਨਾ ਨਾਲ ਗੁਰੂ ਨਾਨਕ ਸਾਹਿਬ ਨੂੰ ਆਪਣੇ ਘਰ ਬੁਲਾ ਲਿਆ। ਜਦੋਂ ਹਜ਼ੂਰ ਦਾ ਚਿਹਰਾ ਦੇਖਿਆ ਉਹਦੀਆਂ ਅੱਖਾਂ ਪਾਣੀ ਚ ਭੇਜਾਈਆਂ। ਉਹਨੇ ਨੌਕਰ ਭੇਜ ਕੇ ਕਿਹਾ ਕਿ ਕਾਲੂ ਜੀ ਨੂੰ ਬੁਲਾਓ, ਬਾਬਾ ਕਾਲੂ ਜੀ ਆ ਗਏ। ਕਵੀ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰੀ ਚ ਲਿਖਿਆ, ਉਹਨਾਂ ਕਿਹਾ ਤੈਨੂੰ ਪਤਾ ਨਹੀਂ ਨਾਨਕ ਕਰਕੇ ਤਾਂ ਮੇਰਾ ਗਰਾਉਂ ਵਸਦਾ ਹੈ, ਮੇਰੀ ਤਲਵੰਡੀ ਵਸਦੀ ਹੈ, ਤੂੰ ਇਹਦੇ ਤੇ ਹੱਥ ਚੁੱਕਿਆ। ਕਹਿਣ ਲੱਗਾ ਦੇਖੋ ਅੱਗੇ ਛਾਪ ਛੱਲੇ ਗੜਵੇ ਬਾਹਰ ਸਕਦੇ ਸਨ, ਹੁਣ ਤਾਂ 20 ਰੁਪਈਏ ਗਵਾਹੇ, ਕਵਾਜ ਦਿੱਤੀ 20 ਦੀ ਥਾਂ ਸੈਂਕੜੇ ਲਿਆ ਦਿਓ। ਉਹਨਾਂ ਕਿਹਾ ਗਵਾਏ ਇਸ ਨੇ ਤੇ ਭਰੋਗੇ ਤੁਸੀਂ? ਤੇ ਰਾਏ ਬੁਲਾਰ ਨੇ ਕਿਹਾ ਮੈਂ ਕਿਹੜੇ ਆਪਣੇ ਕੋਲੋਂ ਦੇਣ ਲੱਗਾ, ਮੈਂ ਤਾਂ ਗੁਰੂ ਨਾਨਕ ਸਾਹਿਬ ਦੇ ਕਰਜ਼ ਬਿਆਉਦਾਰ, ਮੈਂ ਇਹਨਾਂ ਦਾ ਕਰਜ਼ਦਾਰ ਹਾਂ।
ਇਹ ਸ਼ਬਦ ਲਿਖੇ ਨੇ। ਦੇਖੋ ਇਹ ਵਡਿਆਈ ਕਿਸੇ ਟਾਵੇਂ ਟਾਵੇਂ ਨੂੰ ਦਿਸਦੀ। ਮੈਂ ਗੁਰੂ ਨਾਨਕ ਸਾਹਿਬ ਦਾ ਕਰਜ਼ਦਾਰ ਹਾਂ, ਮੈਂ ਇਹਨਾਂ ਦਾ ਕਰਜ਼ਾ ਲਿਆ ਵਾਪਸ ਕਰਨਾ। ਉਸ ਵਕਤ ਕਹਿੰਦੇ ਨੇ ਬਾਬਾ ਕਾਲੂ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਰਾਏ ਜੀ ਅੱਗੇ ਲੋਕ ਮਜ਼ਾਕ ਕਰਦੇ ਸਨ, ਹੁਣ ਤੁਸੀਂ ਵੀ ਹਾਂਸੀ ਉਡਾਣ ਲੱਗ ਪਏ। ਇਹਨੇ ਤਾਂ ਕਦੀ ਇੱਕ ਟਕਾ ਨਹੀਂ ਕਮਾ ਕੇ ਲਿਆਂਦਾ ਤੇ ਤੁਹਾਨੂੰ ਕਰਜ਼ ਕਿਸ ਦਿਨ ਦੇ ਦਿੱਤਾ। ਉੱਥੇ ਕਹਿੰਦੇ ਰਾਏ ਬੁਲਾਰ ਦੇ ਨਾਲ ਹੱਥ ਜੁੜ ਗਏ ਤੇ ਗੁਰੂ ਨਾਨਕ ਸਾਹਿਬ ਵੱਲ ਦੇਖ ਕੇ ਕਹਿੰਦਾ ਕਿ ਸੱਚ ਏਵੇ ਸੁਣ ਕਾਲੂ, ਤੁਝ ਕੋ ਸੁਧ ਨਾਹੀਂ, ਤੈਨੂੰ ਅਜੇ ਪਤਾ ਨਹੀਂ ਇਹਦੇ ਕੋਲ ਕੀ ਹੈ, ਕੀ ਕੁਛ ਮੈਂ ਇਸ ਦਾ ਦਿੱਤਾ ਮਾਨ ਨਾ। ਵਡਿਆਈਆਂ ਤੇ ਸਿਫਤਾਂ ਵੀ ਰੱਬ ਮੇਰ ਕਰੇ ਤੇ ਸਮਝ ਪੈਂਦੀ। ਸੁਣ ਕਾਲੂ, ਤੁਝ ਕੋ ਸੁਧ ਨਾਹੀਂ, ਕਿਹੜੀ ਸੁਧ ਨਹੀਂ। ਕਹਿਣ ਲੱਗੇ ਮਾਇਆ ਪਿਖੈ ਜਿੱਤੀ ਜਗ ਮਾਹੀ, ਜਿੰਨੀ ਦੁਨੀਆਂ ਵਿੱਚ ਮਾਇਆ ਦੇਖਣਾ ਪੈਣਾ ਇਹ ਸਭ ਗੁਰੂ ਨਾਨਕ ਦੇ ਚਰਨਾਂ ਦੀ ਧੂੜ ਵਿੱਚ ਵਸਦੀ। ਸੁਣ ਕਾਲੂ, ਤੁਝ ਕੋ ਸੁਧ ਨਾਹੀਂ, ਮਾਇਆ ਪਿਖੈ ਜਿੱਤੀ ਜਗ ਮਾਹੀ, ਸਭ ਵਰਤੈ ਨਾਨਕ ਅਨੁਸਾਰੀ। ਤੂੰ 20 ਰੁਪਈਏ ਕਹਿਣਾ, ਹਰ ਚੀਜ਼ ਧਰਤੀ ਦੇ ਤੱਤ ਵੀ ਇਹਦੇ ਹੁਕਮ ਚੱਲਦੇ ਪਏ ਨੇ, ਸਭ ਵਰਤੈ ਨਾਨਕ ਅਨੁਸਾਰੀ। ਤੇ ਇਸ ਤਰ੍ਹਾਂ ਅਧੀਨ ਅਧੀਨ ਹੈ ਪੰਤ ਰਜ਼ਾਏ ਜੋ ਪੰਤ ਬ੍ਰਤ ਨਾਰੀ, ਜਿਵੇਂ ਇੱਕ ਪਤੀ ਵਰਤਾ ਇਸਤਰੀ ਪਤੀ ਦੇ ਹੁਕਮ ਵਿੱਚ, ਇਸੇ ਤਰ੍ਹਾਂ ਦੁਨੀਆਂ ਦੀ ਦੌਲਤ ਗੁਰੂ ਨਾਨਕ ਦੇ ਹੁਕਮ ਵਿੱਚ ਹੈ। ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਮੈਂ ਤਾਂ ਦੇਣ ਲੱਗਾ ਮੇਰੇ ਘਰ ਵਿੱਚ ਮੇਰਾ ਕੁਛ ਵੀ ਨਹੀਂ, ਔਰ ਜੇ ਮੁਝ ਘਰ ਵਡਿਆਈ ਕਮਲ ਨੈਣ ਕਰੁਣਾ ਤੇ ਭਾਈ, ਜਿਹੜੀਆਂ ਮੇਰੇ ਘਰ ਵਿੱਚ ਵੀ ਬਖਸ਼ਿਆ ਨੇ ਇਹ ਵੀ ਗੁਰੂ ਨਾਨਕ ਸਾਹਿਬ ਕਮਲ ਦੇ ਨੇਤਰਾਂ ਵਾਲੇ ਨੇ ਕੀਤੀਆਂ। ਹੁਣ ਦੇਖੋ ਸੰਸਾਰੀ ਵਡਿਆਈ ਹੋਵੇ, ਪਿਛਲੇ ਦਿਨੀ ਦਾਸ ਇੱਕ ਬੇਨਤੀ ਕੀਤੀ ਸੀ, ਦੋ ਤਰ੍ਹਾਂ ਦੇ ਪੱਖ ਨੇ, ਇੱਕ ਹੈ ਦੁਨੀਆਂ ਦੀ ਵਡਿਆਈ, ਇੱਕ ਹੈ ਦੀਨ ਦੀ ਵਡਿਆਈ। ਸੱਚ ਇਹ ਵੇ ਕਿ ਦੁਨੀਆਂ ਦੀ ਵਡਿਆਈ ਵਾਸਤੇ ਲੋਕ ਜ਼ੋਰ ਮਾਰਦੇ ਨੇ, ਉੱਥੇ ਅੱਗੇ ਨਿਕਲਣਾ ਪੈਂਦਾ ਹੈ, ਤੇ ਦੀਨ ਦੀ ਕਿਰਪਾ ਲੈ ਕੇ ਪਿੱਛੇ ਰਹਿ ਕੇ ਝੁਕਣਾ ਪੈਂਦਾ ਹੈ। ਦੁਨੀਆਂ ਦੀ ਵਡਿਆਈ ਵਾਲਾ ਇਹ ਸ਼ਬਦ ਕਹਿੰਦਾ ਮੈਂ ਸਭ ਤੋਂ ਉੱਚਾ। ਇਹ ਫਰਕ ਜੇ ਧਰਮੀ ਵਿੱਚ ਤੇ ਰਾਜਨੀਤੀ ਵਿੱਚ, ਥੋੜੀ ਜਿਹੀ ਮੇਰੀ ਬੇਨਤੀ ਸਮਝਿਓ, ਰਾਜਨੀਤੀ ਦੇ ਖੇਤਰ ਵਿੱਚ ਜਦੋਂ ਵੀ ਜਾਓਗੇ, ਰਾਜਨੀਤੀ ਵਿੱਚ ਬੰਦਾ ਜਿੰਦਾ ਹੀ ਉਹ ਰਹਿ ਸਕੇਗਾ ਜਿਹੜਾ ਆਪਣੇ ਦਾ ਵਿਰੋਧ ਕਰੇਗਾ ਵਿਰੋਧੀ ਦਾ, ਤੇ ਜਿਹੜਾ ਉਹਦੀਆਂ ਸਕੀਮਾਂ ਨਾਲ ਸਹਿਮਤ ਹੋ ਜਾਏਗਾ, ਉਹਦੀਆਂ ਯੋਜਨਾਵਾਂ ਨਾਲ ਸਹਿਮਤ ਹੋ ਜਾਏਗਾ, ਉਹ ਕਾਮਯਾਬ ਰਾਜਨੇਤਾ ਨਹੀਂ। ਜਿੰਨਾ ਮਰਜ਼ੀ ਚੰਗਾ ਕੰਮ ਕਰੋ, ਉਹਨੂੰ ਇਹ ਕਹਿਣਾ ਪਏਗਾ ਕਿ ਇਹਦੇ ਵਿੱਚ ਆਹ ਘਾਟ ਹੈ, ਇਹ ਦਰਸਾਉਣ ਲਈ ਕਿ ਇਹਨੂੰ ਕੁਛ ਪਤਾ ਨਹੀਂ ਮੈਂ ਇਹਦੇ ਤੋਂ ਵੱਧ ਕਰ ਸਕਣਾ। ਸੱਚ ਇਹ ਵੇ ਦੁਨੀਆਂ ਵਿੱਚ ਲੰਘਣ ਲਈ ਲੋਕਾਂ ਨੂੰ ਮਾੜਾ ਕਹਿ ਕੇ ਪਛਾੜਨਾ ਪੈਂਦਾ ਹੈ, ਤੇ ਧਰਮ ਦੀ ਦੁਨੀਆਂ ਵਿੱਚ ਵਧਣ ਲਈ ਆਪਣੇ ਆਪ ਨੂੰ ਨੀਵੇਂ ਦਿਖਾਉਣਾ ਪੈਂਦਾ ਹੈ। ਤਾਂ ਹੀ ਸਤਿਗੁਰੂ ਨੇ ਸੁਖਮਨੀ ਵਿੱਚ ਦੋ ਹੀ ਬਚਨ ਕਹਿ ਕਿ ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਏ ਸਭ ਤੇ ਉੱਚਾ। ਪਰ ਜਿਹੜਾ ਜਾਣੈ ਸ਼ਬਦ ਨਾ ਕੇਵਲ ਕਹਿ, ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਏ ਸਭ ਤੇ ਉੱਚਾ। ਨਾਲ ਇਹ ਵੀ ਕਿਹਾ ਆਪਸ ਕੋ ਜੋ ਭਲਾ ਕਹਾਵੇ, ਤਿਸੈ ਭਲਾਈ ਨਿਕਟ ਨਾ ਆਵੇ। ਦੋਨੋਂ ਪੱਖ ਰੱਖ ਦਿੱਤੇ। ਮੈਂ ਬੇਨਤੀ ਕਰਾਂ, ਹਰ ਤਰ੍ਹਾਂ ਦੀ ਵਡਿਆਈ ਸਤਿਗੁਰੂ ਕਹਿੰਦੇ ਨੇ, ਸਤਿਗੁਰੂ ਵੱਡਾ ਕਰ ਸਾਹ ਲਾਈਐ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ, ਤੇ ਉਹ ਵਡਿਆਈਆਂ ਜਿਹੜੀਆਂ ਨੇ ਗੁਰੂ ਜੀ ਦੀਆਂ, ਉਹ ਫਿਰ ਜਾਂਦੀਆਂ ਕਿੱਥੇ? ਆਹ ਕਿਉਂ ਕਿਹਾ ਧੰਨ ਧੰਨ ਰਾਮਦਾਸ ਗੁਰ, ਮੈਂ ਉਸ ਤੁਕ ਦੀ ਸਿਰਵਰਤ ਕਰ ਰਿਹਾ, ਸਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਜਦੋਂ ਜਗਿਆਸੂ ਸਿੱਖ ਗੁਰੂ ਨੂੰ ਭਾ ਗਿਆ, ਜਿਹੜੀਆਂ ਗੁਰੂ ਦੀਆਂ ਵਡਿਆਈਆਂ ਸਨ ਉਹ ਸਿੱਖ ਦੇ ਅੰਦਰ ਪ੍ਰਵੇਸ਼ ਕਰ ਗਏ। ਤਾਂ ਉਹਦੀ ਸਿਫਤ ਕਰਨੀ ਹੈ ਕਿ ਉਹਦੇ ਗੁਣ, ਉਹਦੇ ਵਡਿਆਈਆਂ ਅੰਦਰ ਆ ਜਾਣ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਤੇ ਪਿਆਰਿਓ, ਜਦੋਂ ਵਡਿਆਈਆਂ ਆਉਂਦੀਆਂ ਨੇ, ਅੰਦਰੋਂ ਬੁਰਿਆਈਆਂ ਚੁੱਕੀਆਂ ਜਾਂਦੀਆਂ। ਜਿੱਥੇ ਵਡਿਆਈ ਹੈ ਨਾ ਗੁਰੂ ਦੀ, ਉੱਥੇ ਬੁਰਿਆਈ ਨੂੰ ਕੋਈ ਥਾਂ ਨਹੀਂ। ਜਿੱਥੇ ਵਡਿਆਈ ਆਵੇਗੀ ਉੱਥੇ ਬੁਰਿਆਈ ਚੁੱਕੀ ਜਾਏਗੀ, ਤੇ ਜਿੱਥੇ ਪੂਰੇ ਗੁਰੂ ਦੀਆਂ ਵਡਿਆਈਆਂ ਆ ਜਾਣਗੀਆਂ ਉੱਥੋਂ ਬੁਰਿਆਈਆਂ ਵੀ ਚਲੀਆਂ ਜਾਣਗੀਆਂ। ਮਹਾਰਾਜ ਜੀ ਨੇ ਕਿਹਾ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ, ਕਰ ਹੁਕਮ ਮਸਤਕ ਹੱਥ ਧਰ,
ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਗੁਰੂ ਨੇ ਮੱਥੇ ਤੇ ਹੱਥ ਰੱਖਿਆ ਤੇ ਜਿਹੜੀਆਂ ਅੰਦਰ ਬੁਰਿਆਈਆਂ ਸਨ ਸਤਿਗੁਰੂ ਨੇ ਸਾਰੀਆਂ ਮਾਰ ਕੇ ਬਾਹਰ ਕੱਢ ਦਿੱਤੀਆਂ। ਅਪੁਸ਼ਟ ਬਾਤ ਤੇ ਭਈ ਸੀਧਰੀ, ਦੂਤ ਦੁਸ਼ਟ ਸਜ ਨਹੀਂ, ਅੰਧਕਾਰ ਮੈਂ ਰਤਨ ਪ੍ਰਗਾਸ਼ਿਓ ਮਲੀਨ ਬੁੱਧ ਹਿਸਦੇ, ਮੈਲੇ ਚਿੱਟੇ ਹੋ ਗਏ, ਕਾਲੇ ਚਿੱਟੇ ਹੋ ਗਏ, ਮੈਲੇ ਨਿਰਮਲ ਹੋ ਗਏ। ਗੁਰੂ ਉਹ ਮੱਥੇ ਤੇ ਹੱਥ ਧਰ ਕੇ, ਹੁਣ ਕੁਝ ਗੱਲਾਂ ਨਾ ਆਪ ਭਾਵ ਬਣਾਉਣੇ ਪੈਂਦੇ। ਮੈਂ ਪਹਿਲੇ ਦਿਨ ਉੱਥੇ ਕਥਾ ਆਰੰਭ ਕਰਦਿਆਂ ਕਿਹਾ ਸੀ ਕਿ ਸ਼ਬਦ ਵਿੱਚ ਬੜੇ ਭਾਵ ਬਣਾ ਕੇ ਗੁਰੂ ਨੂੰ ਪਿਆਰ ਕੀਤਾ, ਦੁਨੀਆਂ ਦੇ ਰਿਸ਼ਤੇ ਬਣਾ ਕੇ, ਕਿਤੇ ਮਾਂ ਬਾਪ ਕਹਿ ਕੇ, ਕਿਤੇ ਮਿੱਤਰ ਕਹਿ ਕੇ, ਕਿਤੇ ਭਰਾ ਕਹਿ ਕੇ, ਕਿਤੇ ਯਾਰ ਕਹਿ ਕੇ, ਕਿਤੇ ਸੱਜਣ ਕਹਿ ਕੇ, ਕਿਤੇ ਮਾਲਕ ਕਹਿ ਕੇ, ਕਿਤੇ ਠਾਕੁਰ ਕਹਿ ਕੇ, ਕਿਤੇ ਸਵਾਮੀ ਕਹਿ ਕੇ, ਇਹ ਕਹਿਣ ਤਾਂ ਦੁਨੀਆਂ ਦੇ ਸਾਰੇ ਰਿਸ਼ਤੇ ਨਾ, ਪਰ ਭਾਵ ਬਣਾਇਆ। ਹੁਣ ਜਦੋਂ ਮੱਥੇ ਤੇ ਹੱਥ ਰੱਖਣ ਦੀ ਗੱਲ ਚੱਲਦੀ ਹੈ ਤੇ ਮੈਂ ਕਈ ਵਾਰੀ ਸੋਚਣਾ ਕਿ ਮੱਥਾ ਟੇਕਣਾ ਤੇ ਹੱਥ ਜੋੜਨੇ ਇਹ ਸਰੀਰ ਦੀ ਮੁਦਰਾ ਹੈ, ਪਰ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ, ਰੋਜ਼ ਅਸੀਂ ਪੜ੍ਹਦੇ ਹਾਂ, ਕਹਿੰਦੇ ਨੇ ਆਹ ਸਰੀਰ ਜਿਹੜਾ ਪਿੰਡ ਹੈ ਨਾ, ਐ ਸਿਰ ਤੱਕ ਨਖਾਨਕ ਭਰਿਆ ਪਿਆ ਕਾਮ ਤੇ ਕ੍ਰੋਧ ਨਾਲ। ਕਹਿੰਦੇ ਨੇ ਇਹਨਾਂ ਨੂੰ ਖੰਡਨ ਕਰਨ ਵਾਸਤੇ, ਇਹਨਾਂ ਦੇ ਟੁਕੜੇ ਕਰਨ ਦੇ ਲਈ ਇੱਕ ਤਾਂ ਗੁਰੂ ਕੋਲ ਚਲਾ ਜਾ, ਤੇ ਦੂਜੀ ਗੱਲ ਦੋ ਪੁੰਨ ਆਪਣੀ ਜ਼ਿੰਦਗੀ ਚ ਕਰ ਲੈ। ਵੈਸੇ ਤਾਂ ਪੁੰਨ ਬੜੇ ਨੇ, ਕੋਈ ਅੰਨ ਦਾ ਪੁੰਨ ਕਰਦਾ, ਕੋਈ ਕੱਪੜਿਆਂ ਦਾ ਪੁੰਨ ਕਰਦਾ, ਕੋਈ ਪੈਸਿਆਂ ਦਾ ਕਰਦਾ। ਗੁਰੂ ਗ੍ਰੰਥ ਸਾਹਿਬ ਨੇ ਤਿੰਨ ਪੁੰਨਾਂ ਨੂੰ ਬਹੁਤ ਵੱਡੀ ਥਾਂ ਦਿੱਤੀ। ਕਹਿੰਦੇ ਨੇ ਇੱਕ ਤਾਂ ਗੁਰੂ ਕੋਲ ਹੱਥ ਜੋੜ ਲਏ, ਏਦੋਂ ਵੱਡਾ ਪੁੰਨ ਕੋਈ ਨਹੀਂ। ਦੂਜਾ ਗੁਰੂ ਨੂੰ ਮੱਥਾ ਟੇਕਣ ਦੀ ਜਾ ਸਿੱਖ ਲੈ, ਏਦੋਂ ਵੱਡਾ ਪੁੰਨ ਕੋਈ ਨਹੀਂ। ਤੇ ਸੱਚ ਵਿੱਚ ਕਲਯੁਗ ਵਿੱਚ ਤੂੰ ਗੁਰੂ ਗੁਰੂ ਜਪਣ ਲੱਗ ਪਓ, ਏਦੋਂ ਵੱਡਾ ਵੀ ਪੁੰਨ ਕੋਈ ਨਹੀਂ। ਅਸੀਂ ਪੜ੍ਹਦੇ ਹਾਂ ਕਾਮ ਕ੍ਰੋਧ ਨਗਰ ਬਹੁ ਭਰਿਆ, ਗੁਰੂ ਰਾਮਦਾਸ ਜੀ ਦਾ ਬਚਨ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੇ, ਕਿੱਡੀ ਵੱਡੀ ਬਾਤ ਕੇ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਉਹ ਕਹਿਣ ਲੱਗੇ ਹੱਥ ਚੁੱਕਣ ਵਾਲੇ ਬੜੇ ਮਿਲਣਗੇ, ਪਰ ਜਿਹਨੂੰ ਹੱਥ ਜੋੜਨ ਦੀ ਜਾ ਚਾਹੀਦੇ ਏਦੋਂ ਵੱਡਾ ਪੁੰਨ ਹੀ ਕੋਈ ਨਹੀਂ। ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਤੇ ਨਾਲ ਅਗਲਾ ਬਚਨ ਹੈ ਕਰ ਡੰਡੋਤ ਪੁੰਨ ਵੱਡਾ ਹੈ। ਭਾਵੇਂ ਅਸੀਂ ਡੰਡੋਤ ਦੇ ਅਰਥ ਤਾਂ ਉਂਝ ਹੁੰਦੇ ਨੇ, ਇੱਕ ਅਸ਼ਟਾਂਗ ਹੁੰਦਾ, ਅੱਠ ਅੰਗ ਧਰਤੀ ਨਾਲ ਲੱਗਣੇ, ਇੱਕ ਹੈ ਡੰਡੋਤ ਡੰਡੇਵਤ ਲੰਮੇ ਪੈ ਕੇ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਸ਼ਬਦ ਬਹੁਤ ਵਾਰੀ ਮਿਲਣਗੇ, ਤਿੰਨ ਖਾਸ ਕਰਕੇ, ਇੱਕ ਬਿਨਵੰਤ, ਇੱਕ ਪਰਣਵਤ ਤੇ ਇੱਕ ਡੰਡਵਤ, ਅਸੀਂ ਡੰਡੋਤ ਕਹਾਂਗੇ। ਹੁਣ ਡੰਡੋਤ ਦੇ ਅਰਥ ਭਾਵੇਂ ਲੰਮੇ ਪੈ ਕੇ ਕਹਿੰਦੇ ਹਾਂ, ਅਸਲ ਵਿੱਚ ਗੁਰਮੁਖੋ ਹਰ ਬਾਹਰ ਦੇ ਕਰਮ ਦਾ ਕੋਈ ਅੰਦਰੂਨੀ ਅਰਥ ਹੈ, ਧਿਆਨ ਦਿਆ ਜੀ। ਰਾਤ ਵੀ ਉੱਥੇ ਅਰਜ਼ ਕੀਤੀ, ਸਤਿਗੁਰੂ ਨੇ ਹਰ ਬਾਹਰ ਦੇ ਕਰਮ ਨਾਲ ਸਾਨੂੰ ਅੰਦਰ ਨੂੰ ਜੋੜਿਆ। ਜੇ ਅੰਮ੍ਰਿਤਸਰ ਦੀ ਆਪਾਂ ਗੱਲ ਕਰਾਂਗੇ ਅੱਗੇ ਕਿ ਗੁਰੂ ਰਾਮਦਾਸ ਦੇ ਵਸਾਏ ਨਗਰ ਵਿੱਚ ਪੰਜ ਸਰੋਵਰ ਨੇ, ਪਹਿਲਾ ਸੰਤੋਖਸਰ, ਦੂਸਰਾ ਅੰਮ੍ਰਿਤਸਰ ਜਿਸ ਤਰ੍ਹਾਂ ਟੱਪ ਲੱਗੀ ਗਏ, ਤੀਸਰਾ ਰਾਮਸਰ, ਚੌਥਾ ਵਿਵੇਕਸਰ ਤੇ ਪੰਜਵਾਂ ਕੌਲਸਰ। ਅਸੀਂ ਇਹਨੂੰ ਸਮਝੀਏ ਇਸ ਫਿਲੋਸਫੀ ਨੂੰ। ਜੇ ਆਹ ਵਿਦਵਾਨ ਕਹਿਣ ਲੱਗ ਪਏ ਉਦੋਂ ਪਾਣੀ ਦੀ ਲੋੜ ਸੀ ਜੀ ਤਾਂ ਸਰੋਵਰ ਬਣਾ ਦਿੱਤਾ, ਹੱਦ ਹੋ ਗਈ, ਇੱਧਰ ਅੰਮ੍ਰਿਤਸਰ ਨਾਲ ਕੌਲਸਰ ਦੀ ਲੋੜ ਕੀ ਪੈ ਗਈ, ਕਿੰਨਾ ਕੁ ਫਰਕ ਪੈਂਦਾ ਹੈ। ਹਾਲਾਂਕਿ ਵੱਖਰਾ ਪ੍ਰਕਰਨ, ਇਕੱਲੇ ਅੰਮ੍ਰਿਤਸਰ ਦੀ ਕਥਾ ਕਰਾਂਗੇ ਤੇ ਕਾਫੀ ਦਿਲ ਲੱਗਣਗੇ, ਕਿਉਂਕਿ ਉਹਦਾ ਤਾਂ ਇੱਕ ਇੱਕ ਇੰਚ ਥਾਂ ਜਿਹੜੀ ਏ ਉਹ ਸਿੱਖਾਂ ਦੇ ਖੂਨ ਨਾਲ ਭਿੱਜੀ ਤੇ ਮਾਣ ਮੱਤੇ ਇਤਿਹਾਸ ਨਾਲ ਭਰੀ ਹੋਈ ਹੈ। ਹੁਣ ਅਸੀਂ ਕਹਿ ਦਿੱਤਾ ਪੰਜ ਸਰੋਵਰ ਨੇ, ਸੰਤੋਖਸਰ, ਅੰਮ੍ਰਿਤਸਰ, ਰਾਮਸਰ, ਵਿਵੇਕਸਰ, ਕੌਲਸਰ ਤੇ ਪੁਰਾਣੇ ਗੁਰਸਿੱਖ ਪੁਰਾਤਨ ਮੈਂ ਸ਼ਬਦ ਵਰਤੇ ਹੈ, ਉਹ ਪੰਜਾਂ ਸਰੋਵਰਾਂ ਦੇ ਇਸ਼ਨਾਨ ਕਰਦੇ ਹੁੰਦੇ ਸਨ। ਇਸ਼ਨਾਨ ਕਰਨਾ, ਬੈਠ ਕੇ ਕਿਨਾਰੇ ਪਾਠ ਕਰਨੇ, ਉਦੋਂ ਹਰਿਆਵਲ ਵੀ ਬਹੁਤ ਸੀ। ਹੁਣ ਇਹ ਪੰਜ ਸਰੋਵਰਾਂ ਦੇ ਕਿਤੇ ਅੰਤਰੀਵ ਅਰਥ ਦੇਖੀਏ। ਮਨ ਚ ਇੱਕ ਦਿਨ ਆਇਆ, ਗੁਰੂ ਰਾਮਦਾਸ ਦੀ ਪਰਿਕਰਮਾ ਚ ਬੈਠਿਆ, ਮੈਂ ਪੜ੍ਹਿਆ ਨੀ ਕਿਤੋਂ, ਸਿਰਫ ਇੱਕ ਬੇਨਤੀ ਹੈ, ਮੇਰੇ ਖਿਆਲ ਨੂੰ ਤੁਸੀਂ ਸਵੀਕਾਰਿਓ।
ਪਹਿਲਾ ਟੱਪ ਸੰਤੋਖ ਸਰਦਾ ਲੱਗਾ, ਮੁਕੰਮਲ ਅੰਮ੍ਰਿਤ ਸਰੋਵਰ ਪਹਿਲਾਂ ਹੋਇਆ, ਸੰਤੋਖ ਸਰ ਬਾਅਦ ਵਿੱਚ ਮੁਕੰਮਲ ਹੋਇਆ। ਪਰ ਜਿਹੜੀ ਅੰਮ੍ਰਿਤਸਰ ਦੇ ਥੱਲੇ ਨੀਰ ਛੱਡਣ ਲੱਗਿਆ ਮਿੱਟੀ ਵਿਛਾਈ ਗਈ ਨਾ, ਉਹ ਸੰਤੋਖ ਸਰ ਤੋਂ ਲਿਆ ਕੇ ਵਿਛਾਈ ਸੀ। ਹੁਣ ਵੀ ਤੁਸੀਂ ਦੇਖੋ, ਇਤਿਹਾਸ ਸਾਨੂੰ ਦੱਸੇਗਾ ਕਿ ਸੰਤੋਖ ਸਰ ਦੀ ਮਿੱਟੀ ਗਾਰ ਬਾਹਰ ਕੱਢ ਲੈਂਦੇ ਨੇ, ਮਿੱਟੀ ਨਹੀਂ ਕੱਢਣ ਦਿੰਦੇ, ਉਹ ਮਿੱਟੀ ਸੰਤੋਖ ਸਰ ਦੀ ਵਿਛਾਈ। ਗੁਰੂ ਨੇ ਕਿਹਾ ਜੇ ਅੰਮ੍ਰਿਤ ਸਰੋਵਰ ਦੇ ਤੱਕ ਪਹੁੰਚਣਾ ਚਾਹੁੰਦਾ ਤੇ ਪਹਿਲਾਂ ਸੰਤੋਖ ਹੋਣਾ ਬਹੁਤ ਜ਼ਰੂਰੀ ਏ। ਜਿਸ ਬੰਦੇ ਅੰਦਰ ਸਬਰ ਕੋਈ ਨਹੀਂ, ਅੰਮ੍ਰਿਤਸਰ ਦੀ ਟੁੱਬੀ ਕਿਵੇਂ ਮਾਰੇਗਾ? ਇੱਕ ਤੇ ਪੰਜ ਗੁਣ ਨੇ, ਜੇ ਸੰਤੋਖ ਹੈ ਤੇ ਅੰਮ੍ਰਿਤ ਟਿਕੇਗਾ। ਜਿਹਨੂੰ ਅੰਮ੍ਰਿਤ ਵਿੱਚ ਟੁੱਬੀ ਮਾਰਨ ਦੀ ਜਾਚ ਆ ਜਾਏ ਉਹ ਰਾਮਸਰ ਦਾ ਇਸ਼ਨਾਨੀ ਏ। ਜਿਹਦੇ ਕੋਲ ਸੰਤੋਖ ਅੰਮ੍ਰਿਤ ਤੇ ਰਾਮਸਰ ਹੋਵੇ ਉਹ ਵਿਵੇਕੀ ਬਣ ਜਾਂਦਾ, ਵਿਵੇਕ ਸਰ ਦਾ ਇਸ਼ਨਾਨੀ ਏ, ਤੇ ਜਿਹਦੇ ਕੋਲ ਚਾਰੇ ਆ ਜਾਣ ਉਹ ਕੌਲ ਸਰ ਦਾ ਇਸ਼ਨਾਨੀ ਬਣ ਜਾਂਦਾ, ਉਹਦੇ ਅੰਦਰ ਦਾ ਕੌਲ ਵੀ ਖਿੜਦਾ। ਹੁਣ ਵੇਖੋ ਹਜ਼ੂਰ ਸਾਹਿਬ ਵਿੱਚ ਜਦ ਅਸੀਂ ਅਨੰਦਪੁਰ ਸਾਹਿਬ ਦੀ ਗੱਲ ਕਰਨੀ, ਮੈਂ ਖਿੰਨ ਵਿੱਚੋਂ ਨਿਕਲਿਆ, ਮੇਰੇ ਗੁਰੂ ਦੀਆਂ ਵਡਿਆਈਆਂ ਬੇਅੰਤ ਨੇ ਉੱਥੇ ਰੁਕੀਆਂ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਸਤਿਗੁਰੂ ਨੇ ਜਿੱਥੇ ਅੰਮ੍ਰਿਤ ਦੀ ਦਾਤ ਦਿੱਤੀ, ਕੱਲ ਵੀ ਜ਼ਿਕਰ ਕੀਤਾ ਸੀ ਊੜੇ ਤੇ ਜੂੜੇ ਦਾ, ਮੈਂ ਅੱਜ ਫਿਰ ਬੇਨਤੀ ਕਰਦਿਆ, ਜਿਸ ਥਾਂ ਤੇ ਗੁਰੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਉਹਦਾ ਨਾਮ ਵੀ ਗੁਰੂ ਨੇ ਕੇਸਗੜ੍ਹੀ ਰੱਖਿਆ ਹੈ। ਹਰ ਸਿੱਖ ਦੇ ਕੋਲ ਕੇਸਗੜ੍ਹ ਹੈ, ਕੇਸਗੜ੍ਹ ਦੇ ਉੱਤੇ ਹੀ ਨਿਸ਼ਾਨ ਸੌਂਪਦੇ ਨੇ। ਜੇ ਕੇਸਗੜ੍ਹ ਹੀ ਨਹੀਂ ਤੇ ਨਿਸ਼ਾਨ ਕਿੱਥੇ ਝੁਲੇਗਾ? ਜੇ ਸਿੱਖ ਦੇ ਸਿਰ ਤੇ ਕੇਸਾਂ ਦਾ ਜੂੜਾ ਗੜ੍ਹ ਕਾਇਮ ਹੈ ਉੱਤੇ ਦਸਤਾਰ ਸੌਂਪ ਦੀਏ, ਤੇ ਜਿਹੜਾ ਕੇਸਗੜ੍ਹ ਕਾਇਮ ਰਹਿੰਦਾ ਹੋਵੇ ਉਹ ਕਦੀ ਡੋਲਦਾ ਨਹੀਂ ਹੁੰਦਾ। ਹਜ਼ੂਰ ਨੇ ਕਿਰਪਾ ਕੀਤੀ ਸਾਡੇ ਤੇ, ਮੈਂ ਪ੍ਰਕਰਨ ਵਿੱਚ ਆਵਾਂ ਕਿ ਸਭ ਤੋਂ ਵੱਡੀ ਗੱਲ ਹੱਥ ਜੋੜ ਤੇ ਦੂਸਰਾ ਬਚਨ ਕਿਹਾ, ਕਰ ਡੰਡੋਤ ਪੁੰਨ ਵੱਡਾ ਆਖੇ। ਡੰਡੋਤ ਦਾ ਅਰਥ ਹੁੰਦਾ ਹੈ ਡੰਡੇਵਤ। ਇਹ ਕਿਉਂ ਕਹਿ ਦਿੱਤਾ ਡੰਡੇਵਤ? ਦੇਖੋ ਡੰਡਾ ਕਦੀ ਆਪਣੀ ਮਰਜ਼ੀ ਨਹੀਂ ਕਰਦਾ, ਜਿਸ ਨੇ ਹੱਥ ਚ ਪਕੜਿਆ ਉਹਦੀ ਮਰਜ਼ੀ ਹੈ ਡੰਡੇ ਨੂੰ ਮੋਢੇ ਤੇ ਰੱਖੇ, ਉਸਦੀ ਮਰਜ਼ੀ ਹੈ ਡੰਡੇ ਨੂੰ ਜ਼ਮੀਨ ਤੇ ਸੱਟੇ, ਉਹਦੀ ਮਰਜ਼ੀ ਹੈ ਕਿ ਡੰਡੇ ਨੂੰ ਘਰ ਦੇ ਕਿਸੇ ਕੋਨੇ ਵਿੱਚ ਰੱਖਦਾ ਹੈ। ਡੰਡੇ ਦੀ ਆਪਣੀ ਮਰਜ਼ੀ ਕੋਈ ਨਹੀਂ। ਡੰਡੋਤ ਦਾ ਅਰਥ ਹੈ ਡੰਡੇ ਦੀ ਤਰ੍ਹਾਂ ਸਮਰਪਿਤ ਹੋ ਜਾ, ਜਿਵੇਂ ਮਾਲਕ ਦੀ ਮਰਜ਼ੀ ਜਿੱਥੇ ਰੱਖੇ ਉਸੇ ਤਰ੍ਹਾਂ ਰਹਿਣ ਦੀ ਜਾ ਸਕਤ। ਆ ਸ਼ੇਕਸਪੀਅਰ ਇੱਥੇ ਹੋਇਆ ਹੈ ਨਾ, ਤੇ ਉਹਦੇ ਨਾਟਕਾਂ ਵਿੱਚ ਇੱਕ ਬੜੀ ਸੋਹਣੀ ਗੱਲ ਹੈ। ਦੋ ਆਦਮੀ ਤੁਰੇ ਜਾ ਰਹੇ ਨੇ, ਅਮੀਰ ਬੰਦੇ, ਇੱਕ ਦਾ ਨੌਕਰ ਨਾਲ ਹੈ ਤੇ ਇੱਕ ਬੰਦਾ ਦੂਜੇ ਦੇ ਨੌਕਰ ਨੂੰ ਗੱਲ ਸਮਝਾ ਰਿਹਾ, ਤੇ ਕਈ ਵਾਰੀ ਸਮਝਾਉਣ ਦੇ ਬਾਵਜੂਦ ਉਹਨੂੰ ਸਮਝ ਨਾ ਪਈ, ਤੇ ਜਿਹੜਾ ਸਮਝਾ ਰਿਹਾ ਉਹਦੇ ਹੱਥ ਵਿੱਚ ਡੰਡਾ ਸੀ। ਸ਼ੇਕਸਪੀਅਰ ਲਿਖਦਾ ਉਹਨੇ ਜ਼ਮੀਨ ਤੇ ਡੰਡਾ ਖੜਕਾ ਕੇ ਕਿਹਾ, ਤੇਰੇ ਨਾਲੋਂ ਤਾਂ ਡੰਡਾ ਚੰਗਾ ਹੈ ਜਿਹਨੂੰ ਸਮਝ ਪੈਗੀ ਮੇਰੀ ਇੱਕ ਇਸ਼ਾਰੇ ਦੀ। ਤੇ ਨੌਕਰ ਨੇ ਕਿਹਾ, ਇਹ ਤੇਰੇ ਹੱਥ ਵਿੱਚ, ਮੈਂ ਤੇਰੇ ਹੱਥ ਤੋਂ ਬਾਹਰ। ਗੱਲ ਬੜੀ ਚੰਗੀ ਲੱਗੀ ਮੈਨੂੰ ਕਿ ਡੰਡਾ ਵੀ ਤਾਂ ਜਿਹਦੇ ਹੱਥ ਚ ਉਹਦਾ ਇਸ਼ਾਰਾ। ਮੇਰੇ ਗੁਰੂ ਰਾਮਦਾਸ ਕਹਿੰਦੇ ਨੇ, ਭਾਈ ਡੰਡੇ ਦੀ ਤਰ੍ਹਾਂ ਸਮਰਪਿਤ ਹੋ ਜਾ। ਗੁਰੂ ਭਾਂਡਿਆਂ ਚ ਰੱਖੇ ਤਾਂ ਵੀ ਖੈਰ, ਗੁਰੂ ਜੋੜਿਆਂ ਚ ਖੜੇ ਕਰੇ ਤਾਂ ਵੀ ਖੈਰ, ਜੇ ਗੁਰੂ ਦੀ ਰਜ਼ਾ ਚ ਰਹਿੰਦੇ ਆ ਚਾਰ ਬੰਦੇ ਮਾੜਾ ਵੀ ਕਹਿਣ ਲੱਗ ਪਣ ਤੇ ਤਾਂ ਵੀ ਖੈਰ, ਤੇ ਜੇ ਗੁਰੂ ਵਡਿਆਈ ਦੇਣ ਲੱਗੇ, ਜਿੰਨੇ ਗੁਰੂ ਵਡਿਆਈ ਦੇ ਉਹਨੇ ਗੁਰੂ ਦੇ ਚਰਨ ਘੁੱਟ ਕੇ ਬਾਣੀ ਨੂੰ ਹੋਰ ਪਕੜਨਾ। ਮੈਂ ਅਰਜ਼ ਕੀਤੀ ਖਾਸ ਕਰਕੇ ਤਿੰਨ ਪੁੰਨ, ਇੱਕ ਡੰਡੋਤ ਪੁੰਨ, ਇੱਕ ਅੰਜਲੀ ਪੁੰਨ, ਤੇ ਤੀਸਰਾ ਗੁਰੂ ਨੇ ਕਿਹਾ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹ, ਗੋਬਿੰਦ ਦੇ ਗੁਣ ਗਾਹ। ਹੁਣ ਗੁਰੂ ਜੀ ਮੱਥੇ ਤੇ ਹੱਥ ਰੱਖਿਆ ਤੇ ਅੰਦਰ ਦੀਆਂ ਬੁਰਿਆਈਆਂ ਖਿੱਚ ਲਈਆਂ, ਤੇ ਸਤਿਗੁਰੂ ਦੇ ਹੱਥ ਲਈ ਅੱਜ ਵੀ ਆਪਾਂ ਭਾਵ ਬਣਾਵਾਂਗੇ। ਭਾਵੇਂ ਅਸੀਂ ਜਦੋਂ ਬਾਣੀ ਪੜ੍ਹਨੇ ਆ ਨਾ, ਇਹਦੇ ਵਿੱਚ ਸਰਗੁਣ ਰੂਪ ਦੀਆਂ ਝਲਕਾਂ ਵੀ ਦਿੱਤੀਆਂ, ਇਹਨੂੰ ਸੁਣ ਜ਼ਰੂਰ ਲਿਆ ਜੇ, ਕਿਉਂਕਿ ਇਹ ਨਾ ਸਮਝੋ ਕਿ ਸ਼ਾਇਦ ਮੈਂ ਕਿਸੇ ਦੇਹ ਦੀ ਪੂਜਾ ਲਈ ਗੱਲ ਕਰਨ ਲੱਗਾ। ਭਾਵ ਤਾਂ ਉੱਥੇ ਵੀ ਗੁਰੂ ਨੇ ਬਣਾਏ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਤੇ ਬੋਲਣ ਦਾ ਸੰਬੰਧ ਤਾਂ ਮੂੰਹ ਦੇ ਨਾਲ ਹੈ। ਜੇ ਅਸੀਂ ਪੜ੍ਹਦੇ ਹਾਂ, ਤੇਰੀ ਚਾਰ ਸੁਹਾਵੀ ਮਧੁਰਾੜੀ ਬਾਣੀ, ਕੋਕਿਨ ਕੋਕਲਾ ਤਰਲ ਜਵਾਨੀ,
ਤਰਲਾ ਜਵਾਨੀ ਆਪ ਭਾਣੀ ਇੱਚ ਮਨ ਕੀ ਪੂਰੀ ਹੈ ਸਾਰੰਗ ਜਿਉਂ ਪੱਗ ਧਰੈ ਠਿਮ ਠਿਮ ਆਪ ਆਪ ਸੰਧੂਰੇ ਤੂੰ ਤਾਂ ਤੁਰਨਾ ਹੀ ਇਸ ਤਰ੍ਹਾਂ ਜਿਵੇਂ ਹਾਥੀ ਠਿਮ ਠਿਮ ਕਰਕੇ ਚੱਲਦਾ ਇਸ਼ਾਰਾ ਬਣ ਰਿਹਾ ਹੈ ਜਿਵੇਂ ਤੇਰੇ ਬੰਕੇ ਲੋਇਣ ਤੇਰੇ ਸੋਹਣੇ ਦੀਆਂ ਅੱਖਾਂ ਤੇਰੀਆਂ ਬੜੀਆਂ ਸੋਹਣੀਆਂ ਨੇ ਹੁਣ ਇਹ ਸਤਿਗੁਰੂ ਦੇ ਬਚਨਾਂ ਨੂੰ ਸਮਝੀਏ ਤੇਰੇ ਬੰਕੇ ਲੋਇਣ ਦੰਤ ਰਸਾਲਾ ਕਹਿਣ ਲੱਗੇ ਤੇਰੇ ਦੰਦ ਵੀ ਬੜੇ ਸੋਹਣੇ ਸੋਹਣੇ ਨੱਕ ਜਿਨ ਲੰਬੜੇ ਬਾਲਾ ਤੇਰੇ ਕੇਸ ਵੀ ਬੜੇ ਲੰਮੇ ਭਗਤ ਨਾਮਦੇਵ ਜੀ ਨੇ ਤਾਂ ਕਿਹਾ ਕਹਿਣ ਲੱਗੇ ਦਵਾਰਕਾ ਨਗਰੀ ਕਾਹੇ ਕੇ ਮੰਗੋਲ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਹ ਖੈਰ ਮੈਂ ਪ੍ਰਕਰਨ ਵਿੱਚ ਰਹਾ ਕਿ ਕਰ ਹੁਕਮ ਮਸਤਾ ਮਸਤਕ ਹੱਥ ਧਰ ਜਦੋਂ ਅਸੀਂ ਗੁਰੂ ਕੋਲ ਆਉਂਦੇ ਹਾਂ ਨਾ ਇੱਕ ਤਾਂ ਮੱਥਾ ਭਾਵੇਂ ਚਲੋ ਇਹ ਛੋਟੀ ਜਿਹੀ ਗੱਲ ਹੈ ਪਰ ਸਮਝਣ ਵਾਲੀ ਏ ਆਮ ਤੌਰ ਤੇ ਕਈ ਸਾਡੇ ਸੱਜਣ ਦਸਤਾਰ ਬੰਨੀ ਹੁੰਦੀ ਏ ਤੇ ਉਸ ਮਸਤਕ ਨੂੰ ਵੀ ਯਤਨ ਕਰਦੇ ਨੇ ਉਹ ਲੱਗਦਾ ਨੀ ਕਿਉਂਕਿ ਕਈਆਂ ਤੇ ਦਸਤਾਰ ਹੀ ਰਾਤ ਦੀ ਫਿੱਟ ਕੀਤੀ ਹੁੰਦੀ ਏ ਸਵੇਰੇ ਉੱਤੇ ਰੱਖ ਕੇ ਆ ਜਾਂਦੇ ਨੇ ਪਿੱਛੋਂ ਹੱਥ ਪਾ ਕੇ ਰੱਖਦੇ ਕਿਤੇ ਮੱਥਾ ਟੇਕਦਿਆਂ ਥੱਲੀ ਨਾ ਚਲੀ ਜਾ ਉਹ ਮੱਥਾ ਵੀ ਪੂਰਾ ਨੀ ਲਾਉਂਦੇ ਤੇ ਕਈਆਂ ਨੂੰ ਮੈਂ ਦੇਖਿਆ ਇਸ ਤਰ੍ਹਾਂ ਕਰਦੇ ਨੇ ਆ ਥੱਲੇ ਚਿੰਚੀ ਲਾਉਂਦੇ ਨੇ ਛੋਟੀ ਉਂਗਲ ਤੇ ਮੱਥੇ ਤੇ ਅੰਗੂਠਾ ਤੇ ਮੈਂ ਕਈ ਵਾਰੀ ਸੋਚਣਾ ਜਿਹੜਾ ਗੁਰੂ ਨੂੰ ਅੰਗੂਠੇ ਦਿਖਾਉਣ ਲੱਗ ਪਿਆ ਤੈਨੂੰ ਕਿਹ ਕੀ ਲੈ ਕੇ ਜਾਏਗਾ ਗੱਲ ਮੈਂ ਕਿਹਾ ਛੋਟੀ ਏ ਪਰ ਭਾਵਨਾ ਨੂੰ ਸਮਝੀਏ ਗੁਰੂ ਨੇ ਕਿਹਾ ਮੱਥਾ ਟੇਕ ਕੇ ਸਭ ਤੋਂ ਵੱਡਾ ਪੁੰਨ ਹੈ ਹੁਣ ਜਦੋਂ ਆਪਾਂ ਮੱਥਾ ਟੇਕਨੇ ਤੇ ਉਸ ਤੋਂ ਬਾਅਦ ਕਈ ਸੱਜਣ ਪਿੱਛਲ ਪੈਰ ਜਾਂਦੇ ਨੇ ਤੇ ਕਈਆਂ ਦੀ ਪਿੱਠ ਹੋ ਜਾਂਦੀ ਏ ਮੈਂ ਉੱਥੇ ਇੱਕ ਭਾਵਨਾ ਬਣਾਉਂਦਾ ਹੁਣ ਆਪਣੀ ਸੋਚਣਾ ਜਦੋਂ ਮੱਥਾ ਟੇਕੀਦਾ ਨਾ ਤੇ ਭਾਵੇਂ ਪਿੱਠ ਕਰਕੇ ਜਾਓ ਗੁਰਮੁਖੋ ਇਹ ਬੇਅਦਬੀ ਨੀ ਉੱਥੇ ਥੋੜੀ ਜਿਹੀ ਭਾਵਨਾ ਬਣਾਈਏ ਜਦੋਂ ਬਜ਼ੁਰਗ ਦੇ ਚਰਨਾਂ ਚ ਝੁਕੀਦਾ ਉਦੋਂ ਸਿਰ ਉੱਤੇ ਮੱਥੇ ਉੱਤੇ ਹੱਥ ਰੱਖਦਾ ਤੇ ਜਦੋਂ ਆਗਿਆ ਲੈ ਕੇ ਜਾਈ ਉਦੋਂ ਕੰਡ ਉੱਤੇ ਥਾਪੜਾ ਦਿੰਦਾ ਜਦੋਂ ਤੂੰ ਗੁਰੂ ਕੋਲ ਆਉਂਦਾ ਨਾ ਜਦੋਂ ਸਿੱਧਾ ਮੱਥਾ ਟੇਕ ਤੇ ਇੱਕ ਭਾਂ ਬਣਾ ਕਿ ਮੇਰਾ ਗੁਰੂ ਮੇਰੇ ਮੱਥਾ ਉਹਦੇ ਚਰਨਾਂ ਨਾਲ ਉਹਦੇ ਹੱਥ ਮੇਰੇ ਸਿਰ ਤੇ ਨੇ ਉਹਦਾ ਹੱਥ ਮੇਰੇ ਸੀਸ ਤੇ ਹੈ ਤੇ ਜਦੋਂ ਤੂੰ ਤੁਰ ਲੱਗੇ ਇੰਨੀ ਕੁ ਭਾਵਨਾ ਬਣਾ ਕੇ ਤੁਰ ਬਾਹਰ ਤੁਰਿਆ ਵਾ ਤੇ ਗੁਰੂ ਗ੍ਰੰਥ ਸਾਹਿਬ ਦਾ ਥਾਪੜਾ ਮੇਰੀ ਕੰਢ ਉੱਤੇ ਜੇ ਭਾਵ ਬਣਾ ਕੇ ਮੱਥਾ ਟੇਕਾਂਗੇ ਗੁਰੂ ਨੇ ਦੋਨੋਂ ਕਹਿ ਇੱਕ ਪਾਸੇ ਕਿਹਾ ਕਿ ਕਰ ਹੁਕਮ ਮਸਤਕ ਹੱਥ ਧਰ ਤੇ ਦੂਜੇ ਪਾਸੇ ਸਤਿਗੁਰੂ ਨੇ ਗੁਰੂ ਅਮਰਦਾਸ ਨੇ ਦੇ ਦੋ ਹੱਥ ਰੱਖਿਆ ਭੱਟਾ ਨੇ ਕਿਹਾ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰੂ ਕਿੰਨੀ ਕਿਰਪਾ ਹਰ ਨਾਮ ਦਿਓ ਗੁਰੂ ਅਮਰਦਾਸ ਨੇ ਸਿਰ ਤੇ ਹੱਥ ਰੱਖ ਦਿੱਤਾ ਨਾਮ ਦੀ ਝੜੀ ਲਾ ਦਿੱਤੀ ਫਿਰ ਬੇਨਤੀ ਕਰਾਂ ਜਦੋਂ ਬਾਹਰ ਨਿਕਲੀਏ ਉਦੋਂ ਪਿਆਰਿਓ ਮੱਥੇ ਤੋਂ ਹੱਥ ਫਿਰ ਕੰਡ ਤੇ ਆ ਜਾਂਦਾ ਹੈ ਕਹਿਣ ਲੱਗੇ ਨਹਿ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਪਰ ਕਰਨ ਵਿੱਚ ਆਵਾਂ ਗੁਰੂ ਮਸਤਕ ਤੇ ਹੱਥ ਰੱਖਿਆ ਉਹਨਾਂ ਨੇ ਅੰਦਰੋਂ ਬੁਰਿਆਈਆਂ ਕੱਢ ਦਿੱਤੀਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸ਼ਹਿ ਤੁੱਠੈ ਨੌ ਨਿਧ ਪਾਈਆਂ ਇੱਥੇ ਬੇਨਤੀ ਕਰਾਂ ਭਾਈ ਸਾਹਿਬ ਪੜ੍ਹ ਰਹੇ ਸਨ ਗੁਰੂ ਰਾਮਦਾਸ ਦੀ ਸਿਫਤ ਧੰਨ ਧੰਨ ਰਾਮਦਾਸ ਗੁਰ ਅਰਥ ਇਹੀ ਹੋਣਗੇ ਗੁਰੂ ਰਾਮਦਾਸ ਧੰਨ ਹੋ ਆਪ ਧੰਨ ਹੋ ਆਪ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ ਦੋ ਸ਼ਬਦ ਨੇ ਇੱਕ ਸਿਰਿਆ ਇੱਕ ਸਵਾਰਿਆ ਸਿਰਿਆ ਦਾ ਅਰਥ ਸਿਰਜਿਆ ਸ਼ਬਦ ਪੈਦਾ ਹੋਣਾ ਸਵਾਰਿਆ ਦਾ ਅਰਥ ਮੰਜ਼ਲ ਤੇ ਵੀ ਉਹਨੇ ਪਹੁੰਚਾਇਆ ਧੰਨ ਧੰਨ ਗੁਰੂ ਰਾਮਦਾਸ ਜੀ ਆਪ ਧੰਨ ਹੋ ਜਿਸ ਪਰਿਪੂਰਨ ਪਰਮਾਤਮਾ ਨੇ ਆਪ ਨੂੰ ਸਿਰਜਿਆ ਉਹਨੇ ਹੀ ਸਵਾਰਿਆ ਹੈ ਤੇ ਕਹਿਣ ਲੱਗੇ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ ਇਸ ਤੁਕ ਨੂੰ ਧਿਆਨ ਨਾਲ ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ ਭੱਟ ਸਾਹਿਬ ਲਿਖਦੇ ਨੇ ਗੁਰੂ ਰਾਮਦਾਸ ਜੀ ਬਾਰੇ ਹੁਣ ਕਹਿੰਦੇ ਨੇ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ ਪੂਰੀ ਅਜ਼ਮਤ ਪੂਰੀ ਕਰਾਮਾਤ ਵਾਪਰ ਗਈ ਕੀ ਕਰਾਮਾਤ ਵਾਪਰੀ ਜੀ ਆਪ ਆਪ ਦਾ ਅਰਥ ਗੁਰੂ ਰਾਮਦਾਸ ਨੇ ਆਪ ਦਾ ਅਰਥ ਵਾਹਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਜਿਨੇ ਸਵਾਰਿਆ ਜਿਸ ਪ੍ਰਭੂ ਨੇ ਪੈਦਾ ਕੀਤਾ ਉਹਨੇ ਸਵਾਰਿਆ ਪੂਰੀ ਹੋਈ ਕਰਾਮਾਤ ਇੱਕ ਅਸਚਰਜ ਕਰਾਮਾਤ ਮੁਕੰਮਲ ਹੋ ਗਈ
ਲੋਕ ਕਹਿੰਦੇ ਸਨ ਯਤੀਮ ਗਏ ਕਰਤੇ ਪੁਰਖ ਨੇ ਆਪ ਸਿਰਜਣਹਾਰੈ ਧਾਰਿਆ, ਸਿਰਜਣ ਵਾਲੇ ਪਰਮਾਤਮਾ ਨੇ ਗੁਰੂ ਰਾਮਦਾਸ ਨੂੰ ਧਾਰਨ ਕਰ ਲਿਆ, ਉਹਨਾਂ ਅੰਦਰ ਪ੍ਰਵੇਸ਼ ਹੋ ਗਿਆ। ਉਹ ਆਪ ਸਿਰਜਣਹਾਰੈ ਧਾਰਿਆ ਦਾ ਅਰਥ ਨਿਰਾਕਾਰ ਨੇ ਉਸ ਆਕਾਰ ਨੂੰ ਚੁਣ ਲਿਆ, ਉਸ ਨਿਰਗੁਣ ਨੇ ਸਰਗੁਣ ਵਿੱਚ ਆਪਣੀ ਖੇਡ ਵਰਤਾ ਦਿੱਤੀ। ਇਹਨੂੰ ਠਰੰਮੇ ਨਾਲ ਸੁਣਿਓ, ਕਿਉਂਕਿ ਪਾਰ ਬ੍ਰਹਮ ਪਰਮੇਸ਼ਵਰ ਗੁਰੂ ਦੇ ਸਰੀਰ ਵਿੱਚੋਂ ਹੀ ਪ੍ਰਗਟ ਹੁੰਦਾ ਪਿਆ। ਅਸੀਂ ਰੋਜ਼ ਪੜ੍ਹਦੇ ਹਾਂ ਹਜ਼ੂਰ ਦਾ ਬਚਨ, ਧੰਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਾਹਿਬ ਨੇ ਫੁਰਮਾਇਆ, ਕਹਿੰਦੇ ਨੇ ਕਿ ਗੁਰੂ ਆਪ ਕਿਰਪਾ ਕਰਕੇ ਆਪਣੇ ਅੰਦਰੋਂ ਪਾਰ ਬ੍ਰਹਮ ਪਰਮੇਸ਼ਵਰ ਜੋ ਵਰਤਦਾ ਉਹਨੂੰ ਪ੍ਰਗਟ ਕਰਦਾ। ਇੱਥੇ ਫਿਰ ਤਾਂ ਹੀ ਅਸੀਂ ਸਮਝਦੇ ਨੀ, ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਦੇਖੋ ਜੀ ਇਹ ਸ਼ਬਦ ਕਹਿ ਗਿਆ। ਉਹਨਾਂ ਅੱਜ ਕੱਲ੍ਹ ਕਹਿਣ ਲੱਗ ਪਏ ਲੋਕ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਕਹਿ ਦਿੱਤਾ ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਜਾਂ ਇਹ ਪਦਰ ਤੇ ਮਤ ਚੁੱਕੈ ਰੇ ਮਨ ਭੇਦ ਵੀ ਭੇਦ ਨਾ ਜਾਣ ਪੀਓ, ਪਰ ਤਚ ਹਿਰਦੈ ਗੁਰ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਦਿਓ। ਹੁਣ ਦੇਖੋ ਜਨਮ ਸਾਖੀ ਪੁਰਾਤਨ ਹੈ ਜਿਹਨੂੰ ਵਲੈਤ ਵਾਲੀ ਜਨਮ ਸਾਖੀ ਕਹਿੰਦੇ, ਉਹਦੇ ਵਿੱਚ ਜਿੱਦਣ ਵਹੀ ਵਾਲੀ ਘਟਨਾ ਵਾਪਰਦੀ ਹੈ ਨਾ, ਤਿੰਨ ਦਿਨਾਂ ਬਾਅਦ ਹਜ਼ੂਰ ਪ੍ਰਗਟ ਹੁੰਦੇ ਨੇ, ਤੇ ਉਸ ਵਕਤ ਜਨਮ ਸਾਖੀ ਵਾਲੇ ਨੇ ਲਿਖਿਆ ਜੋ ਦੇ ਖਿਆਲ ਨੇ, ਉਹ ਕਹਿੰਦੇ ਪਾਰ ਬ੍ਰਹਮ ਪਰਮੇਸ਼ਵਰ ਦੇ ਘਰ ਵਿੱਚੋਂ ਇਹ ਆਵਾਜ਼ ਆਈ, ਨਾਨਕ ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ, ਜਿਸ ਉੱਪਰ ਤੇਰਾ ਕਰਮ ਕਰਮ ਦਰਤ ਬਖਸ਼ਿਸ਼ ਤਿਸ ਉੱਪਰ ਮੇਰਾ ਕਰਮ, ਮੇਰਾ ਨਾਂ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਂ ਗੁਰ ਪਰਮੇਸ਼ਰ। ਬਸ ਆਹ ਨੁਕਤਾ ਸਮਝਣਾ ਚਾਹੀਦਾ ਹੈ, ਸਤਿਗੁਰੂ ਵਿੱਚ ਉਹ ਪ੍ਰਗਟ ਹੋ ਗਿਆ, ਇਹ ਗੁਰ ਪਰਮੇਸ਼ਰ ਦੀ ਖੇਡ ਵਾਪਰੀ। ਆਪ ਸਿਰਜਣ ਹਾਰਾ ਧਾਰਿਆ, ਧਾਰਿਆ ਗੁਰੂ ਰਾਮਦਾਸ ਜੀ ਨੂੰ ਆਪ ਪਰਮਾਤਮਾ, ਗੁਰੂ ਤੇ ਪਰਮੇਸ਼ਰ ਇੱਕ ਹੋ ਗਏ। ਇੱਥੇ ਸਤਿਗੁਰੂ ਨੇ ਇਸੇ ਗੱਲ ਨੂੰ ਕਿਹਾ ਗੁਰ ਪਰਮੇਸ਼ਰ ਇੱਕ ਹੋ ਜਾ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਬਿਨ ਸਤਿਗੁਰ ਕਿਨਾ ਨਾ ਪਾਇਓ, ਬਿਨ ਸਤਿਗੁਰ ਕਿਨਾ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ। ਹੁਣ ਇਹਦੇ ਅਰਥ ਕੀ ਕਰਾਂਗੇ, ਆਪ ਸਿਰਜਣ ਹਾਰੈ ਧਾਰਿਆ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ, ਆਖ ਸੁਣਾਇਆ ਸਾਰੀ ਦੁਨੀਆਂ ਨੂੰ ਬੋਲ ਕੇ ਪ੍ਰਗਟ ਕਰਕੇ ਕਹਿ ਦਿੱਤਾ ਦੁਨੀਆਂ ਦੇ ਲੋਕੋ ਕਿ ਗੁਰੂ ਦੇ ਵਿੱਚ ਪਰਮਾਤਮਾ ਆਪ ਪ੍ਰਗਟ ਹੋ ਗਿਆ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ। ਤੇ ਅਰਜ਼ ਕਰਾਂ ਅਸੀਂ, ਇਹ ਤਾਂ ਬਾਬਾ ਸੱਤਾ ਜੀ ਦੀ ਪੌੜੀ ਹੈ, ਇੱਕ ਸੋਈਆ ਪੜ ਰਹੀ ਹੈ ਗੁਰੂ ਰਾਮਦਾਸ ਜੀ ਦੀ ਸਿਫਤ ਦਾ, ਕਿਉਂਕਿ ਭੱਟਾਂ ਦੇ ਸੋਈਏ 123 ਸਵਈਏ ਭੱਟ ਸਾਹਿਬ ਜੀ ਦੇ ਸਾਰੇ ਭੱਟਾਂ ਦੇ, ਤੇ ਇਹਨਾਂ ਵਿੱਚੋਂ 63 ਸਵਈਏ ਚਾਰ ਗੁਰੂ ਸਾਹਿਬਾਨ ਦੀ ਸਿਫਤ ਵਿੱਚ ਨੇ, ਤੇ ਕੇਵਲ ਗੁਰੂ ਰਾਮਦਾਸ ਦੀ ਸਿਫਤ ਵਿੱਚ 7 ਸਵਈਏ। ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਤੇ ਗੁਰੂ ਅਰਜੁਨ ਦੇਵ, ਉਹਨਾਂ ਦੀ ਸਿਫਤ ਵਿੱਚ 63 ਸਵਈਏ ਤੇ 60 ਸਵਈਏ ਕੇਵਲ ਧੰਨ ਗੁਰੂ ਰਾਮਦਾਸ ਦੀ ਸਿਫਤ ਵਿੱਚ ਨੇ। ਉਸ ਵਿੱਚ ਇੱਕ ਸਵਈਆ ਹੈ, ਜੇ ਮੰਨ ਲਓ ਕਿ ਕੋਈ ਕਹਿ ਦੇ ਧੰਨ ਧੰਨ ਰਾਮਦਾਸ ਗੁਰ ਜਾਂ ਧੰਨ ਗੁਰੂ ਰਾਮਦਾਸ ਜੀ, ਕੀ ਮਿਲੇਗਾ ਇਹਦੇ ਨਾਲ? ਇਹਦਾ ਉੱਤਰ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਦਿੰਦੇ ਨੇ, ਉਹ ਕਹਿ ਰਹੇ ਨੇ ਜੋ ਬਾਬਾ ਸੱਤਾ ਕਹਿ ਰਹੇ ਨੇ ਇਹ ਸੱਤ ਕਹਿ ਰਹੇ ਨੇ, ਕੀ ਮਿਲੇਗਾ? ਕਹਿਣ ਲੱਗੇ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਇਹਦੇ ਅਖੀਰਲੀ ਤੁਕ ਪੜਿਓ, ਧੰਨ ਧੰਨ ਸ਼ਬਦ ਆਵੇਗਾ। ਜਿਸ ਗੁਰੂ ਨੂੰ ਧੰਨ ਧੰਨ ਕਿਹਾ, ਅੱਖਾਂ ਦੇ ਉੱਤੇ ਜਿਹੜਾ ਅਗਿਆਨਤਾ ਦਾ ਹਨੇਰਾ ਉਹ ਕੱਟਿਆ ਜਾਂਦਾ ਹੈ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਧੰਨ ਗੁਰੂ ਰਾਮਦਾਸ ਕਹੀਏ ਤੇ ਦਿਨੋ ਦਿਨ ਨਾਮ ਜਪਣ ਦਾ ਹੋਰ ਕਿਰਪਾ ਹੁੰਦੀ, ਦਿਨ ਬ ਦਿਨ ਬੰਦਗੀ ਦਾ ਹੋਰ ਚਾਅ ਉਪਜਦਾ। ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜਿਹਨੂੰ ਧੰਨ ਧੰਨ ਕਹੀਏ ਤੇ ਅੰਦਰ ਦੀ ਤਪਸ਼ ਮਿਟ ਜਾਂਦੀ। ਗੁਰੂ ਰਾਮਦਾਸ ਨੂੰ ਧੰਨ ਕਹੀਏ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜੇ ਸਤਿਗੁਰ ਸਿਮਰੰਤ ਰਿਧ ਸਿੱਧ ਨਵਨਿਧ ਭਾਵੇ, ਰਿਧੀਆਂ ਸਿੱਧੀਆਂ ਖਜ਼ਾਨੇ ਮਿਲਦੇ। ਪਰ ਇਹਦੇ ਵਿੱਚ ਇਹ ਨਹੀਂ ਕਿਹਾ ਕਿਸ ਗੁਰੂ ਨੂੰ, ਜੇ ਦਰ ਤੇ ਜਿਸ ਨੂੰ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜੇ ਸਤਿਗੁਰ ਸਿਮਰੰਤ ਰਿਧ ਸਿੱਧ ਨਵਨਿਧ ਪਾਵੇ, ਕੌਣ?
ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ। ਧਨ ਧਨ ਰਾਮਦਾਸ ਗੁਰ, ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ। ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ, ਨਰੋ ਤੇ ਸਿਮਰ ਕੇ ਕਹੋ ਧਨ ਧਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਤਾਰਿਆ। ਹੁਣ ਜਦੋਂ ਸਿਰਜਣਹਾਰਾ ਵਿੱਚ ਆ ਗਿਆ, ਸਿੱਖਾਂ ਨੇ ਕੀ ਜਾਣਿਆ? ਸਿੱਖੀ ਅਤੇ ਸੰਗਤੀ, ਸਿੱਖਾਂ ਨੇ ਅਤੇ ਸੰਗਤਾਂ ਨੇ, ਸਿੱਖੀ ਅਤੇ ਸੰਗਤੀ, ਉਹਨਾਂ ਨੇ ਜਿੱਡੀ ਵੱਡੀ ਸ਼ਰਧਾ ਮੇਰਾ ਖਿਆਲ ਉਹਨਾਂ ਲੋਕਾਂ ਸੀ, ਏਡੀ ਵੱਡੀ ਸ਼ਰਧਾ ਅੱਜ ਨਹੀਂ ਵੇਖਣ ਨੂੰ ਮਿਲੇਗੀ। ਜੇ ਕੋਈ ਏਡੀ ਸ਼ਰਧਾ ਬਣਾ ਲਿਆ ਉਹਨੂੰ ਲੋਕ ਅਸੀਂ ਕਰਮਕਾਂਡੀ ਕਹਿਣ ਲੱਗ ਪਾਂਗੇ। ਸੱਚੀ ਹੈ, ਏਡੀ ਵੱਡੀ ਸ਼ਰਧਾ। ਸਤਾ ਜੀ ਨੇ ਕਿਹਾ ਵੀ ਸਾਨੂੰ ਜੋ ਗੁਰੂ ਨੇ ਜਣਾਇਆ ਸਿਰਜਣਖਾਰਾ ਵਿੱਚ ਆ ਗਿਆ। ਕਹਿਣ ਲੱਗੇ ਫਿਰ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖਾਂ ਨੇ ਫਿਰ ਪਾਰ ਬ੍ਰਹਮ ਜਾਣ ਕੇ ਹੀ ਮੱਥਾ ਟੇਕਿਆ ਹੈ। ਅਟਲ ਅਥਾਂ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਧੰਨ ਗੁਰੂ ਰਾਮਦਾਸ ਤੂੰ ਅਟਲ ਹੈ, ਤੂੰ ਅਥਾਂ ਹੈ, ਤੂੰ ਅਤੋਲ ਹੈ, ਤੇਰੇ ਕੋਈ ਤੋਲ ਨਹੀਂ ਸਕਦਾ। ਅਟਲ ਅਥਾਂ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ, ਜਿਨ੍ਹਾਂ ਨੇ ਤੈਨੂੰ ਭਾਵਨਾ ਨਾਲ ਚੇਤੇ ਕੀਤਾ, ਸ਼ਰਧਾ ਨਾਲ ਯਾਦ ਕੀਤਾ, ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਇੱਥੇ ਇੱਕ ਘਟਨਾ ਜ਼ਰੂਰ ਦਾਸ ਕਹਿ ਦੇ। ਦੇਖੋ ਕਦੀ ਵਕਤ ਸੀ, ਹੁਣ ਤਾਂ ਚਲੋ ਦਿਨ ਦਿਨ ਕਈ ਵਾਰੀ ਚੇਂਜ ਹੋ ਰਿਹਾ ਉੱਥੇ ਬਹੁਤ ਕੁਛ। ਜਦੋਂ ਆਪਾਂ ਗੁਰੂ ਰਾਮਦਾਸ ਜੀ ਦੇ ਲੰਗਰ ਚ ਜਾਂਦੇ ਹਾਂ, ਉਸ ਵੇਲੇ ਪਹਿਲਾਂ ਨਾਮ ਜਪਾਉਂਦੇ ਹੁੰਦੇ ਸਨ। ਇੱਕ ਸੇਵਾਦਾਰ ਨੇ ਸਤਨਾਮ ਵਾਹਿਗੁਰੂ ਜਪਾਉਣਾ ਤੇ ਫਿਰ ਨਾਲ ਨਾਲ ਪ੍ਰਸ਼ਾਦੇ ਵਰਤਣੇ ਸ਼ੁਰੂ ਹੋ ਜਾਣ। ਕੁਛ ਸ਼ੱਕਦਾ ਨਹੀਂ ਸੀ ਹੁੰਦਾ ਪਹਿਲਾਂ। ਹੁਣ ਜੇ ਪੁੱਛੀਏ ਵੀ ਕਿਉਂ, ਕਹਿੰਦੇ ਸੰਗਤ ਇੰਨੀ ਜ਼ਿਆਦਾ ਗਿਣਤੀ ਚ ਆਉਂਦੀ ਹੈ, ਤਕਰੀਬਨ 1 ਲੱਖ ਤੋਂ 1.25 ਲੱਖ ਦੇ ਕਰੀਬ ਰੋਜ਼ ਸੰਗਤ ਉੱਥੋਂ ਲੰਗਰ ਛਕਦੀ ਹੈ, 1.25 ਲੱਖ ਦੇ ਕਰੀਬ। ਪ੍ਰਿੰਸੀਪਲ ਸਤਵੀਰ ਸਿੰਘ ਹੋਣਾ, ਇਹ ਤਾਂ ਗੁਰੂ ਦੀਆਂ ਬਖਸ਼ਾਂ ਨੇ। ਇਹ ਤਕਰੀਬਨ 90 ਚ ਇੱਕ ਲੇਖ ਲਿਖਿਆ ਸੀ, ਕਹਿੰਦੇ ਨੇ ਜਿੰਨਾ ਗੁਰੂ ਘਰਾਂ ਵਿੱਚ ਲੰਗਰ ਪੱਕਦਾ ਨਾ, ਸੰਗਤਾਂ ਛਕਦੀਆਂ ਨੇ, ਕਹਿੰਦੇ ਪੂਰੇ ਬੰਗਲਾਦੇਸ਼ ਦੀ 3 ਵਕਤ ਦੀ ਰੋਟੀ ਬਣ ਸਕਦੀ ਹੈ। ਇਹ ਸਤਿਗੁਰੂ ਦੀਆਂ ਬਖਸ਼ਾਂ ਨੇ ਨਾ। ਹੁਣ ਜਦੋਂ ਲੰਗਰ ਵਰਤਾਣਾ ਕਰਨਾ ਤੇ ਪ੍ਰਸ਼ਾਦਾ ਹੱਥ ਚ ਹੋਣਾ ਤੇ ਸਤਨਾਮ ਵਾਹਿਗੁਰੂ ਦਾ ਆਵਾਜ਼ਾਂ ਕੰਨਾਂ ਚ ਪੈਣਾ ਤੇ ਫਿਰ ਉਹਨਾਂ ਨੇ ਇੱਕ ਸ਼ਬਦ ਕਹਿਣਾ ਕਿ ਸਾਧ ਸੰਗਤ ਜੀ, ਲੰਗਰ ਛਕਣ ਤੋਂ ਪਹਿਲਾਂ ਸਾਰੇ ਆਖੋ ਧੰਨ ਧੰਨ ਗੁਰੂ ਰਾਮਦਾਸ ਜੀ। ਇਸ ਤਰ੍ਹਾਂ ਹੀ ਕਹਿੰਦੇ ਸਨ, ਉਹਨਾਂ ਕਹਿਣਾ ਸਾਰੇ ਆਖੋ ਧੰਨ ਧੰਨ ਗੁਰੂ ਰਾਮਦਾਸ ਜੀ, 3 ਵਾਰੀ ਕਹਿਣਾ ਧੰਨ ਧੰਨ ਗੁਰੂ ਰਾਮਦਾਸ ਜੀ, ਤੇ ਜਦੋਂ ਰੋਟੀ ਦੀ ਬੁਰਕੀ ਤੋੜ ਕੇ ਮੂੰਹ ਚ ਪਾਣੀ ਉਦੋਂ ਅੱਖਾਂ ਭੇਜਾਉਣੀਆਂ, ਸੱਚੇ ਪਾਤਸ਼ਾਹ ਕਦੀ ਵਕਤ ਸੀ ਤੇਰੇ ਘਰ ਚ ਸਿਰਫ ਘੁੰਮਣੀਆਂ ਉਬਾਲੀਆਂ ਜਾਂਦੀਆਂ ਸਨ, ਅੱਜ ਤਾਂ ਲੱਖਾਂ। ਜਦੋਂ ਧੰਨ ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਉਹਨਾਂ ਨੂੰ ਤਨ ਵਾਸਤੇ ਰੋਟੀ ਦਾ ਭੋਜਨ ਮਿਲਦਾ ਤੇ ਜਦੋਂ ਹਰਿਮੰਦਰ ਵਿੱਚ ਜਾ ਕੇ ਮੱਥਾ ਟੇਕਦੇ ਨੇ, ਆਤਮਾ ਵਾਸਤੇ ਭਜਨ ਮਿਲਦਾ। ਭੋਗ ਤੇ ਮੁੱਖ ਦਾ ਪਰਵਾਹ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਿੰਨੀ ਤੂੰ ਸੇਵਿਆ ਭਾਉ ਕਰ। ਸਿਰਫ ਇੱਕ ਉਦਾਹਰਨ ਦੇ ਕੇ ਮੈਂ ਸੰਕੋਚਾਂਗਾ ਇਸ ਪ੍ਰਕਰਨ। ਸਤਿਗੁਰੂ ਦੇ ਸਰੋਵਰ ਦੀ ਸੇਵਾ ਹੋ ਰਹੀ ਹੈ ਤੇ ਜੇਲਮ ਗਿਆਨੀ ਗਿਆਨ ਸਿੰਘ ਹੁਣਾਂ ਨੇ ਉਹਦਾ ਇਲਾਕਾ ਜੇਲਮ ਲਿਖਿਆ ਹੈ। ਜੇਲਮ ਦਾ ਇੱਕ ਸ਼ਾਹੂਕਾਰ ਹੈ, ਕੰਮ ਕਾਰ ਉਹਦਾ ਬੜਾ ਸੀ। ਪਰਮਾਤਮਾ ਦੀ ਖੇਡ ਵਾਪਰੀ ਕਿ ਐਸਤਾ ਸਭ ਕੁਝ ਜਾਂਦਾ ਰਿਹਾ ਤੇ ਇਹੀ ਕਾਰਨ ਸਤਿਗੁਰੂ ਵਾਰ ਵਾਰ ਸਿੱਖ ਨੂੰ ਕਹਿੰਦੇ ਨੇ, ਜੇ ਦੁਨਿਆਵੀ ਤੌਰ ਤੇ ਵੀ ਤਰੱਕੀ ਕਰੀ ਉਹਨੂੰ ਭੁੱਲੀ ਨਾ, ਕਿਉਂਕਿ ਅੱਜ ਤੇਰੇ ਕੋਲ ਲੱਖਾਂ ਹਜ਼ਾਰਾਂ ਨੌਕਰ ਹੋਣਗੇ। ਜੇ ਹੰਕਾਰੀ ਹੋ ਗਿਆ ਕਿਤੇ ਇਹ ਵੀ ਦਿਨ ਆ ਸਕਦਾ ਤੈਨੂੰ ਵੀ ਨੌਕਰੀ ਕਰਨੀ ਪੈ ਜਾਏ। ਉਹਨੂੰ ਭੁੱਲ ਨਾ, ਕਬੂ ਖਾਂਡ ਖੀਰ ਘਿਓ ਨਾ ਭਾਵੈ, ਕਬੂ ਘਰ ਘਰ ਟੂਕ ਮੰਗਾਵੈ। ਕਦੀ ਖੰਡ ਖੀਰ ਘਿਓ ਨੀ ਚੰਗੀ ਲੱਗਦੀ ਤੇ ਕਦੀ ਉਹੀ ਬੰਦਾ ਘਰ ਘਰ ਰੋਟੀਆਂ ਮੰਗਦਾ ਹੈ। ਕਬੂ ਕੂਰਨ ਚਨੇ ਬਿਨਾਵੈ, ਬਿਨਾਵੇ ਦੱਸਦਾ ਚੁਨਾ, ਤੇ ਕਈ ਵਾਰੀ ਉਹੀ ਬੰਦਾ ਜਿੱਥੇ ਕੂੜੇ ਦਾ ਢੇਰ ਪਿਆ ਹੁੰਦਾ ਉੱਥੋਂ ਬੁਰਕੀਆਂ ਚੁਣ ਚੁਣ ਕੇ ਖਾਂਦਾ ਸੀ।
ਉਸ ਤੋਂ ਡਰੀਏ। ਇੱਥੇ ਮੈਂ ਤਾਂ ਸ਼ਬਦ ਕਹਿਣ ਲੱਗਾ, ਅੱਜ ਵੀ ਗੁਰੂ ਰਾਮਦਾਸ ਨੇ ਪਾਤਸ਼ਾਹੀਆਂ ਦਿੱਤੀਆਂ, ਸੰਗਤਾਂ ਨੂੰ ਅੱਜ ਵੀ ਕਿਰਪਾ ਮਿਲਦੀ ਹੈ, ਉਹ ਸ਼ਾਹੂਕਾਰ ਦੇ ਪੱਲੇ ਕੁਛ ਨਹੀਂ ਰਿਹਾ। ਕਿਸੇ ਕਿਹਾ ਵੀ ਇੱਕ ਕੰਮ ਕਰ, ਗੁਰੂ ਨਾਨਕ ਸਾਹਿਬ ਦੀ ਜੋਤ, ਗੁਰੂ ਰਾਮਦਾਸ ਇੱਕ ਨਵਾਂ ਤੀਰਥ ਪੈ ਬਣਾਉਂਦੇ। ਹੁਣ ਤੀਰਥ ਸ਼ਬਦ ਦੇਖ ਕੇ ਵੀ ਕਿਤੇ ਦੂਜੇ ਪਾਸੇ ਨਾ ਜਾਣਾ, ਤੀਰਥ ਦਾ ਆਖਰੀ ਅਰਥ ਪਵਿੱਤਰਤਾ ਹੁੰਦਾ ਹੈ। ਇੱਕ ਤੀਰਥ ਬਣ ਰਿਹਾ ਮਹਾਨ, ਤੂੰ ਉੱਥੇ ਜਾ, ਉੱਥੇ ਛਾਬੜੀ ਲਾਈ, ਛਾਬੜੀ ਸਮਝ ਦਿਓ ਆਪ ਜੀ, ਤੇਰਾ ਪ੍ਰਸ਼ਾਦ ਪਾਣੀ ਚੱਲ ਪਏਗਾ। ਪਰਿਵਾਰ ਛੱਡਿਆ ਤੇ ਆ ਗਿਆ, ਉਹਨੇ ਘੁੰਗਣੀਆਂ ਉਬਾਲ ਕੇ ਵੇਚਣੀਆਂ ਸ਼ੁਰੂ ਕੀਤੀਆਂ ਜੀ। ਉੱਥੇ ਘੁੰਗਣੀਆਂ ਉਬਾਲਣੀਆਂ, ਲੂਣ ਪਾ ਕੇ ਉਹਨੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਤੇ ਜਦੋਂ ਪਹਿਲੇ ਦਿਨ ਵੇਚਦਾ ਪਿਆ ਸੀ ਤੇ ਗੁਰੂ ਰਾਮਦਾਸ ਸ਼ਾਮ ਨੂੰ ਲੰਘੇ ਤੇ ਸੰਗਤਾਂ ਮੱਥਾ ਟੇਕਣ, ਤੇ ਇਸ ਨੇ ਵੇਖ ਲਿਆ ਸ਼ਾਹੂਕਾਰ ਨੇ, ਤੇ ਦੇਖਦਿਆਂ ਸਾਰ ਪੁੱਛਦੇ ਕੌਣ, ਉਹ ਕਹਿੰਦੇ ਧੰਨ ਗੁਰੂ ਰਾਮਦਾਸ ਜੀ। ਅੱਗੇ ਵਧਿਆ, ਮੱਥਾ ਟੇਕ ਦਿੱਤਾ, ਨਮਸਕਾਰ ਕੀਤੀ। ਗੁਰੂ ਰਾਮਦਾਸ ਜੀ ਨੇ ਦੇਖਿਆ ਤੇ ਫਰਮਾਇਓ ਨੇ ਕਿ ਭਾਈ ਤੂੰ ਕੀ ਕਰਦਾ ਰਿਹਾ ਸਾਰਾ ਦਿਨ? ਕਹਿੰਦਾ ਮਹਾਰਾਜ ਮੈਂ ਤਾਂ ਘੁੰਗਣੀਆਂ ਵੇਚਦਾ ਰਿਹਾ। ਹਜ਼ੂਰ ਨੇ ਕਿਹਾ ਕਿੰਨੀ ਵੱਟ ਕੋਈ? ਕਹਿੰਦਾ ਮਹਾਰਾਜ ਇੰਨੇ ਪੈਸੇ ਹੋਏ। ਕਹਿ ਲੱਗੇ ਲਿਆ ਫਿਰ ਆ ਸੰਗਤ ਦੀ ਸੇਵਾ ਕਰ ਦਈਏ। ਉਹ ਪੈਸੇ ਲੈ ਕੁਝ ਮਜ਼ਦੂਰਾਂ ਨੂੰ ਦੇ ਦਿੱਤੇ, ਕੁਝ ਲੰਗਰ ਚ ਪਾ ਦਿੱਤੇ। ਉਹ ਚਲਾ ਤਾਂ ਗਿਆ ਪਰ ਸਾਰੀ ਰਾਤ ਬੜੀ ਅੰਦਰ ਫੁਰਨੇ ਉੱਠਣ ਵੀ ਮੈਂ ਤਾਂ ਉੱਥੋਂ ਚੱਲਿਆ ਆ, ਕੰਮ ਮੇਰਾ ਨਹੀਂ ਸੀ ਚੱਲਦਾ, ਘੁੰਗਣੀਆਂ ਵੇਚ ਕੇ ਸੋਚਿਆ ਵਟਕ ਚੰਗੀ ਹੋ ਗਈ, ਚਾਰ ਪੈਸੇ ਔਲਾਦ ਵੀ ਬਣ ਗਏ, ਇੱਥੇ ਗੁਰੂ ਜੀ ਵੀ ਮੇਰੇ ਤੋਂ ਲੈ ਲਿਆ। ਦੂਜੇ ਦਿਨ ਫਿਰ ਲਾ ਦਿੱਤੀ ਛਾਬੜੀ, ਮਹਾਰਾਜ ਫਿਰ ਲੰਘੇ ਤੇ ਕਹਿਣ ਲੱਗੇ ਅੱਜ ਕਿੰਨੀ ਵਟਕ ਹੋਈ? ਉਹਨੇ ਦੱਸ ਤਾਂ ਦੇਣਾ ਮਹਾਰਾਜ ਆ ਜਿਤਨੀ। ਚਾਰ ਦਿਨ, ਪੰਜਵੇਂ ਦਿਨ ਜਦੋਂ ਹਜ਼ੂਰ ਲੰਘੇ ਨਾ, ਚਾਰ ਦਿਨ ਤਾਂ ਉਹ ਹਜ਼ੂਰ ਮੰਗਦੇ ਰਹੇ ਲਿਆ, ਤੇ ਹੁਣ ਪੰਜਵੇਂ ਦਿਨ ਲੰਘੇ ਤੇ ਕਹਿੰਦਾ ਮਹਾਰਾਜ ਅੱਜ ਸਭ ਤੋਂ ਵੱਧ ਵਟਕ ਹੋਈ ਜੇ ਤੁਹਾਡੀ ਕਿਰਪਾ ਨਾਲ। ਹੁਣ ਭਾਵਨਾ ਵੀ ਬਣ ਗਈ ਨਾ, ਸਭ ਤੋਂ ਵੱਧ ਵਟਕ ਹੋਈ। ਆ ਲਓ ਮਹਾਰਾਜ, ਸਤਿਗੁਰੂ ਕਹਿੰਦੇ ਨੇ ਅੱਜ ਲੈਣਾ ਨੀ, ਅੱਜ ਤੈਨੂੰ ਦੇਣਾ ਹੈ, ਅੱਜ ਲੈਣਾ ਨਹੀਂ, ਅੱਜ ਤੈਨੂੰ ਦੇਣਾ ਹੈ। ਇਮਾਨਦਾਰੀ ਨਾਲ ਦੱਸ ਤੂੰ ਇਸ ਘਰ ਵਿੱਚ ਕਿਵੇਂ ਆਇਆ ਸੈਂ? ਕਹਿੰਦਾ ਇਮਾਨਦਾਰੀ ਨਾਲ ਦੱਸਾਂ, ਘਰ ਰੋਟੀ ਨਹੀਂ ਸੀ ਚੱਲਦੀ, ਕੰਮ ਕੋਈ ਨਹੀਂ ਸੀ, ਇੱਥੇ ਇਕੱਠ ਸੀ, ਸੱਚ ਇਹ ਵੇ ਤੇਰੇ ਦਰ ਤੇ ਆਪਣੇ ਬੱਚਿਆਂ ਦੀ ਰੋਟੀ ਮੰਗਣ ਆਇਆ ਸਾਂ, ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰ ਰਿਹਾ ਸਾਂ, ਰੋਟੀ ਮੰਗਣ ਆਇਆ। ਹਜ਼ੂਰ ਨੇ ਉਹਨੇ ਪੰਜ ਰੁਪਈਏ, ਗਿਆਨੀ ਗਿਆਨ ਸਿੰਘ ਨੇ ਪੰਜ ਰੁਪਈਏ ਲਿਖੇ ਨੇ, ਬੜੇ ਸਮੋਸ ਵੇਲੇ ਇੰਨੀ ਵਟਕ ਹੋਈ। ਜਦੋਂ ਮਹਾਰਾਜ ਜੀ ਨੂੰ ਪਕੜਾਏ, ਸਤਿਗੁਰੂ ਨੇ ਪਕੜਾ ਕੇ ਕਿਹਾ ਸਾ ਤਾਂ ਤੇਰਾ ਨਾਮ ਹੀ ਨਹੀਂ ਪੁੱਛਿਆ, ਉੱਥੇ ਸੰਮਨ ਸ਼ਾਹ ਲਿਖਿਆ ਹੈ, ਪਰ ਬਰੀਫਲੀ ਜ਼ਿਆਦਾਤਰ ਇਤਿਹਾਸਕਾਰ ਸੋਮਾ ਸ਼ਾਹ ਲਿਖਦੇ। ਹਜ਼ੂਰ ਨੇ ਉਹੀ ਪੈਸੇ ਪਕੜ ਕੇ ਉਹਦੀ ਤਲੀ ਤੇ ਰੱਖ ਕੇ ਕਿਹਾ, ਕਹਿਣ ਲੱਗੇ ਸੋਮਾ ਸ਼ਾਹ? ਉਹਨੇ ਕਿਹਾ ਸੋਮਾ। ਮਹਾਰਾਜ ਜੀ ਨੇ ਕਿਹਾ ਸੋਮਾ ਸ਼ਾਹ, ਗੁਰੂ ਕਾ ਸ਼ਾਹ, ਬੇਪਰਵਾਹ, ਬਖਸ਼ਾ ਕਰ ਦਿੱਤੀਆਂ, ਤੂੰ ਸ਼ਾਹ ਹੈ, ਤੇਰਾ ਸ਼ਾਹੂਕਾਰਾ ਹੋਵੇਗਾ, ਤੇਰੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ। ਤੇ ਜਦੋਂ ਗੁਰੂ ਨੇ ਰਹਿਮਤ ਭਰੀ ਦਾਤ ਉਹਦੀ ਝੋਲੀ ਚ ਪਾ ਦਿੱਤੀ, ਉਹਦੀ ਜ਼ਬਾਨ ਤੋਂ ਇੱਕੋ ਸ਼ਬਦ ਨਿਕਲਿਆ, ਧੰਨ ਧੰਨ ਰਾਮਦਾਸ ਗੁਰੂ ਜੀ। ਦੇਖੋ ਇਹਨਾਂ ਸ਼ਬਦ ਕਹਿਣ ਨਾਲ, ਧੰਨ ਧੰਨ ਗੁਰੂ ਰਾਮਦਾਸ ਗੁਰੂ ਜੀ, ਸੱਚ ਏਵੇ ਸਾਧ ਸੰਗਤ। ਉਹਨੇ ਵਪਾਰ ਕੀਤਾ, ਉਹਦੇ ਪੁੱਤਰ ਦਾ ਨਾਮ ਸੀ ਰਾਮ ਸ਼ਾਹ। ਗੁਰੂ ਰਾਮਦਾਸ ਨੇ ਅੰਦਰ ਬਖਸ਼ਾਂ ਦਿੱਤੀਆਂ, ਉਹਦੇ ਪੁੱਤਰ ਦਾ ਨਾਮ ਸੀ ਰਾਮ ਸ਼ਾਹ। ਉਹਨੂੰ ਗੁਰੂ ਅਰਜੁਨ ਦੇਵ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਤੋਰਿਆ। ਇਸ ਘਰ ਵਿੱਚ ਧੰਨ ਦੀ ਵੀ ਕਮੀ ਨਾ ਰਹੀ, ਇਸ ਘਰ ਵਿੱਚ ਨਾਮ ਦੀ ਵੀ ਕਮੀ ਨਾ ਰਹੀ। ਗੁਰੂ ਗੋਬਿੰਦ ਸਿੰਘ ਦੇ ਵੇਲੇ ਜਦੋਂ ਮਸੰਦ ਪਕੜੇ, ਇਹਦੇ ਪਰਿਵਾਰ ਵਿੱਚੋਂ ਮਸੰਦ ਸੀ ਮੇਹਰ ਸ਼ਾਹ, ਜਦੋਂ ਕਿਹਾ ਉਹਨੂੰ ਵੀ ਲਿਆਓ, ਉਹਦਾ ਜੀਵਨ ਇੰਨਾ ਉੱਚਾ ਸੀ। ਮਹਾਰਾਜ ਜੀ ਨੇ ਉਹਨੂੰ ਦੋ ਸ਼ਬਦਾਂ ਦਾ ਖਿਤਾਬ ਦਿੱਤਾ, ਕਹਿਣ ਲੱਗੇ ਬਖਸ਼ੰਦ ਫਰਜ਼ੰਦ। ਇਹ ਗੁਰੂ ਕਲਗੀਧਰ ਜੀ ਨੇ ਇਸ ਪਰਿਵਾਰ ਨੂੰ ਬਖਸ਼ ਦਿੱਤੀ, ਬਖਸ਼ੰਦ ਫਰਜ਼ੰਦ। ਬਸ ਇਹ ਗੱਲ ਚੇਤੇ ਰੱਖਿਓ, ਇਹ ਬਖਸ਼ਿਸ਼ ਗੁਰੂ ਰਾਮਦਾਸ ਦੀ ਸੀ। ਅੱਜ ਵੀ ਉਹ ਪਰਿਵਾਰ ਦੇਸ਼ਾਂ ਵਿਦੇਸ਼ਾਂ ਚ ਵਿਸਵਸੇ ਨੇ, ਉਹ ਸਾਰੇ ਸ਼ਾਸ ਦਿੰਦੇ, ਕਿਸੇ ਚੀਜ਼ ਦੀ ਉਹਨਾਂ ਕਰ ਕਮੀ ਨਹੀਂ।
ਇੱਥੇ ਸਿਰਫ ਇੱਕ ਗੱਲ ਕਹਿ ਕੇ ਸੰਪੰਨਤਾ ਵੱਲ 1923 ਨੂੰ ਗੁਰੂ ਰਾਮਦਾਸ ਜੀ ਦੇ ਸਰੋਵਰ ਦੀ ਸੇਵਾ ਹੋਈ। ਆਪ ਜੀ ਨੂੰ ਪਤਾ ਹੋਵੇ ਕਿ 84 ਤੱਕ ਆ ਜਿਹੜਾ ਵਾਟਰ ਟ੍ਰੀਟਮੈਂਟ ਲਾਇਆ ਇਹਨੂੰ ਨਹੀਂ, 84 ਤੱਕ 10 ਵਾਰੀ ਸਰੋਵਰ ਦੀ ਕਾਰ ਸੇਵਾ ਹੋਈ ਹੈ ਤੇ 10 ਵਾਰੀ ਹੀ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ। 84 ਤੱਕ ਬਰਾਬਰ ਰਿਹਾ ਹੈ। ਉੱਥੇ 1923 ਨੂੰ ਸੇਵਾ ਲੱਗੀ ਤੇ ਇਹਨਾਂ ਦੇ ਪਰਿਵਾਰ ਵਿੱਚੋਂ ਗੋਬਿੰਦ ਸਿੰਘ ਸ਼ਾਹ ਆਏ, ਨੌਜਵਾਨ ਸਨ ਤੇ ਅਸੰਗਤ ਲੈ ਕੇ ਸੇਵਾ ਕਰਨ ਆਏ ਤੇ ਇਹਨਾਂ ਨੇ ਰਸਤੇ ਚ ਜਦੋਂ ਤੁਰਦੇ ਨੇ ਲੋਕੀ ਅਦਬ ਨਾਲ ਚੁੱਕਣ ਤੇ ਪ੍ਰਕਰਮਾ ਚ ਤੁਰੇ ਹੁੰਦੇ ਸਨ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ, ਉਹਨਾਂ ਦਾ ਨਾਮ ਹੀ ਸ਼ਾਇਦ ਕੀਰਤਨੀਏ ਗੁਰਸਿੱਖਾਂ ਨੂੰ ਪਤਾ ਹੋਣਾ, ਦੁਪਹਿਰੇ ਦਾ ਕੀਰਤਨ ਉਹ ਕਰਦੇ ਸਨ ਤੇ 70 ਸਾਲ ਬਾਬਾ ਸ਼ਾਮ ਸਿੰਘ ਜੀ ਨੇ ਬਿਨਾਂ ਨਾਗਾ ਕੀਰਤਨ ਕੀਤਾ ਹੈ। 70 ਸਾਲ ਅੱਜ ਵੀ ਦੇਖ ਕਿਸੇ ਕਮੇਟੀ ਦੇ ਮੈਂਬਰ ਕਰੋ, ਪ੍ਰਧਾਨ ਕਰੋ, ਕਿਸੇ ਰਾਜਨੀਤਿਕ ਕਰੋ ਨਹੀਂ ਹੁੰਦੀ, ਅੱਜ ਵੀ ਸਿਰਫ ਜਿਹੜੀ ਪਹਿਲੀ ਦੇਗ ਹੈ ਉਹ ਬਾਬਾ ਸ਼ਾਮ ਸਿੰਘ ਜੀ ਦੇ ਡੇਰੇ ਤੋਂ ਹੀ ਆਉਂਦੀ, ਆਟਾ ਮੰਡੀ ਵਾਲਾ ਜਿਹੜਾ ਪਾਸਾ ਹੈ। ਗੋਬਿੰਦ ਸਿੰਘ ਸ਼ਾਹ ਨੂੰ ਸਾਰੇ ਮੱਥੇ ਟੇਕਣ ਤੇ ਬਾਬਾ ਸ਼ਾਮ ਸਿੰਘ ਵੀ ਕਮਾਈ ਵਾਲੇ ਸਨ, ਉਹ ਤਾਂ ਆਪਣੇ ਗਲ ਵਿੱਚ ਝੋਲੀ ਪਾ ਕੇ ਰੱਖਦੇ ਸਨ ਤੇ ਝੋਲੀ ਵਿੱਚ ਖੁਰਪਾ ਤੇ ਇਸ ਮੋਢੇ ਉੱਤੇ ਸਰੰਦਾ, ਸਰੰਦੇ ਨਾਲ ਕੀਰਤਨ ਕਰਨਾ, ਜਦੋਂ ਕੀਰਤਨ ਕਰ ਲੈਣਾ ਖੁਰਪੇ ਨਾਲ ਕਬੂਤਰਾਂ ਦੀਆਂ ਬਿੱਠਾਂ ਖੁਰਚਣੀਆਂ ਤੇ ਝੋਲੀ ਵਿੱਚ ਪਾਈ ਜਾਣਗੀਆਂ। ਬੜੀ ਵੱਡੀ ਸੇਵਾ ਉਹਨਾਂ ਦੀ। ਉਹਨਾਂ ਦੇਖਿਆ ਵੀ ਨੌਜਵਾਨ ਮੱਥਾ ਟੇਕਦੇ ਪਏ ਨੇ, ਸੱਜਣ ਨਮਸਕਾਰਾ ਕਰਦੇ ਨੇ, ਪੁੱਛ ਲਈਏ ਕੌਣ, ਕਹਿਣ ਲੱਗੇ ਕੌਣ ਹੋ ਤੁਸੀਂ, ਕਮਾਈ ਵਾਲੇ ਸਨ, ਪੁੱਛ ਲਿਆ ਗੁਰੂ ਰਾਮਦਾਸ ਦੀ ਪ੍ਰਕਰਮਾ ਚ ਤੁਸੀਂ ਨੌਜਵਾਨ ਆ, ਬਜ਼ੁਰਗ ਤੁਹਾਡੇ ਅੱਗੇ ਝੁਕਦੇ ਨੇ, ਕਿਸੇ ਕਿਹਾ ਜੀ ਇਹ ਗੋਬਿੰਦ ਸਿੰਘ ਸ਼ਾਹ ਹੈ। ਬਾਬਾ ਜੀ ਕਹਿੰਦੇ ਸੋਮੇ ਸ਼ਾਹ ਦੀ ਸੰਤਾਨ, ਕਹਿਣ ਲੱਗੇ ਖਾਨ, ਉਹਨਾਂ ਇੱਕੋ ਹੀ ਗੱਲ ਕਹੀ ਕਿ ਅਗਾਂ ਵੀ ਕੁਝ ਵਧਾਇਆ ਜੇ ਕਿ ਉਹੀ ਖਾਈ ਜਾਂਦੇ ਹੋ ਜਿਹੜਾ ਪਹਿਲਾਂ ਸੀ, ਅਗਾਂ ਵੀ ਕੁਝ ਕੀਤਾ ਜੇ। ਉਹਨਾਂ ਦੇ ਹੱਥ ਜੁੜ ਗਏ ਜੀ, ਕਹਿਣ ਲੱਗੇ ਤੁਸੀਂ ਹੱਥ ਨਾ ਜੋੜੋ, ਗੁਰੂ ਘਰੋਂ ਨਿਵਾਜੇ ਹੋ, ਬੰਦਗੀ ਵਾਲੇ ਪਾਸੇ, ਸਿਮਰਨ ਵਾਲੇ ਪਾਸੇ। ਉਹਨਾਂ ਪਰਿਵਾਰਾਂ ਉੱਤੇ ਗੁਰੂ ਰਾਮਦਾਸ ਦੀ ਬਖਸ਼ ਸਿਰਫ ਇੱਕ ਚੁਣੀ ਹੈ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ। ਕਿੱਡੇ ਵੱਡੇ ਨੇ ਗੁਰੂ ਰਾਮਦਾਸ, ਕਲੀਆਂ ਦੌਲਤਾਂ ਹੀ ਨਹੀਂ, ਆ ਜਿਹੜੇ ਅੰਦਰ ਦੇ ਭੂਤ ਨੇ ਨਾ ਬੰਦੇ ਨੂੰ ਟਿਕਣ ਦਿੰਦੇ, ਜਿਨ੍ਹਾਂ ਨੂੰ ਠੱਗ ਕਿਹਾ, ਲੁਟੇਰੇ ਕਿਹਾ, ਡਾਕੂ ਕਿਹਾ, ਬਟਪਾਰ ਕਿਹਾ, ਇਹ ਜਿਹੜੇ ਟਿਕਣ ਨੇ ਨਾ ਦਿੰਦੇ, ਜਦੋਂ ਕੋਈ ਧੰਨ ਧੰਨ ਗੁਰੂ ਰਾਮਦਾਸ ਕਹੇ, ਗੁਰੂ ਰਾਮਦਾਸ ਇਹਨਾਂ ਨੂੰ ਪਰਿਵਾਰਾਂ ਸਮੇਤ ਹੀ ਬਾਹਰ ਕੱਢ ਦਿੰਦਾ। ਲਭ ਲੋਭ ਕਾਮ ਕ੍ਰੋਧ ਮੋਹ, ਮਾਲ ਕੱਢੇ ਤੁਧ ਸਾ ਪਰਵਾਰਿਆ, ਧੰਨ ਸੋ ਤੇਰਾ ਥਾਨ ਹੈ, ਤੇਰਾ ਥਾਂ ਧੰਤਾ ਯੋਗ ਹੈ, ਸੱਚ ਤੇਰਾ ਪੈਸ਼ ਕਾਰਿਆ ਨਾਨਕ ਤੂੰ। ਇਹ ਮੈਂ ਅਰਥ ਕੱਲ ਨੂੰ ਕਰਾਂਗਾ, ਚੱਲੀ ਜਾਣਾ ਲਾਈਵ, ਕਿ ਤੇਰਾ ਥਾਨ ਕਿਹੜਾ ਧੰਨ ਹੈ, ਪੈਸ਼ ਕਾਰੇ ਕਿਹੜੇ ਨੇ, ਕਿਉਂਕਿ ਬੜੀ ਵੱਡੀ ਗੱਲ ਹੈ ਇਹ, ਕੱਲ ਨੂੰ ਆਪਾਂ ਵਿਚਾਰਾਂਗੇ। ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ਼ ਕਾਰਿਆ ਨਾਨਕ ਤੂੰ, ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਜਿਹਨੇ ਧੰਨ ਗੁਰੂ ਰਾਮਦਾਸ ਦੇ ਦਰਸ਼ਨ ਕਰ ਲਏ ਨਾ, ਜਿਹਨੇ ਧੰਨ ਧੰਨ ਕਹਿ ਦਿੱਤਾ, ਉਸ ਖਿੰਡੇ ਡਿੱਗੇ ਮਨ ਨੂੰ ਗੁਰੂ ਰਾਮਦਾਸ ਟਿਕਾ ਦੇ ਦਿੰਦੇ ਨੇ। ਸਿਰਫ ਇੱਕੋ ਬੇਨਤੀ ਆਰੰਭਤਾ ਕੀਤੀ ਸੀ ਕਿ ਗੁਰੂ ਦੀ ਵਡਿਆਈ ਰੱਜ ਕੇ ਕਰ, ਫਿਰ ਜੇ ਵਡਿਆਈ ਕਰਾਂਗੇ ਇਹ ਵਡਿਆਈ ਕਿੱਥੇ ਲੈ ਜਾਏਗੀ ਸਾਨੂੰ। ਉਹਦੀ ਵੱਡੀ ਵਡਿਆਈ, ਬੜੀਆਂ ਉਹਦੀਆਂ ਵਡਿਆਈਆਂ ਤਾਂ ਬੇਅੰਤ ਨੇ, ਮੈਂ ਇੱਕ ਪੌੜੀ ਸਿਰਫ ਕਹਿ ਕੇ ਸੰਪੰਨਤਾ ਕਰ ਦੇਣਾ। ਜਪਜੀ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ ਜਿਹੜਾ ਰੋਜ਼ ਗੁਰੂ ਗੁਰੂ ਪੁਕਾਰਦਾ ਹੈ, ਹੁਣ ਇਹ ਵੀ ਇਹ ਬਾਣੀ ਨੂੰ ਪੜ੍ਹਦੇ ਹਾਂ, ਇੱਕ ਤੁਕ ਲੈ ਕੇ ਜੇ ਅਸੀਂ ਹਰ ਥਾਂ ਤੇ ਅਰਥ ਚੁਕਾਈ ਜਾਂਗੇ ਚੰਗੀ ਬਾਤ ਨਹੀਂ। ਹੁਣ ਜੇ ਕੋਈ ਉੱਚੀ ਵਾਹਿਗੁਰੂ ਜਪਦਾ, ਕੋਈ ਸਿਮਰਨ ਕਰਦਾ, ਕਦੀ ਕੋਈ ਸੱਜਣ ਬੈਰਾਗ ਵਿੱਚ ਆ ਜਾਂਦਾ,
ਹੁਣ ਅਸੀਂ ਸਮਝਦੇ ਹਾਂ ਵੀ ਇਹ ਦਿਮਾਗੀ ਖੇਡ ਇਕੱਲੀ ਨਹੀਂ, ਪਿਆਰੇ ਉਹਦੀ ਕੋਈ ਪਤਾ ਨਹੀਂ, ਇੱਕ 40 ਸਾਲ ਦਾ ਆਉਂਦਾ ਹੋਵੇ ਤੇ ਕੁਛ ਪੱਲੇ ਨਾ ਪਏ, ਨਿੱਕਾ ਜਿਹਾ ਬੱਚਾ ਮੱਥਾ ਟੇਕੇ ਤੇ ਗੁਰੂ ਉਹਦੀ ਝੋਲੀ ਭਰ ਦੇ, ਇੱਕ ਜਗੰਦੇ ਨਾਲ ਹੈਣ, ਇੱਕ ਸੁੱਤਿਆਂ ਦੇ ਉਠਾਣ। ਪਰ ਜਿਹੜਾ ਸਿਫਤ ਕਰੇਗਾ, ਹੁਣ ਧੰਨ ਸ਼ਬਦ ਹੀ ਅੱਜ ਅਸੀਂ ਪੱਲੇ ਬੰਨ ਲਈਏ ਕਿ ਧੰਨ ਗੁਰੂ ਨਾਨਕ ਸਾਹਿਬ ਕਹਿ ਦਈਏ, ਧੰਨ ਧੰਨ ਗੁਰੂ ਰਾਮਦਾਸ ਸ਼ਬਦ ਵਰਤਨੇ ਆ। ਹੁਣ ਇਹ ਵਡਿਆਈਆਂ ਜਿਹੜੀਆਂ ਸਲੋਤਾਂ ਨੇ ਇਹ ਕੀ ਕਰਨਗੀਆਂ? ਧੰਨ ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਨੇ, ਜਦੋਂ ਕੋਈ ਗੁਰੂ ਦੀ ਵਡਿਆਈ ਕਰਨ ਲੱਗ ਪਏਗਾ, ਉਹ ਇਸ ਤਰ੍ਹਾਂ ਗੁਰੂ ਵਿੱਚ ਲੀਨ ਹੋ ਜਾਏਗਾ ਜਿਵੇਂ ਨਦੀ ਸਮੁੰਦਰ ਵਿੱਚ ਲੀਨ ਹੋ ਜਾਂਦੀ ਹੈ। ਉਹ ਪੌੜੀ ਵੀ ਸਿਫਤ ਸਲਾਹ ਲਿਖ ਹੈ, ਸਾ ਲਾਹੀ ਸਾ ਲਾਹੇ, ਸਲਾਉਣ ਯੋਗ ਪਰਮਾਤਮਾ ਦੀ ਸਿਫਤ ਸਲਾਹ। ਏਤੀ ਸੁਰਤ ਨਾ ਪਾਈਆ, ਸੁਰਦਰ ਤੇ ਸੋਝੀ, ਇੰਨੀ ਸਮਝ ਨਹੀਂ ਪਏਗੀ ਕਿ ਉਹ ਕਿੱਡਾ ਕੁ ਵੱਡਾ, ਪਰ ਇੰਨੀ ਗੱਲ ਜ਼ਰੂਰ ਬਣ ਜਾਏਗੀ, ਉਹਦੇ ਵਿੱਚ ਮਿਲ ਜਾਏਗਾ। ਸਾ ਲਾਹੀ ਸਾ ਲਾਹੇ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ, ਵਾਹ ਦਾ ਅਰਥ ਵਾਹਿਗੁਰੂ ਵਾਲਾ ਨਹੀਂ, ਵਾਹ ਦਾ ਅਰਥ ਹੈ ਵਾਹੜਾ, ਨਾਲੇ, ਨਦੀਆਂ ਅਤੇ ਨਾਲੇ। ਸਾ ਲਾਹੀ ਸਾ ਲਾਹੇ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ, ਭਾਵੇਂ ਸਮੁੰਦਰ ਨਾ ਜਾਣੀਏ, ਭਾਵੇਂ ਸਮੁੰਦਰ ਦਾ ਅਰਥ ਸਮੁੰਦਰ ਵਿੱਚ ਅਭੇਦ ਹੋ ਗਏ, ਨਾ ਜਾਣੀਏ ਸੱਚ ਇਹ ਜਿਹੜੇ ਅਭੇਦ ਹੋ ਗਏ ਉਹਦੇ ਬਾਰੇ ਕਿੰਨਾ ਕੁ ਕਹਿਣਗੇ, ਉਹਨਾਂ ਨੂੰ ਤਾਂ ਕੋਈ ਵੱਖ ਵੀ ਨਹੀਂ ਕਰ ਸਕਦਾ, ਜਿਹੜੇ ਅਭੇਦ ਹੋ ਗਏ ਉਹਦੇ ਵਿੱਚ ਹੀ ਸਮਾ ਗਏ। ਏਤੀ ਸੁਰਤ ਨਾ ਪਾਈਆ, ਸਿਰਵੇ ਵਡਿਆਈਆਂ ਕਰਕੇ, ਨਦੀਆਂ ਅਤੈ ਵਾਹ, ਭਾਵੇਂ ਸਮੁੰਦਰ ਨਾ ਜਾਣੀਏ ਸੱਚ ਇਹ ਵੇ। ਆ ਬਾਹਰ ਦੇ ਝਗੜੇ ਵੀ ਜਦੋਂ ਬੰਦਾ ਸਮਾਉਂਦਾ ਨੀ ਉਦੋਂ ਪਹਿਲਾਂ ਦੇ ਨੇ, ਜਦੋਂ ਸਮਾਜ ਹੈ ਉਦੋਂ ਕਾਹਦੇ ਝਗੜੇ। ਹੁਣ ਨਦੀ ਤੇ ਨਾਲੇ ਦੀ ਮਹਾਰਾਜ ਜੀ ਨੇ ਉਦਾਹਰਣ ਲਈ, ਤੁਹਾਡੇ ਮੁਲਕ ਚੋਂ ਨਦੀਆਂ ਨਿਕਲਦੀਆਂ ਨੇ, ਇੱਥੋਂ ਇੱਥੇ ਆਪਣੇ ਨਾਮ ਨੇ। ਅਸੀਂ ਹਿੰਦੁਸਤਾਨ ਚ ਦੇਖਦੇ ਹਾਂ, ਪੰਜਾਬ ਤਾਂ ਪੰਜਾਂ ਆਬਾਂ ਦੀ, ਪੰਜਾਂ ਦਰਿਆਵਾਂ ਦੀ ਧਰਤੀ ਕਹਿ ਦਿੱਤਾ। ਸਤਲੁਜ ਵਾਲਿਆਂ ਨੇ ਕਿਹਾ ਸਾਡਾ ਇਲਾਕੇ ਚੋਂ, ਰਾਵੀ ਵਾਲਿਆਂ ਕਿਹਾ ਸਾਡੇ ਚੋਂ, ਚਨਾਬ ਵਾਲਿਆਂ, ਜੇਹਲਮ ਵਾਲਿਆਂ, ਬਿਆਸ ਵਾਲਿਆਂ, ਕਿਸੇ ਕਹਿ ਦਿੱਤਾ ਨਰਮਦਾ ਮੇਰੀ, ਕਿਸੇ ਕਿਹਾ ਬ੍ਰਹਮਪੁੱਤਰ ਮੇਰਾ, ਕਿਸੇ ਕਿਹਾ ਗੋਦਾਵਰੀ ਮੇਰੀ, ਕਿਸੇ ਕਹਿ ਦਿੱਤਾ ਗੰਗਾ ਮੇਰੀ। ਸਾਰੀਆਂ ਇਕੱਠੀਆਂ ਹੋ ਕੇ ਜਦੋਂ ਸਮੁੰਦਰ ਚ ਮਿਲ ਗਈਆਂ, ਨਾ ਇਲਾਕਾ ਰਿਹਾ ਤੇ ਨਾ ਕੋਈ ਨਾਂ ਰਿਹਾ, ਨਹੀਂ ਮਿਲੀਆਂ ਤੇ ਨਾ ਨੇ, ਇਹ ਇਸ ਇਲਾਕੇ ਚੋਂ, ਇਸ ਇਲਾਕੇ ਚੋਂ। ਤੇ ਸਮੁੰਦਰ ਨੂੰ ਜਾ ਕੇ ਪੁੱਛੋ, ਦੁਨੀਆਂ ਭਰ ਦੀਆਂ ਨਦੀਆਂ ਤੇਰੇ ਚ ਸਮਾ ਗਈਆਂ, ਸਾਨੂੰ ਦੱਸ ਕਿਹੜੀ ਨਦੀ ਦਾ ਪਾਣੀ ਕਿਹੜਾ। ਉਹ ਕਹਿੰਦਾ ਜਿੰਨੀ ਦੇਰ ਤੱਕ ਅਜੇ ਸਾਧਨਾ ਵਿੱਚ ਨੇ, ਤੁਰੀਆਂ ਹੁੰਦੀਆਂ ਨੇ, ਓਨੀ ਦੇਰ ਤੱਕ ਨਾ ਨੇ, ਤੇ ਜਿਹੜੀਆਂ ਲੀਨ ਹੋ ਜਾਣ ਕੇਵਲ ਸਮੁੰਦਰ ਹੀ ਰਹਿ ਜਾਂਦਾ, ਆਪਾਂ ਮਿਟ ਜਾਂਦਾ। ਪਿਆਰਿਓ, ਭਾਵੇਂ ਸਮੁੰਦਰ ਨਾ ਜਾਣੀਏ, ਸਿਰਫ ਇਸ ਅਰਥ ਲਈ ਜਿਹੜੇ ਸਮਾ ਗਏ ਉਹਨਾਂ ਨੂੰ ਅਭੇਦ ਹੋਇਆ ਨੂੰ ਕੀ ਜਾਣਾਂਗੇ। ਭਾਵੇਂ ਸਮੁੰਦਰ ਨਾ ਜਾਣੀਏ, ਸਮੁੰਦ ਸ਼ਾਹ ਸੁਲਤਾਨ, ਇੱਥੇ ਪ੍ਰਕਰਨ ਬਦਲ ਜਾਂਦਾ, ਅਰਥਾਂ ਦਾ ਵਿਸ਼ਾ ਚੇਂਜ ਹੁੰਦਾ। ਸਮੁੰਦ ਸ਼ਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਜੇ ਸਮੁੰਦਰਾਂ ਜਿੰਨੇ ਖਜ਼ਾਨੇ, ਪਹਾੜਾਂ ਜਿੰਨੇ ਉੱਚੇ ਉੱਚੇ ਧਨ ਦੇ ਅਵਾਰ ਲੱਗੇ ਹੋਣ, ਮਹਾਰਾਜ ਕਹਿੰਦੇ ਸਮੁੰਦ ਸ਼ਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲਨਾ ਹੋਮਣੀ, ਜੇ ਤਿਸ ਮਨੂ ਨਾ ਵਿਸਰੇ, ਜਿਹਦੇ ਅੰਦਰੋਂ ਤੂੰ ਨਾ ਵਿਸਰੇ, ਲੋਕ ਉਹਨੂੰ ਭਾਵੇਂ ਨੀਵਾਂ ਕੀੜੀ ਬਰਾਬਰ ਕਹਿਣ, ਜਿਹਦੇ ਅੰਦਰ ਤੇਰੀ ਯਾਦ ਵਸ ਜਾਏ, ਸਮੁੰਦਰਾਂ ਦੇ ਖਜ਼ਾਨੇ ਤੇ ਪਹਾੜਾਂ ਜਿੰਨੇ ਅਬਾਰ ਲੱਗੇ ਧਨ ਦੇ, ਉਸ ਕੀੜੀ ਦਾ ਮੁਕਾਬਲਾ ਨਹੀਂ ਕਰ ਸਕਦੇ। ਉਹ ਅਮੋਲਕ ਹੈ, ਸਿਰਫ ਲੋੜ ਹੈ ਉਹਦੀਆਂ ਵਡਿਆਈਆਂ ਦੀ, ਉਹਦੀ ਸਿਫਤ ਦੀ। ਜਿਉਂ ਜਿਉਂ ਕਿ ਉਹਦੀ ਸਿਫਤ ਕਰਦਾ, ਮੈਂ ਇੱਕੋ ਅੱਜ ਪ੍ਰਕਰਨ ਲਿਆ ਸੀ, ਜੋ ਗੁਰੂ ਨੂੰ ਧਨ ਕਹੇਗਾ, ਗੁਰੂ ਉਹਦੀ ਜੈ ਜੈਕਾਰ ਕਰਾ ਦੇਗਾ। ਦੁਨੀਆਂ ਜੋ ਮਰਜ਼ੀ ਕਹੀ ਜਾਏ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣ ਹਾਰਾ। ਚੱਲਿਆ ਪਤ ਸਿਓ ਜਨਮ ਸਵਾਰ, ਵਾਜਾ ਵਾਏ ਸੀ ਮਾਨ ਸਿਕਿਆ ਵਿਚਾਰਾ, ਤਿਉਂ ਲੋਕ ਸੁਣਾਏ ਸੀ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਗੁਰੂ ਨੂੰ ਧੰਨ ਕਿਹਾ, ਸੱਚ ਇਹ ਵੇ ਉਹਨਾਂ ਦੀ ਬੁਰਿਆਈ ਚਲੀ ਗਈ, ਅੰਦਰ ਵਡਿਆਈ ਆ ਗਈ। ਜਿਨ੍ਹਾਂ ਨੇ ਗੁਰੂ ਨੂੰ ਧੰਨ ਕਿਹਾ, ਉਹ ਸੱਚ ਇਹ ਵੇ
ਛਾਬੜੀਆਂ ਲਾਉਣ ਵਾਲਿਆਂ ਦੇ ਸਿਰ ਤੇ ਗੁਰੂ ਨੇ ਛਤਰ ਚੁਲਾ ਦਿੱਤੇ। ਜਦੋਂ ਕਿਤੇ ਮੈਂ ਕੱਲ ਵਾਲੀ ਥਾਂ ਦੀ ਸਮਾਪਤੀ ਕਰਨਾ, ਆਪਣੇ ਅਤੀਤ ਵੱਲ ਦੇਖਣੇ, ਘਰਾਂ ਚ ਬੈਠੇ ਸੁਣ ਰਹੇ ਨੇ, ਆਪਾਂ ਜਿੰਨੇ ਕੁ ਬੈਠੇ ਹਾਂ, ਬੜੇ ਐਸੇ ਹੋਣਗੇ ਜਦੋਂ ਪਿਛੋਕੜ ਨੂੰ ਦੇਖਣੇ ਆ ਤੇ ਅੱਜ ਇੱਥੇ ਦੇਖਣੇ ਆ ਤੇ ਮਨ ਚ ਆਉਂਦਾ ਸੱਚੇ ਪਾਤਸ਼ਾਹ ਇਹ ਇੱਕ ਸੁਪਨਾ ਹੈ ਜਾਂ ਹਕੀਕਤ ਹੈ, ਇਹ ਸੁਪਨਾ ਹੈ ਜਾਂ ਹਕੀਕਤ ਹੈ। ਤੇ ਜੇ ਹਕੀਕਤ ਬਣਾ ਦਿੱਤੀ ਆ, ਮਾਲਕ ਕਿਰਪਾ ਕਰ ਤੇਰੀ ਯਾਦ ਨਾ ਵਿਸਰੇ। ਇਹੀ ਕਾਰਨ ਬੱਚਿਆਂ ਨੂੰ ਆਮ ਤੌਰ ਤੇ ਸਮਝ ਨਹੀਂ ਪੈਂਦੀ, ਉਹ ਜਦੋਂ ਕਿਤੇ ਸੰਘਰਸ਼ ਦੀ ਕਿਰਪਾ ਦੀ ਗੱਲ ਕਰੋ ਉਹ ਕਹਿੰਦੇ ਨਹੀਂ ਨਹੀਂ ਉਹ ਤੁਹਾਡੇ ਕਰਮ ਤੁਹਾਡੇ ਨਾਲ, ਇਹ ਸ਼ਬਦ ਕਹਿਣ ਲੱਗ ਪੈਂਦੇ ਆ। ਤੇ ਮੈਂ ਕਈ ਵਾਰੀ ਕਹਿੰਦਾ ਜਿਹਨੂੰ ਜੰਮਦੇ ਨੂੰ ਸੋਨੇ ਦੇ ਚਿਮਚੇ ਨਾਲ ਗੁੜਤੀ ਦਿੱਤੀ ਗਈ, ਉਹਨੂੰ ਕੀ ਪਤਾ ਕਿ ਪਿਓ ਮੇਰਾ ਦਿਹਾੜੀਆਂ ਕਿਵੇਂ ਕਰਦਾ ਸੀ, ਉਹਨੂੰ ਸਮਝ ਨਹੀਂ। ਪਰ ਜੇ ਗੁਰੂ ਦੀਆਂ ਦਾਤਾਂ ਨੇ ਧਨ ਵੀ ਨਾਮ ਵੀ, ਕੱਲ ਨੂੰ ਅਸੀਂ ਵਿਚਾਰਾਂਗੇ ਧਨ ਸੋ ਤੇਰਾ ਥਾਨ ਹੈ, ਉਹ ਮੈਂ ਥੋੜਾ ਹਰਿਮੰਦਰ ਸਾਹਿਬ ਸੰਬੰਧੀ ਤੇ ਪੈਸਕਾਰਾ ਜਿਹੜਾ ਸ਼ਬਦ ਹੈ ਇਹਦੇ ਥੋੜੇ ਜਿਹੇ ਡਿਟੇਲ ਨਾਲ ਅਰਥ ਕਰਨ ਦਾ ਯਤਨ ਕਰਾਂਗਾ। ਸਮੂਹ ਪ੍ਰਬੰਧਕ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜੀ, ਕਿਉਂਕਿ ਜਿਵੇਂ ਸਕੱਤਰ ਸਾਹਿਬ ਨੇ ਦੱਸ ਵੀ ਦਿੱਤਾ ਕਿ ਪਿਛਲੇ ਸਾਲ ਸ਼ਾਇਦ 2 ਸਾਲ ਹੋ ਗਏ ਨੇ ਆਪ ਸੰਗਤਾਂ ਦੇ ਦਰਸ਼ਨ ਕਰਨੇ ਸਨ, ਪਰ ਕੁਛ ਐਸੀ ਪਰਿਵਾਰ ਵਿੱਚ ਬਣ ਗਈ ਘਟਨਾ ਕਿ ਮੈਨੂੰ ਵਾਪਸ ਜਾਣਾ ਪਿਆ। ਮੇਰੇ 2 ਸਾਲਾਂ ਦੀ ਦੇਰੀ ਚ ਮੈਨੂੰ ਬਖਸ਼ ਜ਼ਰੂਰ ਪਿਆ ਜੀ, ਤੁਸੀਂ ਕਿਰਪਾ ਕੀਤੀ, ਇਹ ਸੱਦਾ ਬੁਲਾਉਣ ਦਾ ਯਤਨ ਵੀ ਇਹ ਸਪੌਂਸਰ ਤੋਂ ਭੇਜੀ, ਤੇ ਸੰਗਤ ਦਾ ਮੈਂ ਧੰਨਵਾਦ ਕਰਾਂ, ਸਮੂਹ ਸੰਗਤ ਦਾ, ਗੁਰੂ ਗ੍ਰੰਥ ਸਾਹਿਬ ਦਾ ਤਹਿ ਦਿਲ ਤੋਂ ਧੰਨਵਾਦ। ਸਾਡੇ ਬੜੇ ਪਿਆਰੇ ਵੀਰ ਭਾਈ ਅਮਰੀਕ ਸਿੰਘ, ਕਈ ਸਾਲਾਂ ਤੋਂ ਬਾਅਦ, ਮੇਰਾ ਖਿਆਲ ਵੀ 15-20 ਸਾਲ ਹੋ ਗਏ, ਜੋ ਦਾਸ ਨੇ ਜੇ ਕਥਾ ਸ਼ੁਰੂ ਕੀਤੀ ਸੀ ਉਦੋਂ ਤੋਂ ਦਰਸ਼ਨ ਇਹਨਾਂ ਦੇ ਹੋਣਗੇ। ਬਖਸ਼ ਦਿਓ ਪਿਆਰਿਓ, ਬਾਕੀ ਵਿਚਾਰ ਕੱਲ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।